ਸਤ ਕਰਤਾਰ ਦੇ ਨਾਂ ਗਾਉਂਦੇ ਜਾਂਗੇ। ਬੂਹੇ ਤੋੜ ਕੇ ਕਰੇ ਵਿੱਚ ਜਾ ਬੜੇ ਪਾਣੀ ਦਰਬਾਰ ਵਿੱਚ ਹਰਾਉਂਦੇ ਕੱਢਿਆ ਪੂਰੇ ਵਿੱਚੋਂ ਹਸਨ ਕਰ ਵੱਡਿਆ ਮੰਜੇ ਉੱਤੇ ਲਟਾ ਅੱਗ ਲਾ ਕੇ ਜਿਉਂਦੇ ਨੂੰ ਸਾੜਿਆ। ਪਾਪੀ ਹਿੰਦੂ ਗੋਲੇ ਮਾਰਦੇ ਹਾਰੀ ਹਿੰਦੂ ਇੱਕ ਉਸਦੇ ਨਾਲ ਸੀ ਉਹ ਚੜ ਫਸੀ ਉੱਤੇ ਦਿੱਤਾ ਲਟਕਾ। ਸਿੰਘਾ ਕੀਤਾ ਇਨਸਾਫ ਸੀਤਲਾ ਸੀਤਲਾ ਕੀਤਾ ਇਨਸਾਫ ਸੀਤਲਾ ਉਹ ਸੱਚ ਝੂਠ ਜਿਵੇਂ ਕਰ ਧਰਮ ਰਾਜ ਮਰਦਾ ਤੇਰੀਆਂ ਰੰਗ ਵਿੱਚ ਰਹਿੰਦੀਆਂ ਬਗੇਲ ਸਿੰਘਾਂ ਤੇਰੀਆਂ ਹਾਜੀ ਹਾਂ ਬਾਰਾ ਤੁਰੀਆਂ ਜਾ। ਜਿਹੜੀ ਗਊ ਸ਼ੇਰ ਦੇ ਮੂੰਹ ਆ ਜਾਏ ਉਹਦਾ ਮਾਸ ਵੀ ਨਹੀਂ ਤੇ ਉਹਦੀ ਖੱਲ ਵੀ ਨਹੀਂ। ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜਾਏ ਉਹਦੇ ਪੱਤੀ ਵੀ ਨਹੀਂ ਤੇ ਉਹਦਾ ਫਲ ਵੀ ਨਹੀਂ। ਜਿਹੜੀ ਮਕਾਨ ਦੀ ਨੀਂਹ ਜਵਾਬ ਦੇ ਜਾਏ ਉਹ ਕੜੀ ਵੀ ਨਹੀਂ ਤੇ ਉਹ ਪੱਲ ਵੀ ਨਹੀਂ। ਜਿਹੜੀ ਕੌਮਾਂ 'ਚ ਖੂਨ ਦੀ ਗਈ ਗੈਰਤ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ। ਮੈਂ 2 ਮਿੰਟ ਦੇ ਵਿੱਚ ਕਹਾਣੀ ਖਤਮ ਕਰਦੇ ਹਾਂ, ਇਤਿਹਾਸ ਬੜਾ ਲੰਬਾ, ਮੈਂ ਸ਼ੋਰਟਕੱਟ ਗੱਲ ਕੀਤੀ ਹੈ। ਸਿੰਘਾਂ ਨੇ ਘੇਰਾ ਪਾ ਲਿਆ ਜਲਾਲਾਬਾਦ ਨੂੰ, ਪਲਾਂ ਵਿੱਚ ਸਾਰਾ ਸ਼ਹਿਰ ਉਜਾੜ ਦਿੱਤਾ। ਜਬੀਤਾ ਖਾਂ ਮਾਰਿਆ ਗਿਆ, ਹਸਨ ਖਾਂ ਮਾਰਿਆ ਗਿਆ, ਜਿਹੜਾ ਉਹਦਾ ਦਲਾਲ ਸੀ ਇੱਕ ਹਿੰਦੂ ਬ੍ਰਾਹਮਣ ਉਹ ਵੀ ਮਾਰਿਆ ਗਿਆ। ਜਦੋਂ ਲੜਕੀ ਨੂੰ ਆਜ਼ਾਦ ਕਰਿਆ ਲੜਕੀ ਦਾ ਪਿਓ ਕਹਿੰਦਾ ਖਾਲਸਾ ਜੀ ਇੱਕ ਕਿਰਪਾ ਹੋਰ ਕਰ ਦਿਓ, ਇਹਦੇ ਸਹੁਰਿਆਂ ਨੇ ਮੇਰੀ ਲੜਕੀ ਨੂੰ ਲੈ ਕੇ ਨਹੀਂ ਜਾਣਾ। ਉਹਦੇ ਸਹੁਰੇ ਨੂੰ ਬੁਲਾਉਂਦਾ ਗਿਆ, ਬੁਲਾਇਆ ਗਿਆ, ਸਹੁਰੇ ਨੂੰ ਆਖਿਆ ਕਹਿੰਦੇ ਪੰਡਿਤ ਜੀ ਆਪਣੀ ਨੌਂ ਰਾਣੀ ਨੂੰ ਲੈ ਜਾਓ। ਕਹਿੰਦੇ ਜੀ ਅਸੀਂ ਨਹੀਂ ਲੈ ਕੇ ਜਾਣਾ। ਕਹਿੰਦੇ ਕਿਉਂ? ਇਹ ਮੁਸਲਮਾਨ ਦੇ ਘਰ ਰਹਿ ਕੇ ਆਈ ਹੈ, ਮਲੀਨ ਹੋ ਗਈ, ਅਪਵਿੱਤਰ ਹੋ ਗਈ ਹੈ, ਇਹ ਹੁਣ ਸਾਡੇ ਲਿਜਾਣ ਦੇ ਯੋਗ ਨਹੀਂ ਰਹੀ, ਸਾਡਾ ਧਰਮ ਆਗਿਆ ਨਹੀਂ ਦਿੰਦਾ। ਕਹਿੰਦੇ ਕਿਸੇ ਤਰ੍ਹਾਂ ਵੀ ਕੋਈ ਇਹੋ ਜਿਹੀ ਸ਼ਰਤ ਹੈ? ਕਹਿੰਦੇ ਸ਼ਰਤ ਤਾਂ ਬਹੁਤ ਔਖੀ ਹੈ, ਪੂਰੀ ਨਹੀਂ ਕਰ ਸਕਦੇ। ਕਹਿੰਦੇ ਕਿਹੋ ਜਿਹੀ? ਕਹਿੰਦੇ ਸੀਤਾ ਵਾਲੀ ਸ਼ਰਤ ਪੂਰੀ ਕਰਨੀ ਪਵੇਗੀ। ਕਹਿੰਦੇ ਬਹੁਤ ਵੱਡਾ ਪਿੱਪਲ ਲਿਆਂਦਾ ਜਾਵੇ, ਅੱਗ ਬਾਲ ਕੇ ਉਹਦੇ ਵਿੱਚ ਇਹਨੂੰ ਸਾੜਿਆ ਜਾਵੇ ਤੇ ਫਿਰ ਸੁਰਜੀਤ ਹੋ ਜਾਵੇ, ਫਿਰ ਲੈ ਜਾਵਾਂਗੇ। ਸਾਡਾ ਸੱਚਾ ਸੁੱਚਾ ਜਿਹੜਾ ਧਰਮ ਹੈ ਪੰਡਿਤਾਂ ਦਾ ਇਹ ਇਜਾਜ਼ਤ ਨਹੀਂ ਦਿੰਦਾ। ਬਗੇਲ ਸਿੰਘ ਕਹਿੰਦਾ ਇਹ ਜੇ ਇਹ ਗੱਲ ਹੈ ਤੁਸੀਂ ਬਾਲਣ ਇਕੱਠਾ ਕਰੋ, ਲੱਕੜਾਂ ਦਾ ਇਕੱਠੀਆਂ ਕਰੋ ਤੇ ਅਸੀਂ ਵੀ ਤੁਹਾਡੀ ਪਰਖ ਕਰਨੀ ਚਾਹੁੰਦੇ ਹਾਂ ਕਿ ਤੁਸੀਂ ਪੰਡਿਤ ਕਿੰਨੇ ਕੁ ਸੱਚੇ ਸੁੱਚੇ ਹੈ। ਬਗੇਲ ਸਿੰਘ ਨੇ ਸਰਰ ਕਰਦੀ ਤਲਵਾਰ ਕੱਢੀ, ਕਹਿੰਦਾ ਪੰਡਿਤ ਜੀ ਸਾਡੀ ਇਹ ਤਲਵਾਰ ਵੀ ਇੱਕ ਤਰੀਫ ਹੈ,
ਇਹ ਅਕਾਲ ਪੁਰਖ ਨੇ ਸਾਨੂੰ ਦਿੱਤੀ ਹੈ। ਇਹਦੀ ਤਰੀਫ ਇਹ ਹੈ, ਇਹ ਝੂਠੇ ਪੰਡਿਤ ਨੂੰ ਕਦੇ ਛੱਡਦੀ ਨਹੀਂ ਤੇ ਸੱਚੇ ਪੰਡਿਤ ਨੂੰ ਕੁਝ ਕਹਿੰਦੀ ਨਹੀਂ। ਲੇਨ ਲਾ ਲਓ, ਲੇਨ ਬਣਾਓ। ਜਿਹੜਾ ਸੱਚਾ ਪੰਡਿਤ ਹੋਵੇਗਾ ਉਹਨੂੰ ਕੁਝ ਨਹੀਂ ਆਖੇਗੀ, ਜਿਹੜਾ ਫਰੇਬੀ ਹੋਵੇਗਾ, ਝੂਠਾ ਹੋਵੇਗਾ, ਤਗੇਬਾਜ਼ ਹੋਵੇਗਾ ਉਹਦੇ ਵਿੱਚੋਂ ਲੰਘਣ ਕੀ ਇੱਕ ਪਲ ਵੀ ਨਹੀਂ ਲਾਵੇਗੀ। ਸਾਰੇ ਪੰਡਿਤ ਚਰਨਾਂ ਦੇ ਢਹਿ ਪਏ, ਕਹਿੰਦੇ ਮਹਾਰਾਜ ਬਖਸ਼ ਲਓ, ਆਪਣੇ ਮਿਆਨ ਵਿੱਚ ਕਰ ਲਓ ਇਹਨੂੰ, ਸਾਨੂੰ ਡਰ ਬੜਾ ਲੱਗਦਾ। ਕਹਿੰਦੇ ਨਹੀਂ, ਉਹ ਤੁਸੀਂ ਫੇਰ ਪਰਖ ਕਰਨੀ ਕੁੜੀ ਦੀ ਕੰਨਿਆਂ ਦੀ ਜਾਂ ਪਹਿਲਾਂ ਤੁਹਾਡੀ ਪਰਖ ਕਰ ਲਈ? ਕਹਿੰਦੇ ਜੀ ਨਹੀਂ, ਸਾਨੂੰ ਮਨਜ਼ੂਰ ਹੈ। ਬਘੇਲ ਸਿੰਘ ਕਹਿੰਦਾ ਕੁੜੀਏ ਐਦਾਂ ਕਰ, ਲੰਗਰ ਤਿਆਰ ਕਰੇ, ਇਹਨਾਂ ਨੇ ਕਿਹਾ ਪਤਾ ਪਤੰਦਰਾਂ ਨਾ ਜਾ ਕੇ ਖਾਣ ਤੁਹਾਡੀ ਰੋਟੀ ਪੱਕਿਆ। ਲੰਗਰ ਤਿਆਰ ਕੀਤਾ ਉਸ ਕੰਨਿਆਂ ਦੇ ਕੋਲੋਂ, ਲੰਗਰ ਤਿਆਰ ਕਰਾ ਕੇ ਉਹਨਾਂ ਬਾਹਮਣ ਨੂੰ ਛਕਾਇਆ ਤੇ ਫਿਰ ਬਘੇਲ ਸਿੰਘ ਨੇ ਇੱਕ ਚਾਦਰ ਵਿਛਾ ਦਿੱਤੀ। ਕਹਿੰਦੇ ਖਾਲਸਾ ਜੀ, ਇਹ ਹੁਣ ਬਾਹਮਣਾਂ ਦੀ ਧੀ ਨਹੀਂ, ਇਹਨੂੰ ਖਾਲਸਾ ਪੰਥ ਤੋੜਨ ਲੱਗਾ, ਇਹ ਖਾਲਸੇ ਦੀ ਧੀ ਹੈ, ਤੁਹਾਡੇ ਕੋਲ ਜੋ ਸ਼ਰਦਾ ਹੈ ਦਾਨ ਦੱਛਣਾ ਇੱਥੇ ਚਾਦਰ ਤੇ ਪਾ ਦਿਓ। ਹਜ਼ਾਰਾਂ ਰੁਪਈਆ ਜਦੋਂ ਇਕੱਠਾ ਹੋਇਆ ਨਾ, ਬਾਹਮਣ ਦੀਆਂ ਅੱਖਾਂ ਫੁੱਲ ਗਈਆਂ। ਬਾਹਮਣ ਨੂੰ ਤਾਂ ਇੱਕ ਸਲਾਹ ਮਿਲ ਜਾਏ ਤਾਂ ਹੀ ਨਹੀਂ ਕਰਦੇ ਇਹਨੂੰ ਪੁੱਛਦਾ, ਅੱਜ ਹਜ਼ਾਰਾਂ ਰੁਪਈਏ ਇਕੱਠੇ ਹੋ ਗਏ ਤੇ ਬਾਹਮਣ ਫੁੱਲ ਫੁੱਲ ਕੇ ਬਹਿੰਦੇ, ਖਾਲਸਾ ਜੀ ਇਹੋ ਜਿਹੇ ਕੰਮ ਤਾਂ ਭਾਵੇਂ ਰੋਜ਼ੇ ਹੁੰਦੇ ਰਹਿਣ, ਕੋਈ ਗੱਲ ਨਹੀਂ। ਸਤਿਕਾਰਯੋਗ ਸਤਸੰਗਤ ਜੀ, ਇਹ ਸੀ ਖਾਲਸੇ ਦਾ ਪਰਉਪਕਾਰ। ਕਿਹੜੇ ਕਿਹੜੇ ਨੇ ਅੱਜ ਸਿਵ ਸੈਨਾ ਵਾਲੇ ਤੇ ਖਾਲਸਾ ਕੀ? ਉਹ ਖਾਲਸਾ ਇਕੱਲੇ 1.25 ਲੱਖ ਸੀ, ਇੱਕ ਲੜਾਉ ਹੈ, ਇਹਨਾਂ 21 ਤੁਕੀਆਂ ਤਿੱਕੀਆਂ ਨੇ ਕੀ ਕਰਨਾ ਖਾਲਸੇ ਦੇ ਬੋਲੇ? ਸਮਾਂ ਸਮਾਪਤ ਹੈ। ਇਹ ਤੁਹਾਡਾ ਢਾਡੀ ਜਥਾ ਅਵਤਾਰ ਸਿੰਘ ਚੰਦ ਪਿੰਡ ਠਟਿਆਲਾ ਢਾਹ ਨਤੀਕ ਨਵਾਂ ਸ਼ਹਿਰ, ਸਰਜੀਤ ਸਿੰਘ ਸਿੱਧੂ, ਮੱਖਣ ਸਿੰਘ ਜੀ ਦੁਸਾਂਝ, ਜਾਤਵਿੰਦਰ ਸਿੰਘ ਟੋਨੇ, ਸੰਗੀ ਮਾਰਟਰ ਸਾਗਰਪੁਰ ਤੋਂ ਫਤਿਹ ਬੁਲਾਇਓ, ਆਏ ਥੇ ਇਸ ਬਾਗ ਮੇਂ ਸ਼ਾਇਰੇ ਗੁਲਸ਼ਨ ਕਰ ਚਲੇ, ਸਭਾਲ ਮਾਲੇ ਬਾਗ ਆਪਣਾ, ਹਮ ਤੋ ਆਪਣੇ ਘਰ ਚਲੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਅਵਤਾਰ ਸਿੰਘ ਜੀ ਚੰਨ, ਉਹਨਾਂ ਦੇ ਢਾਡੀ ਜਥੇ ਨਾਲ ਜਿਹਨੇ ਆਪਣੇ ਸਮੇਂ ਦੇ ਵਿੱਚ ਬਹੁਤ ਜੋਸ਼ੀਲੇ ਢੰਗ ਦੇ ਨਾਲ ਆਪ ਜੀ ਨੂੰ ਸਤਿਗੁਰੂ ਜੀ ਦਾ ਇਤਿਹਾਸ ਸ਼ਰਵਣ ਕਰਵਾਇਆ। ਜ਼ਰੂਰੀ ਬੇਨਤੀ ਹੈ ਕਿ ਪੰਜ ਪਿਆਰੇ ਸਾਹਿਬਾਨ ਪੁੱਜ ਚੁੱਕੇ ਆ, ਜਿਨ੍ਹਾਂ ਵੀ ਸੰਗਤਾਂ ਨੇ ਅੰਮ੍ਰਿਤ ਛਕਣਾ ਹੈ ਉਹ ਗੁਰਦੁਆਰਾ ਦੇ ਪਾਸੇ ਮਾਤਾ ਗੰਗਾ ਜੀ ਦੇ ਗੁਰਦੁਆਰੇ ਦੇ ਲਾਗੇ ਜੋ ਸਕੂਲ ਹੈ ਉਹਦੇ ਵਿੱਚ ਪੂਰਾ ਪ੍ਰਬੰਧ ਕੀਤਾ ਗਿਆ ਹੈ, ਪ੍ਰਕਾਸ਼ ਹੋ ਚੁੱਕਾ ਹੈ। ਜਿਨ੍ਹਾਂ ਵੀ ਸੰਗਤਾਂ ਨੇ ਅੰਮ੍ਰਿਤ ਛਕਣਾ ਉਹ ਉੱਥੇ ਜਾ ਕੇ ਇੱਕ ਕਾਰ ਉੱਥੋਂ ਪ੍ਰਾਪਤ ਕਰਕੇ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰ ਸਕਦਾ। ਇੱਕ ਬੇਨਤੀ ਹੈ, ਰਤਨ ਚੰਦ ਪਿੰਡ ਹਰਦੋ ਸਿੰਘਾ ਜਲੰਧਰ, ਉਹਨਾਂ ਦਾ ਡਰਾਈਵਰੀ ਲਾਇਸੈਂਸ ਗੁੰਮ ਹੋਇਆ, ਸਟੇਜ 'ਤੇ ਪੁੱਜਾ ਹੈ, ਕਿਤੇ ਵੀ ਆਵਾਜ਼ ਸੁਣਦੇ ਹੋ ਆਪਣਾ ਡਰਾਈਵਰੀ ਲਾਇਸੈਂਸ ਸਟੇਜ ਤੋਂ ਖੜ ਸਕਦੇ ਆ। ਰਤਨ ਚੰਦ ਪਿੰਡ ਹਰਦੋ ਸਿੰਘਾ ਜਲੰਧਰ, ਉਹਨਾਂ ਦਾ ਡਰਾਈਵਰੀ ਲਾਇਸੈਂਸ ਇੱਥੇ ਪੁੱਜਾ ਹੈ। ਸੋ ਹੁਣ ਮੈਂ ਬੇਨਤੀ ਕਰਾਂਗਾ ਗਿਆਨੀ ਇੰਦਰਜੀਤ ਸਿੰਘ ਜੀ ਨਿਰਮਲ, ਦਰਵੇਸ਼ ਪਿੰਡ ਦੀਆਂ ਬੀਬੀਆਂ ਦਾ ਢਾਡੀ ਜਥਾ 20 ਮਿੰਟ ਦੀ ਹਾਜ਼ਰੀ ਲਵਾਉਣਗੇ। ਆਓ ਬੜੇ ਅਦਬ ਸਤਿਕਾਰ ਦੇ ਨਾਲ ਆਪਾਂ ਉਹਨਾਂ ਕੋਲੋਂ ਸਤਿਗੁਰੂ ਜੀ ਦਾ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਬਾਬਾ ਜੀ ਸਟੇਜ 'ਤੇ ਬੈਠੇ ਆ, ਜਿਨ੍ਹਾਂ ਸੰਗਤਾਂ ਨੂੰ ਨਹੀਂ ਪਤਾ ਉਹ ਇਹਨਾਂ ਦੇ ਨਾਲ ਉੱਥੇ ਜਾ ਸਕਦੇ ਆ, ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੋਵੇ। ਬਾਬਾ ਨਿਰਮਲ ਸਿੰਘ ਜੀ ਵੀ ਖੜ੍ਹੇ ਆ, ਜਿਨ੍ਹਾਂ ਨੇ ਨਾਲ ਜਾਣਾ ਸੰਗਤਾਂ ਉਹ ਇਹਨਾਂ ਦੇ ਨਾਲ ਉੱਥੇ ਜਾ ਸਕਦੇ ਆ, ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਆਪ ਜੀ ਨੂੰ ਦੱਸ ਦੇਣਗੇ ਕਿ ਉਹ ਸਕੂਲ ਕਿੱਥੇ ਹੈ, ਜਿਨ੍ਹਾਂ ਨੂੰ ਨਹੀਂ ਪਤਾ ਉਹ ਨਾਲ ਜਾ ਸਕਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Thank you.
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ Thank you.
ਮਾਤਾ ਜੀ ਖਾਲੀ ਝੋਲੀ ਤੇਰੇ ਦਰੋਂ ਭਰ ਕੇ ਉਠਾਉਂਦੇ ਹਾਂ, ਖਾਲੀ ਝੋਲੀ ਤੇਰੇ ਦਰੋਂ ਭਰ ਕੇ ਉਠਾਉਂਦੇ ਹਾਂ, ਖਾਲੀ ਝੋਲੀ ਤੇਰੇ ਦਰੋਂ ਭਰ ਕੇ ਉਠਾਉਂਦੇ ਹਾਂ, ਰਹਿਮਤਾਂ ਦੇ ਸਾਗਰ ਖਜ਼ਾਨਾ ਦੇ ਮਾਲਕਾ ਜੀ। ਇੱਕ ਅਦੁੱਤੀ ਗੁਰੂ ਨਾਨਕ ਦੇਵ ਆ,
ਓੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਸ਼੍ਰੀ ਅਰਜੁਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਗਾਨੀ ਨਿਰਵੈਰ ਗੁਰੂ ਹੈ ਸ਼੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸੈ ਭੰਗ ਸ਼੍ਰੀ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਧਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹੇ ਓ ਭਰ ਪਨ ਮਥੁਰਾ ਕਛ ਭੇਤ ਨਹੀਂ ਗੁਰ ਅਰਜਨ ਪ੍ਰਤੱਖ ਹਰ ਰਾਮਦਾਸ ਗੁਰੂ ਜਗਤਾਰਨ ਕਉ ਗੁਰਜੋਤ ਅਰਜਨ ਮਾਹਿ ਧਰੀ ਹਾਜ਼ਰੇ ਹਾਜ਼ੂਰ ਜ਼ਾਹਿਰੇ ਜ਼ਾਹੂਰ ਸਰਬ ਕਲਾ ਭਰਪੂਰ ਜਗ ਦੀ ਜੋਤ ਪਤਿਤ ਪਾਵਨ ਭਗਤ ਵਚਲ ਪੈ ਹਰਣ ਕਰਨ ਕਾਰਨ ਸਮਰੱਥ ਚਵਰ ਚਾਉਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸੁਭਾਏ ਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਛੱਤੀ ਮਹਾਂਪੁਰਖਾਂ ਦੀ ਆਤਮਾ ਅਕਾਲ ਪੁਰਖ ਦੀਨਾ ਬੰਧੂ ਨਿਰੰਕਾਰ ਸੱਚੇ ਪਾਤਸ਼ਾਹ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਕੋਈ ਗੁਰੂਆਂ ਦੇ ਗੁਰੂ ਪੀਰਾਂ ਦੇ ਪੀਰ ਮਹਾ ਬਲਿਹਾਰੀ ਹੱਕ ਨਿਰਵੈਰ ਪੁਰਖ ਸਤਿਗੁਰ ਪ੍ਰਵਦਾਤੇ ਹਮ ਅਪਰਾਧੀ ਤੂੰ ਬਖਸ਼ਾਤੇ ਜਿਸ ਪਾਪੀ ਕੋ ਮਿਲੇ ਨਾ ਢੋਈ ਸ਼ਰਣ ਆਵੇ ਤਾਂ ਨਿਰਮਲ ਹੋਈ ਜੋ ਸ਼ਰਣ ਆਵੇ ਤਿਸ ਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ ਸਾਹਿਬੇ ਕਮਾਲ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨ੍ਹਾਂ ਦੀ ਪਾਵਨ ਗੋਦ ਵਿੱਚ ਬੈਠ ਕਰਕੇ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਵਿਆਹ ਆਨੰਦ ਕਾਰਜਾਂ ਦੇ ਪਿਆ ਪੁਰਬ ਨੂੰ ਸਮਰਪਿਤ ਹੋ ਕਰਕੇ ਸਾਹਿਬ ਦੇ ਵਿਆਹ ਦੀਆਂ ਖੁਸ਼ੀਆਂ ਆਨੰਦ ਮਾਣ ਰਹੀ ਸਾਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਜਿੰਨਾ ਸਮਾਂ ਮਿਲਿਆ ਸਮੇਂ ਵਿੱਚ ਰਹਿ ਕੇ ਤੁਹਾਡੇ ਜੋੜੇ ਝਾੜ ਕੇ ਅਸੀਂ ਸਾਂ ਇਕੱਤਰ ਕਰਨ ਦੇ ਯਤਨ ਕਰਾਂਗੇ ਆਓ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਫਤਿਹ ਗਜਾ ਕੇ ਫਤਿਹ ਬੁਲਾ ਕੇ ਫਤਿਹ ਦੇ ਨਾਲ ਆਪਣੀਆਂ ਤੇ ਸਾਡੀਆਂ ਹਾਜ਼ਰੀਆਂ ਲਵਾਓ ਮੈਂ ਹਮੇਸ਼ਾ ਬੇਨਤੀ ਕਰਦਾ ਹੁੰਦਾ ਚਾਹੇ ਸਮਾਂ ਥੋੜਾ ਹੋਵੇ ਤੇ ਚਾਹੇ ਸਮਾਂ ਜ਼ਿਆਦਾ ਹੋਵੇ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਹੁੰਦਾ ਸੰਗਤ ਜੀ ਜਿਹਦੇ ਵੀ ਕਿਤੇ ਆਪਾਂ ਨਾ ਗੁਰਸਿੱਖਾਂ ਨੂੰ ਮਿਲੀਏ ਚਾਹੇ ਸਾਨੂੰ ਬੁਲਾਉਣ ਵਾਲਾ ਕੋਈ ਹਿੰਦੂ ਧਰਮ ਦਾ ਹੋਵੇ ਜੈਨੀ ਧਰਮ ਦਾ ਹੋਵੇ ਬੋਧੀ ਧਰਮ ਦਾ ਹੋਵੇ ਉਹ ਖੱਤਰੀ ਹੋਵੇ ਬਾਹਮਣ ਹੋਵੇ ਸੂਦ ਹੋਵੇ ਅਸੀਂ ਜਾਤਾਂ ਪਾਤਾਂ ਊਚ ਨੀਚ ਤੋਂ ਕੀ ਲੈਣਾ ਹੈ ਪਰ ਜਦੋਂ ਕਿਤੇ ਪਿਆਰ ਵਾਲਾ ਕੋਈ ਵੀ ਮਿਲੇ ਨਾ ਰਿਸ਼ਤੇਦਾਰੀ ਸਕੇ ਸੰਬੰਧੀ ਭਾਈਚਾਰੇ ਨਗਰ ਖੇੜੇ ਵਿੱਚ ਵਿਚਰਦੇ ਆ ਤੇ ਤੁਸੀਂ ਫਤਿਹ ਗੱਜ ਕੇ ਬੁਲਾਇਆ ਕਰੋ ਫਤਿਹ ਬੁਲਾਉਣ ਲੱਗੇ ਸੰਗਿਆ ਨਾ ਕਰੋ ਸੱਚ ਜਾਣਿਓ ਇਹ ਫਤਿਹ ਜਿਹੜੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ੀ ਆ ਨਾ ਇਹ ਬੜੀ ਮਹਿੰਗੀ ਲਈ ਹੈ ਬੜਾ ਮੁੱਲ ਤਾਰਿਆ ਇਸ ਫਤਿਹ ਦਾ ਸੀ ਇਸ ਫਤਿਹ ਵਾਸਤੇ ਕਦੇ ਚਰਖੜੀਆਂ ਤੇ ਚੜ੍ਹੇ ਕਦੇ ਆਰੀਆਂ ਦੇ ਹੇਠਾਂ ਬੈਠੇ ਕਦੇ ਬੰਦ ਬੰਦ ਕਟਾਏ ਉਹ ਕਦੇ ਝੰਡਾ ਦੇ ਨਾਲ ਬੰਨ ਕੇ ਸਾੜੇ ਗਏ ਕਦੇ ਗੱਡੀਆਂ ਹੇਠ ਲਤਾੜੇ ਗਏ ਕਦੇ ਫਾਂਸੀਆਂ ਤੇ ਚਾੜੇ ਗਏ ਕਦੇ ਵਰਦੀਆਂ ਗੋਲੀਆਂ ਵਿੱਚ ਨਹਾਤਾ ਅਸੀਂ ਕਦੇ ਜਮੂਰੀਆਂ ਨਾਲ ਮਾਸ ਤਰਵਾਏ ਕਦੇ ਕੋਹਲੂਆਂ ਦੇ ਵਿੱਚ ਭੀੜ ਹੋਈ ਕਦੇ ਬਿਨਾਂ ਸੀਸ ਦੇ ਲੜੇ ਓਏ ਖੋਪਰ ਲਹਾ ਕੇ ਬਾਈ ਬਾਈ ਦਿਨ ਤੱਕ ਅਸੀਂ ਜਿਉਂਦੇ ਰਹੇ ਫਤਿਹ ਦੇ ਆਸਰੇ ਆ ਫਤਿਹ ਹੈ ਜਿਸ ਨੂੰ ਬਾਜਾਂ ਵਾਲੇ ਨੇ ਸਾਡੀ ਝੋਲੀ ਵਿੱਚ ਪਾਉਣ ਵਾਸਤੇ ਨਾ ਆਨੰਦਾਂ ਦੀ ਪੁਰੀ ਨੂੰ ਛੱਡ ਕੇ ਕੰਡਿਆਂ ਦੀ ਸੇਜ ਤੇ ਸੌ ਕੇ ਕਹਿੰਦਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਸਾਹਿਬ ਨੇ ਕਿਹਾ ਸੀ ਪਿਆਰਿਆ ਜਦੋਂ ਕਿਤੇ ਫਤਿਹ ਬੁਲਾਵੇਂਗਾ ਅਕਾਲ ਪੁਰਖ ਨੂੰ ਨੇੜੇ ਪਾਵੇਂਗਾ ਜਦੋਂ ਕਿਤੇ ਫਤਿਹ ਬੁਲਾਵੇਂਗਾ ਸੱਚ ਮੁੱਚ ਹੀ ਫਤਿਹ ਪਾ ਜਾਵੇਂਗਾ ਕੋਈ ਸ਼ਾਇਰ ਲਿਖਦਾ ਹੈ ਉਹ ਕਹਿੰਦਾ ਇਸ ਫਤਿਹ ਨੂੰ ਫਤਿਹ ਕਰਨ ਖਾਤਰ ਬਾਜਾਂ ਵਾਲੇ ਸਰਵੰਸ ਹੈ ਵਾਰ ਦਿੱਤਾ ਬਈ ਫਤਿਹ ਦੇ ਸਦਕਾ ਸਿੰਘ
ਦਾ ਸੂਰਿਆ ਬਿਨਾਂ ਸੀਸ ਦੇ ਦੁਸ਼ਮਣ ਤੇ ਵਾਰ ਕੀਤਾ। ਫਤਿਹ ਗੂੰਜਦੀ ਸੀ, ਗੂੰਜਦੀ ਹੈ, ਗੂੰਜਦੀ ਰਹਿਣੀ ਹੈ। ਇਹਨਾਂ ਫਤਿਹ ਨਾਲ ਗੁਰਾਂ ਪਿਆਰ ਕੀਤਾ, ਉਹ ਜਿਹਨੇ ਅਦਬ ਦੇ ਨਾਲ ਫਤਿਹ ਦੀ ਸਾਂਝ ਪਾਈ ਉਹਨੇ ਫਤਿਹ ਚੋਂ ਗੁਰੂ ਦੀਦਾਰ ਕੀਤਾ। ਨਿਰਮਲ ਜੀ ਸੰਗਤ ਚ ਗੱਚ ਕੇ ਬੁਲਾਈਏ ਫਤਿਹ, ਫਤਿਹ ਸਾਡੇ ਲਈ ਤਾਂ ਤਿਆਰ ਕੀਤਾ, ਇਹ ਫਤਿਹ ਸਾਡੇ ਵਾਸਤੇ ਬਣੀ, ਕੋਈ ਰਸਨਾ ਵਾਂਝੀ ਨਾ ਰਹੇ। ਚੁਕਾਓ ਸੀਸ, ਜੋੜੋ ਹੱਥ, ਬੈਠੋ ਸੱਜ ਕੇ, ਆਖੋ ਗੱਜ ਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਤਰੀਕ ਤੋਂ ਗੁਰੂ ਸਾਹਿਬ ਦੇ ਵਿਆਹ ਪੁਰਬ ਨੂੰ ਸਮਰਪਿਤ ਹੋਏ ਆ। ਕੋਈ ਵੀ ਸੰਗਤ ਮਹਿਸੂਸ ਨਹੀਂ ਕਰਦੀ, ਜਿਹੜਾ ਦਿਲੋਂ ਪਿਆਰ ਕਰਨ ਵਾਲਾ ਹੈ ਨਾ ਗੁਰੂ ਦੇ ਨਾਲ, ਉਹ ਕਦੇ ਮਹਿਸੂਸ ਨਹੀਂ ਕਰਦਾ ਕਿ ਮੈਂ ਗੁਰੂ ਸਾਹਿਬ ਦੇ ਵਿਆਹ ਪੁਰਬ ਦੇ ਵਿੱਚ ਸ਼ਾਮਿਲ ਹੋਣੇ ਲੱਗਾ। ਉਹਦੇ ਅੰਦਰ ਤੇ ਖੇੜਾ ਹੀ ਇੰਨਾ ਚੜਿਆ ਹੁੰਦਾ ਕਿ ਉਹਨੂੰ ਜਾਪਦਾ ਹੁੰਦਾ ਕਿ ਮੇਰੇ ਘਰ ਦੇ ਵਿੱਚ ਵਿਆਹ ਪੁਰਬ ਰੱਖਿਆ ਗਿਆ, ਇਹ ਵਿਆਹ ਪੁਰਬ ਮੇਰੇ ਘਰ ਦੇ ਵਿੱਚ ਹੈ, ਮੈਂ ਥੋੜਾ ਜਿਹਾ ਧੰਨਵਾਦ ਕਰਨਾ। ਕੋਟਾਨਕੋਟ ਸ਼ੁਕਰ ਤੇ ਸਮਾਲਕ ਦਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ, ਜਿਹਨੇ ਦਇਆ ਕੀਤੀ, ਮਿਹਰ ਕੀਤੀ, ਆਪ ਸੰਗਤਾਂ ਦੇ ਜੋੜੇ ਝਾੜਨ ਦੇ ਸੁਭਾਗੇ ਸਮੇਂ ਬਖਸ਼ਿਸ਼ ਕੀਤੇ। ਮੈਨੇਜਰ ਸਾਹਿਬ ਯਾਨੀ ਸੁਖਦੇਵ ਸਿੰਘ ਜੀ, ਅਕਾਊਂਟੈਂਟ ਸਰਦਾਰ ਜਸਵਿੰਦਰ ਸਿੰਘ ਜੀ ਛਾਪਾ, ਸੈਕਟਰੀ ਸਾਹਿਬ ਜਸਵਿੰਦਰ ਸਿੰਘ ਜੀ ਛਾਪਾ, ਪਰਮਜੀਤ ਸਿੰਘ ਜੀ ਯਾਨੀ ਮੋਹਨ ਸਿੰਘ ਜੀ ਦੰਦੂਵਾਲ, ਮਾਤਾ ਗੰਗਾ ਜੀ ਸੇਵਾ ਸੁਸਾਇਟੀ, ਆਪ ਬੜਾ ਮਾਣ ਬਖਸ਼ਦ। ਆਓ, ਮੈਨੂੰ ਹੁਕਮ ਹੋਇਆ ਕਿ ਚੜ੍ਹਦੀ ਕਲਾ ਵਾਲਾ ਪ੍ਰਸੰਗ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ। ਸਮਾਂ ਦੀ ਇਜਾਜ਼ਤ ਨਹੀਂ ਦਿੰਦਾ ਕਿ ਸਮੇਂ ਵਿੱਚ ਕਿਸੇ ਇਤਿਹਾਸ ਨੂੰ ਸੰਪੂਰਨ ਕੀਤਾ ਜਾਵੇ। ਆਓ, ਛੋਟੀ ਜਿਹੀ ਗੱਲ ਮੈਂ ਤੁਹਾਡੇ ਨਾਲ ਕਹਿ ਕੇ ਖਿਮਾ ਦੇ ਜਾਚਕ ਹੋਣਾ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ, ਮਾਤਾ ਗੰਗਾ ਜੀ ਦੇ ਨਾਲ ਆਨੰਦ ਕਾਰਜ ਸੰਪੂਰਨ ਹੋਏ ਤੇ ਜਦੋਂ ਕਿਤੇ ਲਾਲ ਦੀ ਵਾਰੀ ਆਈ, ਹਮੇਸ਼ਾ ਹੀ ਜਹਾਂਗੀਰ ਨੇ ਸਵਾਲ ਕੀਤਾ ਸੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ, ਕਹਿੰਦੇ ਜਹਾਂਗੀਰ ਨੇ ਕਿਹਾ ਸੀ, ਸਾਹਿਬਾ ਅਸੀਂ ਤੁਹਾਨੂੰ ਕੁਝ ਨਹੀਂ ਸੀ ਕਹਿਣਾ, ਪਰ ਤੁਸੀਂ ਮੇਰੇ ਪੁੱਤ ਖੁਸਰੋ ਨੂੰ ਪ੍ਰਸ਼ਾਦਾ ਛਕਾਇਆ, ਉਹਨੂੰ ਇਹ ਕਿਹਾ ਸੀ ਕਿ ਜਾ ਰਾਜ ਗੱਦੀ ਤੇ ਤੂੰ ਬੈਠੇਗਾ, ਤੇ ਸਾਹਿਬ ਹੱਸ ਪਏ ਸਨ, ਮੁਸਕੁਰਾ ਪਏ। ਕਹਿੰਦੇ ਜਹਾਂਗੀਰ ਉਹ ਕਿਹੋ ਜਿਹੀਆਂ ਭੋਲੀਆਂ ਗੱਲਾਂ ਕਰਦਾ ਸੱਜਣਾ, ਸਿੱਖਾਂ ਦੇ ਗੁਰੂ ਦੀ ਤਾਂ ਗੱਲ ਬੜੀ ਦੂਰ ਦੀ ਹੈ, ਸਿੱਖਾਂ ਦੇ ਵਿੱਚ ਇੰਨੀ ਤਾਕਤ ਹੈ, ਮੀਰੀ ਪੀਰੀ ਦੇ ਮਾਲਕ ਨੂੰ ਸੱਚਖੰਡ ਤੋਂ ਸੱਦਣ ਦੀ ਸਮਰੱਥਾ ਰੱਖਦੇ ਆ। ਸਿੱਖਾਂ ਦੀ ਤੇ ਗੁਰੂ ਦੀ ਤੇ ਗੱਲ ਛੱਡਦੇ, ਕੋਈ ਸਿੱਖ ਵੀ ਗੱਲ 'ਚ ਪੱਲਾ ਪਾ ਕੇ ਨਿਰੰਕਾਰ ਦੇ ਚਰਨਾਂ 'ਚ ਅਰਦਾਸ ਕਰ ਦਿੰਦਾ ਨਾ ਕਿ ਸੱਚੇ ਪਾਤਸ਼ਾਹ ਜਹਾਂਗੀਰ ਦੀ ਜਗ੍ਹਾ 'ਤੇ ਇਹਦਾ ਪੁੱਤਰ ਖੁਸਰੋ ਰਾਜਾ ਬਣ ਜਾਏ, ਬਾਦਸ਼ਾਹ ਬਣ ਜਾਏ। ਸੱਚ ਜਾਣੀ ਬਾਦਸ਼ਾਹ ਤੂੰ ਕੱਫਣ 'ਚ ਲਪੇਟਿਆ ਹੋਣਾ ਸੀ ਤੇ ਤੇਰਾ ਪੁੱਤ ਖੁਸਰੋ ਦਿੱਲੀ ਤਖ਼ਤ ਦਾ ਰਾਜਾ ਹੋਣਾ ਸੀ, ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ। ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਾਬਾ ਬੁੱਢਾ ਜੀ ਨੂੰ ਵਡਿਆਈ ਦਿੰਦੇ ਨੇ। ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜਿਹੜਾ ਸਿੱਖ ਬਹਿੰਦਾ ਹੈ ਨਾ ਉਹ ਬਾਬਾ ਬੁੱਢਾ ਜੀ ਦੇ ਰੁਤਬੇ ਤੇ ਕਾਇਮ ਹੈ। ਹਾਂ, ਉਹ ਸਿੱਖ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਮੈਂ ਬਾਬਾ ਬੁੱਢਾ ਜੀ ਦੇ ਰੁਤਬੇ ਤੇ ਬੈਠਾ ਹੈ ਤੇ ਮੈਨੂੰ ਕਿਤੇ ਕੁਕਰਮਾਂ ਤੋਂ ਸੱਚੇ ਪਾਤਸ਼ਾਹ ਪਰੇ ਕਰ ਲੈਣ। ਆਓ ਰਹੋ ਵਿਚਾਰ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ 19 ਜੂਨ 1595 ਈਸਵੀ ਬਡਾਲੀ ਨਗਰ ਦੇ ਵਿੱਚ ਹੁੰਦਾ ਹੈ। ਸੱਚੇ ਪਾਤਸ਼ਾਹ ਨੇ 4 ਜੰਗਾਂ ਲੜੀਆਂ, ਚੌਥੀ ਜੰਗ ਦੀ ਗੱਲ ਮੈਂ ਤੁਹਾਡੇ ਨਾਲ ਕਹਿ ਕੇ ਖਿਮਾ ਦੇ ਜਾ ਚੁਕਾਉਣਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਮਾਝੇ ਤੇ ਮਾਲਵੇ ਨੂੰ ਉਤਾਰਦੇ ਹੋਏ ਸਭਾਏ ਮਾਨ ਨੇ, ਉੱਥੇ ਇੱਕ ਬੁੱਢੜੀ ਮਾਂ ਆਉਂਦੀ ਹੈ ਜਿਹਦੇ ਵਿੱਚ ਬੱਚੇ ਪਾਲਣ ਦੀ ਸਮਰੱਥਾ ਨਹੀਂ, ਉਹ ਫਤਿਹ ਖਾਂ ਦੀ ਘਰਵਾਲੀ ਹੈ। ਫਤਿਹ ਖਾਂ 7 ਫੁੱਟ ਲੰਬਾ ਜਵਾਨ ਸੀ, ਉਹਦੇ ਵਿੱਚ ਇੰਨੀ ਤਾਕਤ ਸੀ ਕਿਸੇ ਵੀ ਯੋਧੇ ਨੂੰ ਆਪਣੀ ਗਲਵੱਕੜੀ ਵਿੱਚ ਲੈ ਕੇ ਉਹਦੇ ਸਾਹ ਘੁੱਟ ਦਿੰਦਾ ਸੀ। ਹੁਣ ਉਹ ਆ ਕੇ ਆਪਣੇ ਪੁੱਤਰ ਨੂੰ ਸਨਮੁਖ ਕਰਕੇ ਕਹਿੰਦੀ, ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਜੀ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣੇ, ਨਿਥਾਵਿਆਂ ਦੇ ਥਾਂ, ਸਤਿਗੁਰੂ ਕਿਰਪਾ ਕਰੋ,
ਮੇਰੇ ਸਿਰ ਦੇ ਉੱਤੋਂ ਮੇਰੇ ਸਾਈਂ ਦਾ ਸਾਇਆ ਉੱਠ ਗਿਆ। ਮੈਂ ਆਪਣੇ ਬੱਚੇ ਨੂੰ ਪਾਲ ਨਹੀਂ ਸਕਦੀ, ਤੁਸੀਂ ਮੇਰੇ ਬੱਚੇ ਦੀ ਪਰਵਰਿਸ਼ ਕਰੋ। ਸਾਹਿਬ ਨੇ ਗਲਵੱਕੜੀ ਵਿੱਚ ਲਿਆ, ਰੱਜ ਕੇ ਪਿਆਰ ਦਿੱਤਾ, ਦੋ ਸੱਜਰ ਸੂਈਆਂ ਮੱਝਾਂ ਰੱਖ ਦਿੱਤੀਆਂ ਦੁੱਧ ਪੀਣ ਵਾਸਤੇ, ਭਲਵਾਨ ਰੱਖ ਦਿੱਤੇ ਜ਼ੋਰ ਕਰਨ ਵਾਸਤੇ। ਇਹ ਬਲਕਾਰੀ ਯੋਧਾ ਹੋ ਗਿਆ ਅਤੇ ਅੰਮ੍ਰਿਤਸਰ ਦੀ ਜੰਗ ਦੇ ਵਿੱਚ, ਪਹਿਲੀ ਜੰਗ ਜਦੋਂ ਹੋਈ, ਇਸ ਮਰਦ ਨੇ ਸਤਿਗੁਰਾਂ ਦੇ ਘਰੋਂ ਖਾਧੇ ਲੂਣ ਦਾ ਰੱਜ ਕੇ ਹਿਸਾਬ ਦਿੱਤਾ, ਰੱਜ ਕੇ ਵਫਾਦਾਰੀ ਨਿਭਾਈ। ਤੇ ਜਦੋਂ ਵਫਾਦਾਰੀ, ਸਤਿਗੁਰਾਂ ਦੀ ਗੁਰਬਾਣੀ ਦਾ ਸ਼ਬਦ ਹੈ, ਹਰ ਚੂ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਹੁਣ ਮਨ ਵਿੱਚ ਹੰਕਾਰ ਪੈਦਾ ਹੋ ਗਿਆ, ਸੰਗਤਾਂ ਨੂੰ ਦੱਸਣ ਲੱਗ ਗਿਆ ਕਿ ਜਿਹੜੀ ਅੰਮ੍ਰਿਤਸਰ ਦੀ ਜੰਗ ਹੈ, ਜੇ ਮੈਂ ਨਾ ਨਾਲ ਹੁੰਦਾ ਤੇ ਗੁਰੂ ਸਾਹਿਬ ਕਦੇ ਨਾ ਫਤਿਹ ਕਰਦੇ। ਹੁਣ ਮਾਲਵੇ ਦੀਆਂ ਦੋ ਜੰਗਾਂ ਹੋਈਆਂ, ਦੂਜੀ ਤੇ ਤੀਜੀ ਜੰਗ ਦੇ ਵਿੱਚ ਸੱਚੇ ਪਾਤਸ਼ਾਹ ਨੇ ਇਹਨੂੰ ਨਾਲ ਨਹੀਂ ਰੱਖਿਆ। ਹੁਣ ਅਨੰਦਪੁਰ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਦੋਂ ਸੱਚੇ ਪਾਤਸ਼ਾਹ ਨੇ, ਇਹਦਾ ਪਿੰਡ ਮੀਰਪੁਰ ਹੈ, ਇਹ ਨਾਨਕੇ ਪਿੰਡ ਵੱਡੇ ਮੀਰ ਹੈ। ਹੁਣ ਆਓ ਵਿਚਾਰ ਕਰੀਏ, ਆਲਮਪੁਰ ਦੇ ਜੰਮਪਲ ਇਸ ਮਰਦ ਨੇ ਆ ਕੇ ਬਾਬੇ ਬਿਧੀ ਚੰਦ ਦੇ ਕੋਲ ਸ਼ਿਕਾਇਤ ਕੀਤੀ ਕਿ ਮੈਂ, ਮਹਾਰਾਜ ਨੇ ਮੈਨੂੰ ਬੱਚਿਆਂ ਵਾਂਗ ਪਾਲਿਆ ਤੇ ਦੋ ਜੰਗਾਂ ਲੜੀਆਂ, ਦੋ ਜੰਗਾਂ ਦੇ ਵਿੱਚ ਮੈਨੂੰ ਨਾਲ ਨਹੀਂ ਲਿਆ। ਬਾਬੇ ਬਿਧੀ ਚੰਦ ਨੇ ਕਿਹਾ, ਹੰਕਾਰ ਤੋਂ ਪਰੇ ਰਿਹਾ ਕਰ, ਗੁਰੂ ਸਾਹਿਬ ਚਰਨਾਂ ਨਾਲ ਲਾ ਲੈਂਦੇ ਨੇ। ਹੁਣ ਸਮਾਂ ਬਣ ਗਿਆ, ਇਸ ਸਮੇਂ ਦੇ ਵਿੱਚ ਹੀ ਇੱਕ ਸੌਦਾਗਰ ਕਾਬਲੀ ਮਲ, ਉਹਦਾ ਚਿੱਤਰ ਸੈਨ ਵੀ ਇਸ ਇਤਿਹਾਸ ਵਿੱਚ ਜ਼ਿਕਰ ਆਇਆ, ਉਹ 'ਚ ਕੁਝ ਭੇਟਾਵਾਂ ਲੈ ਕੇ ਆਉਂਦਾ ਇਹਨੇ। ਉਹਨਾਂ ਭੇਟਾਵਾਂ ਦੇ ਵਿੱਚ ਸਰਦਾਰ ਜੋਗਾ ਸਿੰਘ ਜੀ ਮਾਉਂ ਸਾਹਿਬ, ਬਹੁਤ ਸਾਰਾ ਮਾਣ, ਆਪ ਸਾਰੀਆਂ ਸੰਗਤਾਂ ਬੜੇ ਪਿਆਰ ਦੇ ਨਾਲ, ਬੁਲਾਰੇ ਦੇ ਵਾਸਤੇ ਸਭ ਤੋਂ ਵੱਡੀ ਉਹਦੀ ਅਸੀਸ ਹੈ, ਸਭ ਤੋਂ ਵੱਡੀ ਬੁਲਾਰੇ ਦੀ ਤਾਕਤ ਹੈ। ਤੁਸੀਂ ਸ਼ਾਂਤ ਹੋ ਕੇ ਉਹਨੂੰ ਸੁਣੋ, ਕਿਉਂਕਿ ਇੱਕ ਸੁਣਨ ਵਾਲਾ, ਇੱਕ ਬੋਲਣ ਵਾਲਾ ਜਦੋਂ ਮਿਲ ਜਾਂਦਾ ਹੈ ਨਾ, ਫਿਰ ਉਸ ਦੀਵਾਨ ਨੂੰ, ਦੀਵਾਨ ਨੇ ਕਹਿੰਦੇ ਉਹਨੂੰ ਸਤ ਸੰਗ ਕਹਿੰਦੇ, ਸਮਾਗਮ ਕਹਿੰਦੇ ਨੇ। ਆਓ ਸਤਿਗੁਰੂ ਆਪ ਸਾਰਿਆਂ ਨੂੰ ਸਮਤ ਬਖਸ਼ਣ, ਆਪਣੇ ਪਾਏ ਪੂਰਨੇ ਅਤੇ ਚੱਲਣ ਦੀ ਸਮਰੱਥਾ ਬਖਸ਼ਣ। ਆਓ, ਮੇਰੇ ਕੋਲ ਸਮਾਂ ਬੜਾ ਸੰਖੇਪ ਦੇ ਵਿੱਚ ਹੈ। ਹੁਣ ਉਹ ਚਿੱਤਰ ਸੈਨ ਕੁਝ ਭੇਟਾਵਾਂ ਲੈ ਕੇ ਆਇਆ, ਉਹਨਾਂ ਭੇਟਾਵਾਂ ਦੇ ਵਿੱਚ ਕੁਝ ਗਿਣਤੀ ਕੀਤੀ ਗਈ, ਸੋਨੇ ਦੀਆਂ ਮੋਹਰਾਂ ਸਨ, ਸੋਨੇ ਜਿਹੜੀ ਤਲਵਾਰ ਸੀ ਉਸ ਦੇ ਵਿੱਚ ਇੱਕ ਚਿੱਟਾ ਬਾਜ ਸੀ, ਦਰਿਆਈ ਘੋੜਾ ਸੀ, ਰੇਸ਼ਮੀ ਪੁਸ਼ਾਕ ਸੀ। ਹੁਣ ਗੁਰੂ ਸਾਹਿਬ ਜਾਣਦੇ ਸਨ ਕਿ ਪੈਂਦੇ ਖਾਂ ਦੇ ਅੰਦਰ ਗੁੱਸਾ ਹੈ, ਤੇ ਪੈਂਦੇ ਖਾਂ ਦੇ ਗੁੱਸੇ ਨੂੰ ਠੰਡਾ ਕਰਨ ਵਾਸਤੇ ਸੱਚੇ ਪਾਤਸ਼ਾਹ ਨੇ ਰੇਸ਼ਮੀ ਪੁਸ਼ਾਕ, ਦਰਿਆਈ ਘੋੜਾ ਤੇ ਉਹ ਜਿਹੜੀ ਸੋਨੇ ਜਿਹੜੀ ਕਿਰਪਾਨ ਸੀ ਉਹ ਭੇਟਾ ਕਰ ਦਿੱਤੀ, ਤੇ ਨਾਲ ਹੀ ਬਚਨ ਕਰ ਦਿੱਤਾ, ਪੁੱਤਰ ਜੀ ਜਦੋਂ ਵੀ ਕਿਤੇ ਗੁਰੂ ਨੂੰ ਮਿਲਣ ਆਉਣਾ ਹੋਵੇ, ਰੇਸ਼ਮੀ ਪੁਸ਼ਾਕ ਪਹਿਨ ਕੇ, ਹੱਥ ਵਿੱਚ ਇਹ ਤਲਵਾਰ ਪਕੜ ਕੇ ਤੇ ਇਸ ਘੋੜੇ ਦੇ ਉੱਤੇ ਚੜ੍ਹ ਕੇ ਆਵੇਂ। ਸਮਾਂ ਬਣਿਆ, ਭੇਟਾਵਾਂ ਲੈ ਕੇ ਕਰ ਗਿਆ। ਇਹਦਾ ਜਵਾਈ ਉਸਮਾਨ ਖਾਂ ਚੀਜ਼ਾਂ ਨੂੰ ਦੇਖ ਕੇ ਬੇਈਮਾਨ ਹੋ ਗਿਆ, ਉਹਨੇ ਕਿਹਾ ਮੈਨੂੰ ਚੀਜ਼ਾਂ ਦੇ ਦਿਓ ਨਹੀਂ ਤੇ ਮੈਂ ਫਾਹਾ ਲੈ ਕੇ ਮਰ ਜਾਣਾ, ਇਹ ਚੀਜ਼ਾਂ ਇਹਨੂੰ ਮਜਬੂਰੀ ਬੱਸ ਦੇਣੀਆਂ ਪਈਆਂ। ਪਰ ਜਿਹੜੀ ਅੰਦਰ ਦੀ ਆਤਮਾ ਹੈ ਨਾ, ਅਸੀਂ ਵੀ ਕਹਿ ਦੇਈਦਾ ਕਿ ਅਸੀਂ ਗੁਰੂ ਵਾਲੇ ਹਾਂ। ਸੰਗਤ ਜੀ, ਗੁਰੂ ਵਾਲੇ ਬਣਨਾ ਬਹੁਤ ਵੱਡੀ ਗੱਲ ਹੈ, ਗੁਰੂ ਦੇ ਪਾਏ ਪੂਰਨਿਆਂ ਤੇ ਚੱਲਣਾ ਬਹੁਤ ਵੱਡੀ ਗੱਲ ਹੈ, ਆਪਾਂ ਮਾਰ ਕੇ ਗੁਰੂ ਸਾਹਿਬ ਦੇ ਨਜ਼ਦੀਕ ਹੀ ਜਾਇਆ ਜਾਂਦਾ। ਹੁਣ ਅੱਜ ਗੁਰੂ ਸਾਹਿਬ ਨੇ ਜਿਹੜਾ ਬਾਜ ਸੀ ਆਪਣੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਦਿੱਤਾ, ਸਮਾਂ ਬਣਿਆ ਹੈ ਸ਼ਿਕਾਰ ਖੇਡਣ। ਉਸਮਾਨ ਖਾਂ ਵੀ ਗਿਆ ਹੈ, ਪੈਂਦੇ ਖਾਂ ਦਾ ਜਵਾਈ ਬਾਬਾ ਗੁਰਦਿੱਤਾ ਜੀ ਵੀ ਗਏ ਨੇ, ਬਾਬਾ ਗੁਰਦਿੱਤਾ ਜੀ ਦਾ ਬਾਜ ਉਸਮਾਨ ਖਾਂ ਲੈ ਕੇ ਆ ਗਿਆ। ਅਤੇ ਗੁਰੂ ਸਾਹਿਬ ਨੇ ਜਦੋਂ ਇਹਨੂੰ ਸੱਦ ਕੇ ਪੁੱਛਿਆ ਕਿ ਇਹ ਬਿਨਾਂ ਪੁਸ਼ਾਕ ਪਹਿਨੇ, ਬਿਨਾਂ ਤਲਵਾਰ ਪਕੜੇ, ਬਿਨਾਂ ਘੋੜੇ ਤੋਂ ਆ ਗਿਆ, ਅਤੇ ਸਾਹਿਬ ਨੇ ਜਦੋਂ ਪੁੱਛਿਆ, ਹੁਣ ਝੂਠ ਦੀ ਨੀਂਹ ਰੱਖੀ ਗਈ। ਸੱਚ ਜਾਣਿਓ, ਸਿਆਣੇ ਪੁਰਖ ਕਹਿੰਦੇ ਨੇ ਕਿ ਇੱਕ ਵਾਰ ਜਦੋਂ ਝੂਠ ਬੋਲ ਲਈਏ ਨਾ, ਉਹ ਝੂਠ ਨੂੰ ਸੱਚ ਕਰਨ ਵਾਸਤੇ ਹਜ਼ਾਰਾਂ ਝੂਠ ਬੋਲਣੇ ਪੈਂਦੇ, ਪਰ ਸੱਚ ਵਿੱਚ ਤਬਦੀਲ ਨਹੀਂ ਹੁੰਦਾ। ਹੁਣ ਅੱਜ ਪੈਂਦੇ ਖਾਂ ਪਹਿਲਾ ਝੂਠ ਬੋਲ ਗਿਆ, ਮਹਾਰਾਜ ਮੈਨੂੰ ਤੁਹਾਡਾ ਸੁਨੇਹਾ ਮਿਲਿਆ, ਮੈਂ ਤੇ ਬਾਹਰੋਂ ਬਾਰੀ ਆ ਗਿਆ, ਘਰ ਜਾਣ ਦਾ ਸਮਾਂ ਨਹੀਂ ਮਿਲਿਆ। ਬਾਬੇ ਬਿਧੀ ਚੰਦ ਨੂੰ, ਜੋ ਵਿਧੀਆਂ ਬਣਾਉਣ ਦੇ ਵਿੱਚ ਮਾਹਰ ਸਨ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਛਾਤੀ ਹੈ ਬਾਬਾ ਬਿਧੀ ਚੰਦ।
ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਇਹ ਬਾਬਾ ਬਿਧੀ ਚੰਦ ਨੂੰ ਗੁਪਤ ਰੂਪ ਦੇ ਵਿੱਚ ਸੱਚੇ ਪਾਤਸ਼ਾਹ ਨੇ ਭੇਜਿਆ ਤੇ ਬਾਬਾ ਬਿਧੀ ਚੰਦ ਉਸਮਾਨ ਖਾਂ ਚਵਾਰੇ ਦੇ ਵਿੱਚ ਪਿਆ ਏ। ਘੋੜਾ, ਬਾਜ, ਰੇਸ਼ਮੀ ਪਿਸ਼ਾਕ ਤੇ ਸੋਨੇ ਜਿਹੜੀ ਤਲਵਾਰ ਲੈ ਕੇ ਗੁਰੂ ਸਾਹਿਬ ਦੇ ਸਨਮੁਖ ਹਾਜ਼ਰ ਹੋ ਗਿਆ। ਗੁਰੂ ਸਾਹਿਬ ਕਹਿੰਦੇ ਪੈਂਦੇ ਖਾਂ ਚੀਜ਼ਾਂ ਕਿੱਥੋਂ ਆ ਗਈਆਂ? ਤੇ ਹੁਣ ਚਾਹੀਦਾ ਤਾਂ ਸੀ ਕਿ ਗੁਰੂ ਸਾਹਿਬ ਤੋਂ ਮਾਫੀ ਮੰਗ ਲੈਂਦਾ, ਪਰ ਇਹ ਆਕੜ ਗਿਆ, ਊਲ ਜਲੂਲ ਬੋਲਣ ਲੱਗ ਗਿਆ। ਇਹਨੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਬਾਬਤ ਕੁਝ ਅਪ ਸ਼ਬਦ ਬੋਲੇ। ਬਾਬਾ ਬਿਧੀ ਚੰਦ ਨੇ ਟਕਾਕ ਦੋ ਥੱਪੜ ਮਾਰੇ ਤੇ ਭੱਜਿਆ। ਜਾ ਕੇ ਨੇ ਸਾਰੀ ਗੱਲ ਘਰ ਦੱਸੀ। ਘਰ ਦੱਸ ਕੇ ਆਪਣੇ ਚਾਚੇ ਦੇ ਭਰਾ ਜਲੰਧਰ ਦੇ ਸੂਬੇਦਾਰ ਕੁਤਬ ਖਾਨ ਨੂੰ ਨਾਲ ਲੈ ਕੇ ਲਾਹੌਰ ਦਿੱਲੀ ਦਾ ਬਾਦਸ਼ਾਹ ਸ਼ਾਹਜਹਾਂ ਆਇਆ ਹੋਇਆ ਏ। ਉਹਦੇ ਸਨਮੁਖ ਹੋ ਕੇ ਗਲ ਵਿੱਚ ਪੱਲਾ ਪਾ ਕੇ ਰੋ ਕੇ ਕੁਰਲਾ ਕੇ ਹੀਲੜੀਆਂ ਕੱਢ ਕੇ ਕੁਝ ਗੱਲਾਂ ਹੈ ਇਉਂ ਕਰਦਾ ਬਈ। ਬੋਲਦਾ ਹੈ ਜੜਤ
ਕੋਈ ਬੋਲਦਾ ਹੈ ਚੜ੍ਹਤ ਨਿਆਰੀ ਉਹਦੇ ਸਾਹਮਣੇ ਨਾ ਕੋਈ ਬੋਲਦਾ ਹੈ ਚੜ੍ਹਤ ਨਿਆਰੀ ਪਹਿੰਦੇ ਖਾਂ ਨੇ ਚੁਗਲੀ ਕੀਤੀ ਸ਼ਾਹਜਹਾਂ ਨੇ ਕਾਲੇ ਖਾਂ ਨੂੰ ਭੇਜਿਆ ਕਰਤਾਰਪੁਰ ਦੀ ਚੌਥੀ ਜੰਗ ਦੇ ਵਿੱਚ ਪਹਿੰਦੇ ਖਾਂ ਦੇ ਨਾਲ ਨਾਲ ਇਹਦੇ ਨਾਲ ਦੇ ਜਿੰਨੇ ਵੀ ਅਹਿਲਕਾਰ ਸਨ ਇਹਦਾ ਜਵਾਈ ਉਸਮਾਨ ਖਾਂ ਕਾਲੇ ਖਾਂ ਕੁਤਬ ਖਾਂ ਇਹ ਸਾਰੇ ਜਰਨੈਲ ਮਾਰੇ ਗਏ। ਮੇਰਾ ਵਿਚਾਰ ਸੀ ਵੀ ਵਾਰ ਕਹਿ ਕੇ ਮੈਂ ਖਿਵਾਂ ਦੀ ਇਜਾਜ਼ਤ ਹੋਣਾ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਬੜੀਆਂ ਪਵਿੱਤਰ ਰੂਹਾਂ ਮੇਰੇ ਸਾਹਮਣੇ ਬੈਠੀਆਂ ਨੇ, ਗਿਆਨੀ ਦਲਵੀਰ ਸਿੰਘ ਜੀ ਸੋਢੀ ਸਾਹਿਬ ਧਨੀ ਪਿੰਡ ਤੋਂ, ਮੇਰੇ ਬਹੁਤ ਹੀ ਅਜੀਜ਼ ਮੇਰੇ ਬੱਚਿਆਂ ਵਾਂਗ ਅੰਮ੍ਰਿਤਦੀਪ ਸਿੰਘ ਜੀ ਸੇਵਕ ਸ਼ੰਕਰ ਤੋਂ, ਮੈਂ ਬਹੁਤਿਆਂ ਦੇ ਨਾਮ 'ਤੇ ਨਹੀਂ ਜਾਣਦਾ, ਆਪ ਸਾਰੀਆਂ ਸੰਗਤਾਂ ਦਾ ਪ੍ਰਬੰਧਕਾਂ ਦਾ ਬਹੁਤ 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 ਤਹਿ ਦਿਲੋਂ ਧੰਨਵਾਦ। ਆਪ ਜੀਆਂ ਨੇ ਨਿਵਾਜਣਾ ਕੀਤਾ, ਸੈਕਟਰੀ ਸਾਹਿਬ ਦਾ ਧੰਨਵਾਦ। ਮੈਂ ਤਾਂ ਵੈਸੇ ਬੇਨਤੀ ਕੀਤੀ ਸੀ ਕਿ 5 ਮਿੰਟ ਦੇ ਦਿਓ, ਕਹਿੰਦੇ ਨਹੀਂ ਜੀ ਤੁਹਾਡਾ ਟਾਈਮ ਤਾਂ ਅਖੀਰ ਦੇ ਵਿੱਚ ਸੀਗਾ, ਪਰ ਤੁਸੀਂ ਕਾਹਲੇ ਕਰ ਗਏ। ਅਸੀਂ ਸੁਖਚੈਨ ਸਾਹਿਬ ਤੋਂ ਨਗਰ ਕੀਰਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਾ ਹੈ, ਹਾਜ਼ਰੀ ਭਰਨੀ ਹੈ। ਆਪ ਸਾਰੀਆਂ ਸੰਗਤਾਂ ਨੂੰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਹੁਣ ਸਾਹਿਬ ਕਿਤੇ ਕਿਰਪਾ ਕਰਨ, ਉਹ ਮੇਰੇ ਮੀਰੀ ਪੀਰੀ ਵਾਲੇ ਨੇ ਦੋ ਤੇਗਾਂ ਪਹਿਨੀਆਂ, ਕਿਤੇ ਕਿਰਪਾ ਦੇ ਘਰ ਵਿੱਚ ਆ ਜਾਓ, ਇੱਕੋ ਹੀ ਪਹਿਨ ਲਓ, ਇੱਕੋ ਹੀ ਪਹਿਨ ਲਓ, ਕਿਤੇ ਖਿਆਲ ਮਾਰਿਓ ਇਹਨਾਂ ਦੋ ਤੇਗਾਂ ਨੂੰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 5 ਤੇਗਾਂ 'ਚ ਤਬਦੀਲ ਕੀਤਾ, 5 ਤੇਗਾਂ ਨੇ। ਆਹ 5 ਪਿਆਰੇ ਸਾਹਿਬ ਸਜੇ ਹੋਏ ਨੇ, ਅੰਮ੍ਰਿਤਪਾਨ ਹੋ ਰਿਹਾ ਹੈ, ਸੰਗਤਾਂ ਨੂੰ ਗੁਰੂ ਵਾਲੇ ਬਣਾਇਆ ਜਾ ਰਿਹਾ ਹੈ। ਉਹ 5 ਤੇਗਾਂ ਗੁਰੂ ਗੋਬਿੰਦ ਸਿੰਘ ਦੀਆਂ ਪੈਦਾ ਕੀਤੀਆਂ, 'ਚ ਲੱਖਾਂ ਅਰਬਾਂ ਖਰਬਾਂ ਤੇਗਾਂ ਦੇ ਵਿੱਚ ਤਬਦੀਲ ਹੋ ਰਹੀਆਂ ਨੇ। ਸਾਰੀ ਸੰਗਤ ਦਾ, ਗਰੀਬ ਨਿਵਾਜ ਮਾਲਕ ਦਾ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਬਹੁਤ ਬਹੁਤ ਧੰਨਵਾਦ। ਫੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਇੰਦਰਜੀਤ ਸਿੰਘ ਜੀ ਨਿਰਮਲ, ਦਰਵੇਸ਼ ਪਿੰਡ ਵਾਲੀਆਂ ਬੀਬੀਆਂ ਦਾ ਢਾਡੀ ਜਥਾ, ਜੋ ਆਪ ਜੀ ਨੂੰ ਸਤਿਗੁਰੂ ਜੀ ਦਾ ਪਾਵਨ ਪੁੱਤਰ ਇਤਿਹਾਸ ਸਰਵਣ ਕਰਵਾ ਰਿਹਾ ਸੀ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਗਈ ਹੈ ਕਿ 5 ਪਿਆਰੇ ਸਾਹਿਬਾਨ ਪੁੱਜ ਚੁੱਕੇ ਹਨ, ਜਿਨ੍ਹਾਂ ਵੀ ਅੰਮ੍ਰਿਤ ਭੁਲਾਖੀਆਂ ਨੇ ਅੰਮ੍ਰਿਤ ਛਕਣਾ ਹੈ, ਉਹ ਗੁਰਦੁਆਰਾ ਮਾਤਾ ਗੰਗਾ ਜੀ ਦੇ ਕੋਲ ਜੋ ਸਕੂਲ ਹੈ ਉਸ ਬਿਲਡਿੰਗ ਦੇ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਆਪ ਸਾਰੀ ਸੰਗਤ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ। ਬਹੁਤ ਸਤਿਕਾਰਯੋਗ ਗਿਆਨੀ ਸੰਤੋਖ ਸਿੰਘ ਜੀ ਲਹਿਰੀ, ਬਹੁਤ ਉੱਚ ਕੋਟੀ ਦੇ ਵਿਦਵਾਨ ਨੇ, ਆਓ 20 ਮਿੰਟ ਵਾਸਤੇ ਆਪ ਜੀ ਨੂੰ ਸਤਿਗੁਰੂ ਦਾ ਇਤਿਹਾਸ ਸਰਵਣ ਕਰਾਉਣਗੇ। ਆਓ ਬੜੇ ਅਦਭੁਤ ਸਤਿਕਾਰ ਦੇ ਨਾਲ ਆਪਾਂ ਸਰਵਣ ਕਰਨਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਠੀਕ ਕਰ ਲਓ, ਠੀਕ ਹੋ। ਲੱਜਾ ਮਾਲਕਾ ਆਪੇ ਰੱਖਦਾ ਲੱਜਾ
ਦੇਖੇ ਤੇਰੇ ਚੋਗ ਨਿਆਰੇ, ਦੇਖੇ ਤੇਰੇ ਚੋਗ ਨਿਆਰੇ, ਮੈਂ ਜਾਵਾਂ ਬਲਹਾਰੀ ਮੰਗਦੇ ਨੂੰ ਤੂੰ ਸ਼ਾਹ ਕਰ ਦੇਵੇਂ, ਸ਼ਾਹ ਤਾਈਂ ਭਿਖਾਰੀ ਹੋ ਮੰਗਦੇ ਨੂੰ ਤੂੰ ਸ਼ਾਹ ਕਰ ਦੇਵੇਂ, ਸ਼ਾਹ ਤਾਈਂ ਭਿਖਾਰੀ ਦੇਖੇ ਤੇਰੇ ਚੋਗ ਨਿਆਰੇ, ਦੇਖੇ ਤੇਰੇ ਚੋਗ ਨਿਆਰੇ, ਮੈਂ ਜਾਵਾਂ ਬਲਹਾਰੀ ਮੰਗਦਿਆਂ ਨੂੰ ਤੂੰ ਸ਼ਾਹ ਕਰ ਦੇਵੇਂ, ਸ਼ਾਹ ਤਾਈਂ ਭਿਖਾਰੀ ਹੋ ਮੰਗਦਿਆਂ ਨੂੰ ਤੂੰ ਸ਼ਾਹ ਕਰ ਦੇਵੇਂ, ਸ਼ਾਹ ਤਾਈਂ ਭਿਖਾਰੀ ਹੋ ਫਰਕ ਨਾ ਸਮਝੇ ਇੱਕ ਨਜ਼ਰ ਨਾਲ, ਫਰਕ ਨਾ ਸਮਝੇ ਇੱਕ ਨਜ਼ਰ ਨਾਲ, ਸਭ ਨੂੰ ਟੱਕਦਾ ਤੂੰ ਆਪੇ ਰੱਖਦਾ ਲਜਾ ਮਾਲਕਾ, ਆਪੇ ਰੱਖਦਾ ਤੂੰ ਆਪੇ ਰੱਖਦਾ ਲਜਾ ਮਾਲਕਾ, ਆਪੇ ਰੱਖਦਾ ਤੂੰ ਬਗੀਚਾ ਤੂੰ ਇਸ ਬਾਗ ਦਾ ਮਾਲੀ, ਭਈ ਕਣਕਣ ਦੇ ਵਿੱਚ ਵਾਸਾ ਤੇਰਾ ਤੇਰੀ ਖੇੜ ਨਰਾਲੀ, ਓ ਦੁਨੀਆ ਤੇਰਾ ਬਾਗ ਬਗੀਚਾ ਤੂੰ ਇਸ ਬਾਗ ਦਾ ਮਾਲੀ, ਭਈ ਕਣਕਣ ਦੇ ਵਿੱਚ ਵਾਸਾ ਤੇਰਾ ਤੇਰੀ ਖੇੜ ਨਰਾਲੀ, ਓ ਗਰੀਬ ਨਵਾਜ ਗਰੀਬਾਂ ਨੂੰ, ਗਰੀਬ ਨਵਾਜ ਗਰੀਬਾਂ ਨੂੰ ਗਲ ਲਾ ਨਾ ਰੱਖਦਾ ਤੂੰ ਆਪੇ ਰੱਖਦਾ ਲਜਾ ਮਾਲਕਾ, ਆਪੇ ਰੱਖਦਾ ਤੂੰ ਆਪੇ ਰੱਖਦਾ ਲਜਾ ਮਾਲਕਾ, ਆਪੇ ਰੱਖਦਾ ਜੁਗ ਟਲ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਵਿੱਤਰ ਪਾਵਨ ਹਜ਼ੂਰੀ ਵਿੱਚ ਪੰਚਮ ਪਾਤਸ਼ਾਹ ਸ਼ਹਿਨਸ਼ਾਹ ਦਤਾਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੋਹਣੇ ਚਰਨ ਮੁਬਾਰਕ ਪਾਕ ਪਵਿੱਤਰ ਧਰਤੀ ਦਾ ਆਨੰਦ ਲੈ ਕੇ ਆਪਣਾ ਜੀਵਨ ਸਫਲਾ ਕਰਨ ਦਾ ਯਤਨ ਕਰ ਰਹੇ ਸਨਮਾਨਯੋਗ ਗੁਰਮੁਖ ਪਿਆਰੇ ਖਾਲਸਾ ਜੀਓ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਫਤਿਹ ਦੀ ਸਾਂਝ ਪਾਉਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਮੂਹ ਸਤਿਕਾਰਯੋਗ ਇਲਾਕੇ ਦੀਆਂ ਗੁਰਸਿੱਖ ਸੰਗਤਾਂ ਧੰਨਤਾ ਦੇ ਯੋਗ ਵਧਾਈ ਦੇ ਪਾਤਰ ਹੋ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ 429ਵਾਂ ਵਿਆਹ ਪਰਬ ਮਨਾ ਕੇ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਦਾਸ ਆਪਣੇ ਢਾਡੀ ਜਥੇ ਵੱਲੋਂ ਸਮੂਹ ਸੰਗਤਾਂ ਨੂੰ ਜੀ ਆਇਆਂ ਅਤੇ ਲੱਖ ਲੱਖ ਵਧਾਈ ਦਿੰਦੇ ਹਾਂ। ਪਰਸੋਂ ਰੋਜ਼ ਤੋਂ ਵੈਸੇ ਤਾਂ ਦੀਵਾਨ ਕਈਆਂ ਦਿਨਾਂ ਤੋਂ ਚੱਲਦੇ ਨੇ ਬੈਗਾ ਸਾਹਿਬ ਜੀ, ਅਤੇ ਇੱਥੇ ਵੀ ਬਹੁਤ ਸਾਰੇ ਮਹਾਨ ਬੁਲਾਰਿਆਂ ਨੇ ਆਪ ਜੀ ਦੇ ਨਾਲ ਆਪਣੀਆਂ ਮਹਾਨ ਵਿਚਾਰਾਂ ਕੀਤੀਆਂ ਨੇ। ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ, ਸਮੂਹ ਸੰਗਤ ਦਾ ਫਿਰ ਧੰਨਵਾਦ ਕਰਦਾ। ਚੀਜ਼ ਮੈਂ ਇੱਕ ਕਹਿਣੀ ਹੈ, ਜੋੜੇ ਦੀ ਕਲੀ, ਮੁਆਫ਼ੀ ਮੰਗਦਾ ਕਿ ਮੇਰੇ ਸਾਥੀ ਆ ਰਹੇ ਸਨ, ਉਹਨਾਂ ਦਾ ਐਕਸੀਡੈਂਟ ਹੋ ਗਿਆ ਵਿਚਾਰੇ, ਇੱਕ ਢਾਡੀ ਦੀ ਤਾਂ ਲੱਤ ਦਾ ਬੜਾ ਨੁਕਸਾਨ ਹੋ ਗਿਆ, ਸਰੰਗੀ ਮਾਸਟਰ ਦੇ ਵੀ ਸੱਟਾਂ ਲੱਗੀਆਂ। ਮੈਂ ਇਹਨਾਂ ਨੂੰ ਬੇਨਤੀ ਕੀਤੀ, ਦੂਸਰਾ ਟਾਈਮ ਮੇਰਾ ਸੀ ਵੈਸੇ, ਸੋ ਮੈਂ ਧੰਨਵਾਦ ਕਰਦਾ ਕਿ ਵੀਰ ਸਮੇਂ ਸਿਰ ਆ ਗਏ ਨੇ ਅਤੇ ਮੈਂ ਆਪ ਸੰਗਤਾਂ ਦੇ ਦਰਸ਼ਨ ਦਾਰੇ ਕਰਨ ਦੇ ਯੋਗ ਹੋਇਆ। ਪਾਤਸ਼ਾਹਚਾਰਿਆਂ 'ਤੇ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਆਓ ਆਪਾਂ ਆਪਣੇ ਵਿਸ਼ੇ ਨਾਲ ਜੁੜਨ ਦਾ ਯਤਨ ਕਰੀਏ। ਅੱਜ ਆਪਾਂ ਨੂੰ ਲੋੜ ਹੈ ਵਿਆਹ ਪੁਰਬ ਤੋਂ ਇੱਕ ਗੱਲ ਸਿੱਖਣ ਦੀ, ਉਹ ਗੱਲ ਇਹ ਆ ਬਈ ਆਪਾਂ ਮਹਿਲ ਬੜੇ ਉਸਾਰ ਲਏ, ਕੋਠੀਆਂ ਪਾ ਲਈਆਂ, ਪਰ ਵੀਰੋ ਨੀਹਾਂ ਕੱਚੀਆਂ ਰੱਖ ਲਈਆਂ। ਨੀ ਮੇਰੀ ਮੁਰਾਦ, ਆਪਾਂ ਇਤਿਹਾਸ ਸਿਰਜ ਲਿਆ ਪਰ ਇਤਿਹਾਸ ਦੀ ਸਿਰਜਣਹਾਰੀ ਉਹਨੂੰ ਭੁੱਲ ਗਏ। ਜਦੋਂ ਵਿਅਕਤੀ ਆਪਣੇ ਕੇਂਦਰ ਬਿੰਦੂ ਨੂੰ ਭੁੱਲ ਜਾਏ ਨਾ, ਫਿਰ ਜਿੰਨੇ ਮਰਜ਼ੀ ਮਹਿਲ ਸਾਰੀ ਜਾਓ ਉਹ ਕੋਈ ਸਾਰਥਕ ਨਹੀਂ ਹੁੰਦੇ। ਮੈਂ ਬਹੁਤ ਵਾਰੀ ਸਟੇਜ ਤੋਂ ਕਹਿੰਦਾ ਹੁੰਦਾ ਕਿ ਰੁੱਖ ਵਿਹੜੇ ਸਾਂਝੇ ਸਨ, ਦੁੱਖ ਸੁੱਖ ਸਾਂਝੇ ਸਨ, ਬੂਹਾ ਖੁੱਲ੍ਹਾ ਰਹਿੰਦਾ ਸੀ, ਕੋਈ ਰਾਹੀ ਆ ਕੇ ਬਹਿੰਦਾ ਸੀ, ਰੁੱਸਦੇ ਸਾਂ ਮਨਾਉਂਦੇ ਸਾਂ, ਰਿਸ਼ਤੇਦਾਰੀਆਂ ਨਿਭਾਉਂਦੇ ਸਾਂ, ਪੈਸਾ ਪੱਲੇ ਘੱਟ ਸੀ ਪਰ ਮੱਥੇ 'ਤੇ ਨਾ ਵੱਟ ਸੀ, ਕੰਡਾ ਕੋਠੇ ਕੱਚੇ ਸਨ ਪਰ ਰਿਸ਼ਤੇਦਾਰ ਸੱਚੇ ਸਨ। ਮਿੱਤਰੋ ਹੁਣ ਬਹੁਤ ਕੁਝ ਪਾਇਆ ਹੈ ਪਰ ਮਿੱਤਰੋ ਗਵਾਇਆ ਹੀ ਗਵਾਇਆ ਹੈ, ਗਵਾਇਆ ਹੀ ਗਵਾਇਆ। ਹਰ ਇੱਕ ਚੁੱਕੀ ਫਿਰਦਾ ਸਿਰ 'ਤੇ ਆਪੋ ਆਪਣਾ ਕਹਿਰ, ਆ ਸਮਾਜ ਦੀ ਦਸ਼ਾ ਆ, ਧਰਮ ਹੀ ਨਹੀਂ ਆਪਾਂ, ਮਾਫ਼ ਕਰਨਾ ਮਹਾਰਾਜ ਦੀ ਹਜ਼ੂਰੀ 'ਚ ਮੈਂ ਕਹਿ ਰਿਹਾ, ਸਾਡੀ ਵਿਚਾਰਧਾਰਾ ਕੀ ਆ, ਹਰ ਇੱਕ ਚੁੱਕੀ ਫਿਰਦਾ ਸਿਰ 'ਤੇ ਆਪੋ ਆਪਣਾ ਕਹਿਰ, ਹਰ ਇੱਕ ਦੇ ਮੱਥੇ 'ਤੇ ਚਮਕੇ ਨੀਲਾ ਨੀਲਾ ਜ਼ਹਿਰ, ਉੱਤੋਂ ਉੱਤੋਂ ਪਿਆਰ ਮੁਹੱਬਤਾਂ ਵਾਲੇ ਦੀਵੇ ਬਾਲਣ, ਤਾਂ ਵਿੱਚੋਂ ਵਿੱਚੋਂ ਸਾਰੇ ਜਾਣੇ ਸੱਪ ਸਪੋਹੀਏ ਪਾਲਣ। ਜਦੋਂ ਸਾਡੀਆਂ ਕਦਰਾਂ ਕੀਮਤਾਂ ਢਾਹ ਲਾ ਜਾਣ ਤਾਂ ਉਹ ਵਿਅਕਤੀ ਖਾਲੀ ਹੁੰਦਾ, ਊਣਾ ਹੁੰਦਾ, ਫੋਕਾ ਹੁੰਦਾ, ਅਤੇ ਫੋਕੀ ਚੀਜ਼ ਦੀ ਕੋਈ ਕੀਮਤ ਨਹੀਂ ਹੁੰਦੀ। ਮਾਂ, ਇਹਨੂੰ ਕਹਿੰਦੇ ਮਾਂ, ਜੇ ਆਪਾਂ ਮਾਂ ਦੇ ਕਰੈਕਟਰ ਨੂੰ ਭੁੱਲ ਜਾਈਏ, ਉਹਦੀ ਕੀਤੀ ਕਰਨੀ ਨੂੰ ਭੁੱਲ ਜਾਈਏ, ਮਾਂ ਦਾ ਕਰਜ਼ਾ ਅਤੇ ਪਿਤਾ ਦਾ ਖਰਚਾ, ਮਾਂ ਦਾ ਕਰਜ਼ਾ ਅਤੇ ਪਿਤਾ ਦਾ ਖਰਚਾ ਔਲਾਦ ਸਾਰੀ ਉਮਰ ਨਹੀਂ ਚੁਕਾ ਸਕਦੀ ਜੋ ਮਰਜ਼ੀ ਕਰੀ ਜਾਈਏ। ਮਾਂ ਮਾਂ ਹੁੰਦੀ ਹੈ, ਮਾਤਾ ਭਾਨੀ ਜੀ, ਮੈਂ ਇੱਕੋ ਜ਼ਿਕਰ ਕਰਨਾ, ਮਾਂ ਭਾਨੀ ਜੇ ਨਹੀਂ ਆਪਣੇ ਪਿਤਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਪਿਤਾ ਘੱਟ ਅਤੇ ਗੁਰੂ ਜ਼ਿਆਦਾ ਮੰਨਿਆ। ਮਾਤਾ ਭਾਨੀ ਇਤਿਹਾਸ ਵਿੱਚ ਸਰਵ ਉੱਚ ਮਾਤਾ ਜੀ ਹੋਏ ਨੇ, ਜਿਹਨਾਂ ਦੇ ਪਿਤਾ ਗੁਰੂ, ਜਿਹਨਾਂ ਦੇ ਪਤੀ ਗੁਰੂ, ਜਿਹਨਾਂ ਦੇ ਪੁੱਤਰ ਗੁਰੂ, ਜਿਹਨਾਂ ਦੇ ਪੋਤੇ ਗੁਰੂ, ਜਿਹਨਾਂ ਦੇ ਪੜਪੋਤੇ ਅਤੇ ਗਾਂਹ ਪੜਪੋਤੇ ਗੁਰੂ, ਗੁਰੂ
ਗੋਬਿੰਦ ਸਿੰਘ ਮਹਾਰਾਜ ਜੀ ਗੁਰੂ ਚੇਲਾ ਸੰਤ ਸਿਪਾਹੀ ਕਵੀ ਲਿਖਾਏ ਕੰਜਰੀਅਰ ਸਮਾਜ ਧਾਰਕ ਨਿਕਲਾ ਵੀ ਜੋਧਾ ਜਰਨੈਲਾ ਸੁਰੱਈਆ ਕਣਗੀਆਂ ਵਾਲੇ ਬਾਜਾਂ ਵਾਲੇ ਤਾਜਾਂ ਵਾਲੇ ਲੰਗਰਾਂ ਵਾਲੇ ਲੋਹਾਂ ਵਾਲੇ ਕਰਮੇ ਜੋਗੀ ਭਗਤ ਜੋਗੀ ਅਮਰਦਾਸ ਤੇ ਸਰਵਾਨ ਸਦਾਨੀ ਏਡੇ ਖਾਨਦਾਨ ਦੀ ਬੀਬੀ ਮਾਲਕ ਆ ਆਓ ਸੇਵਾ ਪੁੰਜ ਪਿਤਾ ਜੀ ਨੂੰ ਨਲਾ ਰਹੇ ਨੇ ਸਾਰੇ ਆਪਾਂ ਵਾਕਫ ਆ ਤੇ ਪਾਵਾ ਟੁੱਟ ਗਿਆ ਪੈਰ ਥੱਲੇ ਦੇਤਾ ਜ਼ਖਮੀ ਹੋ ਗਿਆ ਖੂਨ ਵਗਣ ਲੱਗ ਪਿਆ ਪਿਤਾ ਜੀ ਪੁੱਛ ਰਹੇ ਨੇ ਕੀ ਹੋਇਆ ਮਾਤਾ ਜੀ ਨੇ ਸਭ ਕੁਝ ਦੱਸ ਦਿੱਤਾ ਤੇ ਪਿਤਾ ਜੀ ਕਹਿਣ ਲੱਗੇ ਮੰਗੋ ਕੀ ਮੰਗਦੇ ਹੋ ਹੁਣ ਆ ਮੰਗਣ ਵਾਲੀ ਗੱਲ ਮੰਗਣਾ ਕੀ ਹੈ ਮੰਗਣ 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 ਨਿੱਕਾ ਜਿਹਦਾ ਮੰਗਣਾ ਦਾ ਤੋ ਸਾਧ ਸੰਗਤ ਜੀ ਮੰਗਣ ਦੀ ਵਸਤਾ ਆਇਆ ਲਓ ਬੀਬੀ ਭਾਨੀ ਜੀ ਕਹਿਣ ਲੱਗੇ ਜੇ ਦੇਣਾ ਨਾ ਤੇ ਘਰ ਦੀ ਘਰ 'ਚ ਰਹਿ ਜਾਏ ਪਾਤਸ਼ਾਹ ਕਹਿੰਦੇ ਅੱਖਾਂ ਮੀਟੋ ਸਾਰਾ ਹੀ ਨਕਸ਼ਾ ਦਿਖਾ ਦਿੱਤਾ ਮਾਤਾ ਜੀ ਕਹਿਣ ਲੱਗੇ ਦੁਨੀਆਂ ਦੀ ਭਲਾਈ ਦੀ ਖਾਤਰ ਦੁਨੀਆਂ ਦੇ ਸਾਰੇ ਦੁੱਖ ਮੈਂ ਆਪਣੀ ਝੋਲੀ 'ਚ ਪਾ ਲਾਂਗੀ ਪਰ ਮੇਰੇ ਪੁੱਤਰ ਨੂੰ ਔਲਾਦ ਨੂੰ ਕਿਸੇ ਨੂੰ ਕੋਈ ਦੁੱਖ ਨਾ ਹੋਵੇ ਆਹ ਉਸ ਵੇਲੇ ਦਾ ਇੱਕ ਨਕਸ਼ਾ ਕਵੀ ਦੀ ਕਲਮ ਨੇ ਜਿਵੇਂ ਸੰਜੀਦਾ ਖਿੱਚਿਆ ਉਹਨੂੰ ਨੂਰ ਮਹਿਰ ਵਾਲਾ ਲਹਿਰੀ ਢਾਡੀ ਜਥਾ ਦਾ ਸਾਥੀ ਜੋੜੇ ਦੀ ਕਲੀ ਦੇ ਰੂਪ 'ਚ ਆਪ ਦੇ ਸਾਹਮਣੇ ਹੇ ਇਉਂ ਬਿਆਨ ਕਰ ਲੱਗੇ ਪੈਦਾ ਹੁੰਦੇ ਬੀਬੇ ਬ੍ਰਹਮ ਗਿਆਨੀ
ਸੁਖ ਨਾ ਦੇਣੀ ਜੇ ਨਾ ਲਿਖਦਾ ਸੁਖ ਮਰੀ ਸੁਖਾ ਦੀ ਮੈਂ ਸਦਕੇ ਦੁਨੀਆ ਉੱਤੇ ਚੰਦੀ ਸ਼ਾਸ਼ਦਾਨੀ ਉੱਤੇ ਜਾਂਦੀ ਸ਼ਾਸ਼ਦਾਨੀ ਜੇ ਤੂੰ ਦੇਗਾਂ ਦੇ ਵਿੱਚ ਮਲ ਮਲ ਗੋਤੇ ਲਾਉਂਦਾ ਨਾ ਨਾ ਠਾਰ ਨਾ ਹੁੰਦਾ ਪੰਜ ਦਰਿਆ ਦਾ ਪਾਣੀ ਵਿੱਚ ਮਲ ਮਲ ਗੋਤੇ ਲਾਉਂਦਾ ਨਾ ਠੰਡਾ ਠਾਰ ਨਾ ਹੁੰਦਾ ਪੰਜ ਦਰਿਆ ਦਾ ਪਾਣੀ ਜੇ ਤੂੰ ਤੱਤੀ ਤਵੀ ਤੇ ਬੈਠ ਤਪੱਸਿਆ ਕਰਦਾ ਨਾ ਮੈਂ ਸਦਕੇ ਸੜਨਾ ਸਿੱਖ ਦੀ ਫੁੱਲਾਂ ਜਿਹੀ ਜਵਾਨੀ ਤੂੰ ਤੱਤੀ ਤਵੀ ਤੇ ਬੈਠ ਬਸਿਆ ਕਰਦਾ ਨਾ ਤੂੰ ਸੜਨਾ ਸਿੱਖ ਦੀ ਫੁੱਲਾਂ ਜਿਹੀ ਜਵਾਨੀ ਕੋਈ ਤਾਰੂ ਤਰਨਾ ਸਕਦਾ ਨਜੀਬ ਤਰਨੀ ਨਾ ਮੈਂ ਸਦਕੇ ਨਾ ਬੰਨੇ ਲਾਉਣ ਲਈ ਰੱਜ ਦੇ ਬੇੜਾ ਪਾਣੀ ਕਰ ਛੱਡੀ ਤੇਰੀ ਹਸਤੀ ਮਸਤੀ ਨੇ ਤੇਰੀ ਹਸਤੀ ਮਸਤੀ ਨੇ ਹੱਸ ਕੇ ਪਾਣਾ ਮੰਨਣਾ ਤੇਰੀ ਇਹ ਨਿਸ਼ਾਨੀ ਤੇਰੀ ਇਹ ਨਿਸ਼ਾਨੀ
ਕੇ ਪਾਣਾ ਮੰਨਣਾ ਤੇਰੀ ਏ ਨਿਸ਼ਾਨੀ ਕਿੱਥੋਂ ਰਹਿਣੀ ਸੀਗੀ ਜਿਉਂਦੀ ਅਣਖ ਅੱਖਿਆਂ ਦੀ ਅਣਖ ਅੱਖਿਆਂ ਦੀ ਜੇ ਨਾ ਪੰਛੀ ਕਰਦਾ ਪੰਜਵਾਂ ਗੁਰ ਕਰਬਾਨੀ ਕਰਦਾ ਪੰਛੀ ਪੰਜਵਾਂ ਗੁਰ ਕੁਰਬਾਨੀ ਮਨਾ ਮੂਰਖ ਮੈਂ ਅਰਜ਼ਾ ਕਰਦਾ ਤੇਰੀਆਂ ਰਸੋਈਆਂ ਮੇਰੀਆਂ ਜਗਤਾਰ ਤੂੰ ਮੇਰੀ ਰੂਹ ਪਰਦੇਸੀ ਦੇ ਕਮਦਾ ਬਸਾਕੀ ਸਮੂਹ ਸੰਗਤਾਂ ਦੇ ਬਹੁਤ ਬਹੁਤ ਰਿਣੀ ਤੇ ਧੰਨਵਾਦੀ ਲੱਖ ਲੱਖ ਵਧਾਈ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਸਾਰਿਆਂ ਲਈ ਚੜ੍ਹਦੀ ਕਲਾ ਦੀ ਅਰਦਾਸ ਪਰਮ ਪਿਆਰੇ ਸਤਿਕਾਰਯੋਗ ਗੁਰੂ ਭਾਈ ਹਰਵੰਤ ਸਿੰਘ ਜੀ ਸੰਘੇੜਾ ਸਾਹਿਬ ਰਵੀਰ ਸਿੰਘ ਜੀ ਔਜਲਾ ਸਾਹਿਬ ਮੇਰੇ ਸਤਿਕਾਰਯੋਗ ਮਾਸਟਰ ਪ੍ਰੀਤਮ ਸਿੰਘ ਸਾਹਿਬ ਜੀ ਜਗੀਰ ਸਿੰਘ ਸਾਹਿਬ ਜੀ ਮੈਂ ਸਾਰੀਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਆਉਣ ਵਾਲੇ ਬੁਲਾਰਿਆਂ ਨੂੰ ਜੀ ਆਇਆਂ ਮੈਨੇਜਰ ਸਾਹਿਬ ਸਕੱਤਰ ਸਾਹਿਬ ਸਾਰੇ ਸਹਿਯੋਗੀ ਸਟਾਫ ਦੇ ਧੰਨਵਾਦੀ ਹਾਂ ਭੁੱਲਾਂ ਚੁੱਕਾਂ ਦੀ ਮਾਫ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗਿਆਨੀ ਸਤੋਂਕ ਸਿੰਘ ਜੀ ਲਹਿਰੀ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਰਹਿ ਕੇ ਆਪ ਜੀ ਨੂੰ ਸਤਿਗੁਰੂ ਜੀ ਦਾ ਇਤਿਹਾਸ ਸਰਵਣ ਕਰਵਾਇਆ ਹੈ ਸੰਗਤਾਂ ਦੇ ਚਰਨਾਂ 'ਚ ਜੋ ਬੇਨਤੀ ਹੈ ਕਿ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਜਿਹੜੀਆਂ ਵੀ ਸੰਗਤਾਂ ਅਜੇ ਤੱਕ ਉੱਥੇ ਨਹੀਂ ਪੁੱਜੀਆਂ ਉਹਨਾਂ ਨੂੰ ਬੇਨਤੀ ਹੈ ਕਿ ਆਪ ਜਲਦੀ ਤੋਂ ਜਲਦੀ ਗੁਰਦੁਆਰਾ ਦੇ ਪਿਛਲੇ ਬੰਨੇ ਜੋ ਸਕੂਲ ਹੈ ਉੱਥੇ ਪ੍ਰਬੰਧ ਕੀਤਾ ਗਿਆ ਹੈ ਆਪ ਪਹੁੰਚ ਕੇ ਗੁਰੂ ਵਾਲੇ ਬਣ ਸਕਦੇ ਹੋ ਇੱਕ ਬੇਨਤੀ ਹੈ ਕਿ ਰਤਨ ਚੰਦ ਪਿੰਡ ਹਰਦੋ ਸਿੰਘਾ ਜਲੰਧਰ ਉਹਨਾਂ ਦਾ ਡਰਾਈਵਰੀ ਲਾਇਸੈਂਸ ਇੱਥੇ ਪੁੱਜਾ ਜੇ ਕਿਤੇ ਆਵਾਜ਼ ਸੁਣਦੇ ਹੋਣ ਆਪਣਾ ਉਹਨਾਂ ਦਾ ਡਰਾਈਵਰੀ ਜਿਹੜਾ ਲਾਇਸੈਂਸ ਹੈ ਉਹ ਸਟੇਜ ਤੋਂ ਪ੍ਰਾਪਤ ਕਰਦੇ ਸਕਦੇ ਹਨ ਇੱਥੋਂ ਦੇ ਬਹੁਤ ਸਤਿਕਾਰਯੋਗ ਮੈਨੇਜਰ ਸਾਹਿਬ ਉਹਨਾਂ ਵੱਲੋਂ ਵੀ ਆਪ ਸੰਗਤਾਂ ਨੂੰ ਵਿਆਹ ਦੀ ਲੱਖ ਲੱਖ ਪੁਰਬ ਦੀ ਵਧਾਈ ਹੋਵੇ ਸਾਡੇ ਬਹੁਤ ਸਤਿਕਾਰਯੋਗ ਇਸ ਜਗ੍ਹਾ ਦੇ ਹੈੱਡ ਗ੍ਰੰਥੀ ਬਾਬਾ ਅਵਤਾਰ ਸਿੰਘ ਜੀ ਉਹਨਾਂ ਵੱਲੋਂ ਵੀ ਆਪ ਸੰਗਤਾਂ ਨੂੰ ਗੁਰੂ ਸਾਹਿਬ ਦੇ ਵਿਆਹ ਦੀਆਂ ਲੱਖ ਲੱਖ ਵਧਾਈਆਂ ਹੁਣ ਮੈਂ ਬੇਨਤੀ ਕਰਾਂਗਾ ਗਿਆਨੀ ਮੰਗਲ ਸਿੰਘ ਜੀ ਮਹਿਰਮ 20 ਮਿੰਟ ਦੀ ਹਾਜ਼ਰੀ ਲਾਉਣਗੇ ਆਓ ਬੜੇ ਅਦਬ ਸਤਿਕਾਰ ਦੇ ਨਾਲ ਆਪਾਂ ਉਹਨਾਂ ਕੋਲੋਂ ਸਤਿਗੁਰੂ ਜੀ ਦਾ ਇਤਿਹਾਸ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 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 Thank you.
ਜਨਮ ਮਨੁੱਖਾ ਸਫਲ ਬਣਾ ਲੈ ਤੂੰ ਜੀਵਾਂ ਨਾਲ ਜਸ ਵਾਹਿਗੁਰੂ ਦਾ ਗਾ ਲੈ ਤੂੰ ਜਨਮ ਮਨੁੱਖਾ ਸਫਲ ਬਣਾ ਲੈ ਤੂੰ ਜੀਵਾਂ ਨਾਲ ਜਸ ਵਾਹਿਗੁਰੂ ਦਾ ਗਾ ਲੈ ਤੂੰ ਹੱਥਾਂ ਨਾਲ ਸੇਵਾ ਤੂੰ ਕਮਾ ਲੈ ਬੰਦਿਆ ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦਾ ਨਾਮ ਸੱਚੇ ਰੱਬ ਦਾ ਤਿਆ ਲੈ ਬੰਦਿਆ ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦਾ ਨਾਮ ਸੱਚੇ ਰੱਬ ਦਾ ਤਿਆ ਲੈ ਬੰਦਿਆ ਕਰੂਗੀ ਮੁਰਾਦਾਂ ਪੂਰੀਆਂ ਬਾਣੀ ਸਭੇ ਕਰੂਗੀ ਮੁਰਾਦਾਂ ਪੂਰੀਆਂ ਜੋ ਵੀ ਚਾਹੇ ਗੁਰੂ ਦਰੋਂ ਪਾਲੇ ਬੰਦਿਆ ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦਾ ਨਾਮ ਸੱਚੇ ਰੱਬ ਦਾ ਤਿਆ ਲੈ ਬੰਦਿਆ ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦਾ ਨਾਮ ਸੱਚੇ ਰੱਬ ਦਾ ਤਿਆ ਲੈ ਬੰਦਿਆ ਆਪਣਾ ਕਰਾ ਲੈ ਬੰਦਿਆ ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦਾ ਨਾਮ ਸੱਚੇ ਰੱਬ ਦਾ ਤਿਆ ਲੈ ਬੰਦਿਆ ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦਾ ਨਾਮ ਸੱਚੇ ਰੱਬ ਦਾ ਤਿਆ ਲੈ ਬੰਦਿਆ ਗੁਰਾਂ ਨੇ ਤਾਰਤੇ ਟੁੱਟੇ ਜਿਹੇ
ਸ਼੍ਰੀ ਗੁਰਾਂ ਨੇ ਤਾਰ ਤੇ ਠੱਗੋ ਮਨ ਸੱਜਣ ਬਣਾ ਲੈ ਬੰਦਿਆ ਜੇ ਤੂੰ ਸਾਰੇ ਦੁਨੀਆ ਦੇ ਸੁੱਖ ਲੋੜਦਾ ਨਾਮ ਸੱਚੇ ਰੱਬ ਦਾ ਤਿਆ ਲੈ ਬੰਦਿਆ ਜੇ ਤੂੰ ਸਾਰੇ ਦੁਨੀਆ ਦੇ ਸੁੱਖ ਲੋੜਦਾ ਨਾਮ ਸੱਚੇ ਰੱਬ ਦਾ ਤਿਆ ਲੈ ਤੈਨੂੰ ਪਤਾ ਲੱਗ ਜਾਊ ਪੜ ਗੁਰਬਾਣੀ ਤੈਨੂੰ ਪਤਾ ਲੱਗ ਜਾਊ ਸੇਵਾ ਕਰ ਦੁੱਖਾਂ ਨੂੰ ਹਟਾ ਲੈ ਬੰਦਿਆ ਜੇ ਤੂੰ ਸਾਰੇ ਦੁਨੀਆ ਦੇ ਸੁੱਖ ਲੋੜਦਾ ਨਾਮ ਸੱਚੇ ਰੱਬ ਦਾ ਤਿਆ ਲੈ ਬੰਦਿਆ ਜੇ ਤੂੰ ਸਾਰੇ ਦੁਨੀਆ ਦੇ ਸੁੱਖ ਲੋੜਦਾ ਨਾਮ ਸੱਚੇ ਰੱਬ ਦਾ ਤਿਆ ਲੈ ਸੰਗਤਾਂ ਦੀ ਸੇਵਾ ਗੁਰੂ ਜਸ ਕਰ ਕੇ ਸੁੱਤੇ ਭਾਗ ਆਪਣੇ ਜਗਾ ਲੈ ਬੰਦਿਆ ਜੇ ਤੂੰ ਸਾਰੇ ਦੁਨੀਆ ਦੇ ਸੁੱਖ ਲੋੜਦਾ ਨਾਮ ਸੱਚੇ ਰੱਬ ਦਾ ਤਿਆ ਲੈ ਬੰਦਿਆ ਜੇ ਤੂੰ ਸਾਰੇ ਦੁਨੀਆ ਦੇ ਸੁੱਖ ਲੋੜਦਾ ਨਾਮ ਸੱਚੇ ਰੱਬ ਦਾ ਤਿਆ ਲੈ ਬੰਦਿਆ ਤੂੰ ਨਾਮ ਸੱਚੇ ਰੱਬ ਦਾ ਤਿਆ ਲੈ ਬੰਦਿਆ ਤੂੰ ਨਾਮ ਸੱਚੇ ਰੱਬ ਦਾ ਤਿਆ ਲੈ ਬੰਦਿਆ ਵਾਹਿਗੁਰੂ ਆਓ ਖਾਲਸਾ ਗੁਰੂ ਦੀ ਗੋਦ ਬਹਿ ਕੇ ਅੱਖਾਂ ਮੀਟ ਸਮਾਧੀਆਂ ਲਾ ਲਈਏ ਓਟ ਲੈ ਕੇ ਗੁਰੂ ਗ੍ਰੰਥ ਜੀ ਦੀ ਤੇ ਮੈਂ ਮੇਰੀ ਨੂੰ ਦਿਲੋਂ ਮਿਟਾ ਲਈਏ ਜਿੱਥੇ ਨਹਾਤਿਆਂ ਦਿਲਾਂ ਦੀ ਮੈਂ ਲੈਂਦੀ ਟੁੱਬੀ ਉਸ ਸਮੁੰਦਰ ਵਿੱਚ ਲਾ ਲਈਏ ਚੌਹਾਂ ਵਰਨਾ ਦਾ ਮਿਲਦਾ ਉਪਦੇਸ਼ ਜਿੱਥੇ ਮਨ ਬਿਰਤੀਆਂ ਤਾਂ ਟਿਕਾ ਲਈਏ ਗੁਰਾ ਬਖਸ਼ਿਆ ਨਾਰਾ ਹੈ ਖਾਲਸੇ ਨੂੰ ਦੋ ਵਾਰੀ ਵਾਹਿਗੁਰੂ ਮੁੱਖੋਂ ਧਿਆ ਲਈਏ ਮਹਿਰਮ ਛੱਡ ਕੇ ਸਾਰੇ ਝੰਬੇਲਿਆਂ ਨੂੰ ਆਓ ਪਹਿਲੋਂ ਗੱਜ ਕੇ ਫਤਿਹ ਬੁਲਾ ਲਈਏ ਬੈਠੋ ਸੱਜ ਕੇ ਰਸਣ ਕਰੋ ਪਵਿੱਤਰ ਆਪੋ ਆਪਣੀਆਂ ਹਾਜ਼ਰੀ ਲਵਾਉਂਦਿਆਂ ਹੋਇਆਂ ਦਾਸਾਂ ਦੀ ਬੁਲਾਈ ਹੋਏ ਫਤਿਹ ਪ੍ਰਵਾਨ ਕਰਿਓ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਵਿਆਹ ਪੁਰਬ ਨੂੰ ਮੁੱਖ ਰੱਖਦਿਆਂ ਹੋਇਆ ਸਾਲਾਨਾ ਜੋੜ ਮੇਲੇ ਦੇ ਸੰਬੰਧ ਵਿੱਚ ਤੁਸੀਂ ਇਕੱਤਰ ਹੋਇਓ। ਆਹੋ ਸਮਾਂ ਬਹੁਤ ਸੀਮਤ ਹੈ, ਮੈਂ ਇੱਕ ਚੀਜ਼ ਕਹਿ ਕੇ ਚੜ੍ਹਦੀ ਕਲਾ ਦੀ ਇੱਕ ਚੀਜ਼ ਕਹਿ ਕੇ ਉਸ ਤੋਂ ਬਾਅਦ ਮੈਂ ਖਿਮਾ ਦੇ ਜਾਚ ਕੋ ਜਾਣੇ। ਸਵੇਰ ਤੋਂ ਲੈ ਕੇ ਢਾਡੀ ਸਿੰਘਾਂ ਨੇ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਦੇ ਵਿਆਹ ਦੇ ਸੰਬੰਧ ਵਿੱਚ ਇਤਿਹਾਸ ਦੇ ਕੁਝ ਸਾਕੇ ਸਾਂਝੇ ਕੀਤੇ ਹੈ, ਪਰ ਧੰਨ ਧੰਨ ਗੁਰੂ ਅਰਜਨ ਦੇ ਮਹਾਰਾਜ, ਉਹਨਾਂ ਦੇ ਸਾਹਿਬਜ਼ਾਦੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਦਾ ਪਾਵਨ ਪਵਿੱਤਰ ਇਤਿਹਾਸ, ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਭਗਤੀ ਨਾਲ ਜੋੜਿਆ, ਅਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਨੇ ਸ਼ਕਤੀ ਅਤੇ ਭਗਤੀ ਦੋਵਾਂ ਦੇ ਨਾਲ ਜੋੜਿਆ। ਜੋਸ਼ ਅਤੇ ਹੋਸ਼, ਬਾਣੀ ਅਤੇ ਬਾਣਾ, ਮਾਲਾ ਅਤੇ ਖੰਡਾ, ਸ਼ਾਂਤੀ ਅਤੇ ਕ੍ਰਾਂਤੀ, ਸ਼ਸਤਰ ਅਤੇ ਸ਼ਾਸਤਰ, ਮਾਲਾ ਅਤੇ ਖੰਡਾ ਮਹਾਰਾਜ ਨੇ ਇੱਕ ਪਲੇਟਫਾਰਮ 'ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਉਸ ਅਕਾਲ ਤਖ਼ਤ ਦੀ ਗੱਲ ਕਰਨ ਲੱਗੇ, ਆਪਾਂ ਸਾਰੇ ਜਾਣਦੇ ਹਾਂ ਦਰਬਾਰ ਸਾਹਿਬ, ਕੋਈ ਟ੍ਰੇਨ 'ਤੇ ਜਾਂਦਾ, ਕੋਈ ਪਲੇਨ 'ਤੇ ਜਾਂਦਾ, ਕੋਈ ਮੋਟਰ ਗੱਡੀ 'ਤੇ ਜਾਂਦਾ, ਕੋਈ ਪੈਦਲ ਜਾਂਦਾ, ਕੋਈ ਕੜਾਹ ਪ੍ਰਸ਼ਾਦੀ ਦੇਗ ਲੈ ਕੇ ਜਾਂਦਾ ਹੈ। ਬਿਰਲੇ ਹੁੰਦੇ ਨੇ ਮਾਮਾ ਦੇ ਪੁੱਤਰ ਜਿਹੜੇ ਸੀਸ ਤਲੀ 'ਤੇ ਰੱਖ ਕੇ ਪਿਆਰੇ ਦੀ ਗਲੀ ਵਿੱਚ ਜਾਂਦੇ ਹੈ। ਇੱਕ ਐਸੇ ਸੰਤ ਦੀ ਗੱਲ, ਜਿਸ ਸੰਤ ਨੇ ਮੁਰਦਾ ਹੋ ਚੁੱਕੀ ਕੌਮ, ਲੱਥੀ ਹੋਈ ਕੌਮ ਦੀ ਪੱਗ, ਜਿਸ ਸੰਤ ਨੇ ਫਿਰ ਆਪਣੀ ਕੌਮ ਦੇ ਸਿਰ ਉੱਤੇ ਰੱਖ ਦਿੱਤੀ, ਵਾਹ ਜੀ ਵਾਹ, ਉਹ ਸੰਤ ਦਾ ਨਾਂ ਸੁਣ ਕੇ ਅੱਜ ਵੀ ਦਿੱਲੀ ਸ਼ਹਿਰ ਦੇ ਲਾਲੇ, ਅੱਜ ਦਿੱਲੀ ਦੇ ਹਿੰਦੂ ਅੱਜ ਉਹਦਾ ਨਾਮ ਸੁਣ ਕੇ ਥਰ 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 ਕਰਕੇ ਕੰਬਦੇ ਹੈ ਜੀ ਬਾਈ। ਉਹ ਸੰਤ, ਇੱਕ ਵਿਦਵਾਨ ਕਹਿੰਦਾ, ਜਦੋਂ ਦੁਨੀਆਂ ਉੱਤੇ ਅਤਿਆਚਾਰ, 420 ਮੱਕਰ, ਫਰੇਬ, ਚੋਰੀ, ਯਾਰੀ, ਝੂਠ, ਦੰਭ, ਪਖੰਡ ਵੱਧ ਜਾਵੇ, ਉਦੋਂ ਪ੍ਰਮਾਤਮਾ ਆਪਣਾ ਕੋਈ ਨਾ ਕੋਈ ਰੂਪ ਧਾਰ ਕੇ ਮਾਤ ਲੋਕ ਤੇ ਆਉਂਦਾ ਹੈ ਜੀ ਬਾਈ। ਜਿਵੇਂ ਦਿਨ ਅਤੇ ਰਾਤ, ਸੁੱਖ ਅਤੇ ਦੁੱਖ, ਹਨੇਰਾ ਅਤੇ ਚਾਨਣ, ਕਾਮ ਅਤੇ ਕ੍ਰੋਧ, ਇਸੇ ਤਰ੍ਹਾਂ ਜੇ ਦੁਨੀਆਂ ਤੇ ਹਰਨਾਕਸ਼ੀ ਆਇਆ ਇਹਦੇ ਮੁਕਾਬਲੇ ਭਗਵਾਨ ਨਰਸਿੰਘ ਆਏ, ਜੇ ਰਾਵਣ ਆਇਆ ਇਹਦੇ ਮੁਕਾਬਲੇ ਭਗਵਾਨ ਰਾਮ ਚੰਦਰ ਆਏ, ਜੇ ਦੁਨੀਆਂ ਦੇ ਕੰਸ ਆਇਆ ਇਹਦੇ ਮੁਕਾਬਲੇ ਭਗਵਾਨ ਕ੍ਰਿਸ਼ਨ ਆਏ, ਜੇ ਦੁਨੀਆਂ ਦੇ ਬਾਬਰ ਆਇਆ ਇਹਦੇ ਮੁਕਾਬਲੇ ਧੰਨ ਗੁਰੂ ਅਰਜਨ ਦੇ ਸੱਚੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਏ, ਜੇ ਦੁਨੀਆਂ ਤੇ ਜਹਾਂਗੀਰ ਬਾਦਸ਼ਾਹ ਆਇਆ ਇਹਦੇ ਮੁਕਾਬਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਬਣ ਕੇ ਆਏ, ਜੇ ਦੁਨੀਆਂ ਉੱਤੇ ਔਰੰਗਜ਼ੇਬ ਦੀ ਜ਼ੁਲਮੀ ਹਕੂਮਤ ਆਈ ਇਹਦੇ ਮੁਕਾਬਲੇ ਬਾਜਾਂ ਵਾਲੇ, ਤਾਜਾਂ ਵਾਲੇ, ਰਾਜਾਂ ਵਾਲੇ, ਆਪਣਾ ਸਾਰਾ ਸਰਬੰਸ ਕੁਰਬਾਨ ਕਰਨ ਵਾਲੇ ਦੁਨੀਆਂ ਤੇ ਆਏ। ਅੱਜ ਲੋਕ ਕਹਿੰਦੇ ਸਾਡਾ ਬਾਪੂ ਬੱਕਰੀ ਵਾਲਾ, ਪਰ ਅਸੀਂ ਕਹਿੰਦੇ ਸਾਡਾ ਬਾਪੂ ਹੈ ਬਾਜ ਵਾਲਾ, ਉਹ ਬਾਪੂ ਹੈ ਗੰਜਾ ਤੇ ਸਾਡੇ ਬਾਪੂ ਦੇ ਹੱਥ ਵਿੱਚ ਹੈ ਡੰਡਾ। ਔਰ ਯਾਦ ਰੱਖਿਓ, ਇੱਧਰ ਬੱਕਰੀ ਵਾਲਾ ਬਾਪੂ ਹੈ, ਉੱਧਰ ਖੰਡੇ ਵਾਲਾ ਬਾਪੂ ਹੈ, ਬਾਜੀ ਫਰਕ ਬਹੁਤ ਜ਼ਿਆਦਾ ਹੈ। ਧੰਨ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਦਰੋਂ ਘਰੋਂ ਖੰਡੇ ਬਾਤੇ ਦਾ ਅੰਮ੍ਰਿਤ ਛੱਕ ਕੇ ਸੰਤ ਤੇ ਸਿਪਾਹੀ ਬਣਿਆ, ਧੰਨ ਧੰਨ ਸੰਤ ਮਹਾਂਪੁਰਖ ਬਾਬਾ ਏ ਕੌਮ ਸੰਤ ਜਰਨੈਲ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਮਹਾਂਪੁਰਖ, ਜਦੋਂ ਸਮੇਂ ਦੀ ਸਰਕਾਰ ਨੇ ਜ਼ੁਲਮਾਂ ਦੀ ਅੱਤ ਚੱਕੀ ਇਹਨੂੰ ਠੱਲ ਪਾਉਣ ਵਾਸਤੇ 20ਵੀਂ ਸਦੀ ਦਾ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਮਹਾਂਪੁਰਖ ਮਾਤ ਲੋਕ ਉੱਤੇ ਆਏ, ਕਿਉਂਕਿ ਪਿਆਰੇ ਸਮੇਂ ਦੀ ਸਰਕਾਰ ਨੇ ਇੰਨੇ ਜ਼ੁਲਮ ਕੀਤੇ, ਸਿੱਖਾਂ ਦੀ ਦਸਤਾਰ ਨੂੰ ਖਤਰਾ ਪੈ ਗਿਆ, ਸਿੱਖਾਂ ਦੇ ਪੰਜ ਕਾਰਾਂ ਨੂੰ ਖਤਰਾ ਪੈ ਗਿਆ। ਉਦੋਂ ਜਦੋਂ ਕਸ਼ਮੀਰੀ ਪੰਡਤਾਂ ਨੇ ਆਣ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਸਾਡੇ ਤਿਲਕ ਜੰਜੂ ਜਨੇਊ ਨੂੰ ਖਤਰਾ ਹੈ, ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣਾ ਆਪ ਵਾਰਿਆ, ਇਹ ਲੋਕ ਸਾਡੇ ਸਿੱਖਾਂ ਦੀ ਕੀਤੀ ਹੋਈ ਕੁਰਬਾਨੀ ਨੂੰ ਭੁੱਲ ਕੇ ਇੱਕ ਵਾਰੀ ਫਿਰ ਸਿੱਖਾਂ ਦੀ ਪੱਗ ਨੂੰ ਹੱਥ ਪਾਉਣ ਲੱਗੇ ਹੈ। ਪਹਿਲਾਂ ਉਹਨਾਂ ਨੇ ਕਦੇ ਅੱਤਵਾਦੀ, ਕਦੇ ਪੱਖਵਾਦੀ, ਕਦੇ ਦਹਿਸ਼ਤਗਰਦ ਕਹਿ ਕੇ ਨੌਜਵਾਨਾਂ ਦੀ ਪੀੜ੍ਹੀ ਨੂੰ ਖਤਮ ਕੀਤਾ,
ਤੇ ਅੱਜ ਨਸ਼ਿਆਂ ਦੇ ਨਾਲ ਨੌਜਵਾਨ ਪੀੜ੍ਹੀ ਨੂੰ ਖਤਮ ਕੀਤਾ ਜਾ ਰਿਹਾ ਹੈ। ਇਹਨਾਂ ਦੀਆਂ ਗੋਝੀਆਂ ਚਾਲਾਂ ਅੱਜ ਵੀ ਸੰਤ ਜਰਨੈਲ ਸਿੰਘ ਖਾਲਸਾ ਅੱਜ ਸਿੱਖ ਕੌਮ ਦੇ ਹਿਰਦਿਆਂ ਦੇ ਵਿੱਚ ਚੌਂਕੜਾ ਮਾਰ ਕੇ ਬੈਠੇ ਹੈ। ਉਸ ਮਹਾਨ ਸੰਤ, ਉਸ ਮਹਾਨ ਜਰਨੈਲ, ਉਸ ਮਹਾਨ ਯੋਧੇ ਦੀ ਦਾਸਤਾਨ, ਇੱਕ ਰੋਡੇ ਪਿੰਡ ਵਿੱਚ ਜਨਮ ਲੈ ਕੇ ਉਸ ਜਰਨੈਲ ਨੇ ਕੌਮ ਦੀਆਂ ਤਕਦੀਰਾਂ ਕਿਵੇਂ ਬਦਲ ਦਿੱਤੀਆਂ। ਉਹ ਜਰਨੈਲ ਨੇ ਇੱਕ ਤਕਰੀਰ ਕੀਤੀ, ਕਹਿੰਦੇ ਸਿੱਖੋ ਜਿਨ੍ਹਾਂ ਦੇ ਹੱਥ ਵਿੱਚ ਤੀਰ ਹੈ ਯਾਦ ਰੱਖਿਓ ਉਹਨਾਂ ਦੇ ਹੱਥਾਂ ਵਿੱਚ ਇੱਕ ਸੰਤਾਈ ਹੋਣੀ ਚਾਹੀਦੀ ਹੈ। ਜਿਹੜੇ ਲੋਕ ਘੋੜਿਆਂ ਤੇ ਸਫ਼ਰ ਕਰਦੇ ਹੈ ਉਹਨਾਂ ਦੇ ਕੋਲ ਬੁਲਟ ਮੋਟਰਸਾਈਕਲ ਹੋਣੇ ਚਾਹੀਦੇ ਹੈ। ਕਹੋ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਇੱਕ ਭਿੰਡਰਾਂ ਵਾਲੇ ਜਰਨੈਲ ਦਾ ਨਾਂ ਸੁਣ ਕੇ ਸਮੇਂ ਦੇ ਤਖ਼ਤ ਐਂ ਹਿੱਲ ਗਏ।
ਜਗਾਈ ਨੀਂਦਰ ਉਸ ਜਰਨੈਲ ਨੂੰ ਲੱਖ ਵਾਰੀ ਨਮਸਕਾਰ। ਪ੍ਰਬੰਧਕ ਕਮੇਟੀ ਵੱਲੋਂ ਦਾਸ ਨੂੰ ਸਿਰਪਾਓ ਦੇ ਨਾਲ ਬਖਸ਼ਿਸ਼ ਹੋਈ ਹੈ। ਮੈਂ ਆਪਣੇ ਆਪ ਨੂੰ ਵੱਡਾ ਭਾਗਾਂ ਵਾਲਾ ਸਮਝਦਾ ਹੈ, ਕਿਉਂਕਿ ਇਸ ਦਰਬਾਰ ਵਿੱਚੋਂ ਜਿਹਨੂੰ ਸਿਰਪਾਓ ਦੀ ਬਖਸ਼ਿਸ਼ ਹੋ ਜਾਵੇ ਸਭ ਤੋਂ ਵੱਡੇ ਭਾਗ ਹੋਇਆ ਕਰਦੇ ਨੇ। ਸਿਰਪਾਓ ਮਹਾਰਾਜ ਕਿਰਪਾ ਕਰਨ, ਬਹੁਤ ਬਹੁਤ ਧੰਨਵਾਦ। ਸਮੂਹ ਪ੍ਰਬੰਧਕ ਕਮੇਟੀ ਦੇ ਸਕੱਤਰ ਸਾਹਿਬਾਨ ਇਹ ਮੇਰੇ ਵੱਡੇ ਵੀਰ ਜੀ ਨੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸਮੂਹ ਵੀਰਾਂ ਦਾ ਧੰਨਵਾਦ। ਸਾਰੀ ਮੇਰੀ ਢਾਡੀ ਸ਼੍ਰੇਣੀ ਪੰਥ ਦੀ ਸਕਰੀਨ ਬੈਠੀ ਹੈ, ਇਕੱਲੇ ਇਕੱਲੇ ਨਾਂ ਲੈਣ ਲੱਗ ਪਿਆ, ਬਹੁਤ ਬਹੁਤ ਧੰਨਵਾਦ ਹੈ। ਬਹੁਤ ਸਮਾਂ ਲੱਗੇਗਾ, ਆਓ ਜੀ ਇੰਨੀਆਂ ਬੇਨਤੀਆਂ ਕਰੋ ਜੀ। ਪ੍ਰਵਾਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਮੰਗਲ ਸਿੰਘ ਜੀ ਮਹਿਰਮ ਦੇ ਢਾਡੀ ਜਥੇ ਦਾ, ਜਿਹਨਾਂ ਦਾ ਮਾਨ ਸਨਮਾਨ ਇੱਥੋਂ ਦੇ ਹੈੱਡ ਗ੍ਰੰਥੀ ਬਾਬਾ ਅਵਤਾਰ ਸਿੰਘ ਜੀ ਉਹਨਾਂ ਨੇ ਸਰੋਪੇ ਨਾਲ ਬਖਸ਼ਿਸ਼ ਕਰਕੇ ਉਹਨਾਂ ਦਾ ਸਨਮਾਨ ਕੀਤਾ ਹੈ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਹੁਣ ਮੈਂ ਬੇਨਤੀ ਕਰਾਂਗਾ ਗਿਆਨੀ ਅਮਰਦੀਪ ਸਿੰਘ ਜੀ ਜੋ ਸਾਡੇ ਕੋਲ ਪੁੱਜੇ ਹਨ, 20 ਮਿੰਟ ਦੀ ਹਾਜ਼ਰੀ ਲਵਾਉਣਗੇ। ਸੋ ਇਸੇ ਤਰ੍ਹਾਂ ਦੀਵਾਨ ਸੱਜਣੇ ਹਨ ਸਾਡੇ ਕੋਲ, ਬਹੁਤ ਉੱਚ ਕੋਟੀ ਦੇ ਢਾਡੀ ਜਥੇ ਕੁਇਸਰੀ ਜਥੇ ਵੀ ਪੁੱਜ ਚੁੱਕੇ ਹਨ, ਜੋ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਸੋ ਆਓ ਗਿਆਨੀ ਅਮਰਦੀਪ ਸਿੰਘ ਜੀ ਢਾਡੀ ਉਹਨਾਂ ਕੋਲੋਂ ਆਪਾਂ 20 ਮਿੰਟ ਦੀ ਹਾਜ਼ਰੀ ਹੈ, ਆਓ ਬੜੇ ਅਦਬ ਸਤਿਕਾਰ ਦੇ ਨਾਲ ਆਪਾਂ ਸਤਿਗੁਰੂ ਜੀ ਦਾ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ
ਵਾਹਿਗੁਰੂ। ਵਾਹਿਗੁਰੂ ਜੀ, ਵਾਹਿਗੁਰੂ ਜੀ।
ਪੱਥਰਾਂ ਦੇ ਵਿੱਚ ਰੋਜੀ ਦੇਵੇ, ਪੱਥਰਾਂ ਦੇ ਵਿੱਚ ਰੋਜੀ ਦੇਵੇ, ਘਲ ਕੇ ਦਾਣਿਆਂ ਨੂੰ ਗੁਰੂ ਅਰਜਨ ਦੇ ਦਰ ਤੋਂ ਮਿਲਦਾ ਮਨ ਮਾਇਆ ਨੂੰ, ਗੁਰੂ ਅਰਜਨ ਦੇ ਦਰ ਤੋਂ ਮਿਲਦਾ ਮਨ ਮਾਇਆ ਨੂੰ। ਦਾਰੂ ਸੁਖ ਰੋਗ ਪਿਆ ਫਿਰ ਮੌਂਦੀ ਬਾਣੀ ਹੈ, ਪੜਦੇ ਨੇ ਗੁਰਬਾਣੀ ਬਿਰਲੇ ਕਿਸੇ ਪਛਾਣੀ ਹੈ, ਉਹ ਪੜਦੇ ਨੇ ਗੁਰਬਾਣੀ ਬਿਰਲੇ ਕਿਸੇ ਪਛਾਣੀ ਹੈ। ਉਹ ਮੈਲ ਮਨਾ ਦੀ ਲਾਵੇ, ਮੈਲ ਮਨਾ ਦੀ ਲਾਵੇ ਜੋ ਗਾਉਂਦਾ ਇਹਦੇ ਗਾਣਿਆਂ ਨੂੰ, ਗੁਰੂ ਅਰਜਨ ਦੇ ਦਰ ਤੋਂ ਮਿਲਦਾ ਮਨ ਮਾਣਿਆਂ ਨੂੰ, ਗੁਰੂ ਅਰਜਨ ਦੇ ਦਰ ਤੋਂ ਮਿਲਦਾ ਮਨ ਮਾਣਿਆਂ ਨੂੰ। ਪਾਵਤ ਦੇਵ ਸਵੈ ਇੰਦਰ ਮਹਾ ਸ਼ਿਵ ਯੋਗ ਕਰੀ, ਫੁਲ ਬੇਦ ਬਿਰੰਚ ਵਿਚਾਰ ਰਹੋ, ਹਰ ਜਾਪ ਨਾ ਛਾਡੋ ਏਕ ਘਰੀ, ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜਨ ਮਾਹੇ ਦਰੀ, ਕਾਦਰੇ ਮੁਤਲਕ ਮਹਿਜ਼ਵੀ ਸ਼ਾਹੇ ਖੁਬਾਂ ਹਸਤੀ ਮੁਕੱਦਸ ਲਾ ਇਮਤਿਹਾ, ਹਾਜ਼ਰੇ ਹਜ਼ੂਰ
ਜ਼ਹਰੇ ਜ਼ਹੂਰ ਸਰਬ ਕਲਾ ਭਰਪੂਰ ਜਗਦੀ ਜੋਤ ਪਤਿਤ ਪਾਵਨ ਭਗਤ ਵਸ਼ਲ ਪੈ ਹਰਣ ਕਰਨ ਕਾਰਨ ਸਮਰਥ ਚਮਰ ਚੌਰ ਤਖ ਤੇ ਮਾਲਿਕ ਗੁਰਤਾ ਗੱਦੀ ਤੇ ਸੁਭਾਈਮਾਨ ਸਾਹਿਬਾਂ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਹੋਈ ਇਕੱਤਰਿਤ ਹੋਈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਜੋ ਸਮਾਂ ਹੈ ਅੱਜ ਦਾ ਜੋ ਮਾਹੌਲ ਹੈ ਬੜੇ ਭਾਗਾਂ ਦੇ ਨਾਲ ਮਿਲਿਆ ਸਾਨੂੰ ਸੰਗਤ ਜੀ ਅੱਜ ਗੁਰੂ ਭਗਤ ਵਸ਼ਲ ਪੈ ਸਰਣ ਬੜੇ ਭਾਗਾਂ ਮਿਲਿਆ ਪੂਰਬ ਕਰਮ ਅੰਕੁਰ ਜਬ ਪੇਠੈ ਭੇਟਿਓ ਪੁਰਖ ਰਸਿਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਅੱਜ ਆਪਾਂ ਆਪਣੀਆਂ ਸੁੱਤੀਆਂ ਹੋਈਆਂ ਕਲਾਵਾਂ ਨੂੰ ਜਗਾਉਣ ਵਾਸਤੇ ਆਏ ਹਾਂ ਅੱਜ ਆਪਾਂ ਗੁਰੂ ਸਾਹਿਬ ਤੋਂ ਝੋਲੀਆਂ ਭਰਾਉਣ ਵਾਸਤੇ ਆਏ ਹਾਂ ਇਹ ਉਹ ਧਰਤੀ ਹੈ ਤਨ ਧਰਤੀ ਹੈ ਤੂੰ ਭਾਗਾਂ ਵਾਲੀ ਹੈ ਜਿਸ ਧਰਤੀ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਖੁਦ ਨਿਰੰਕਾਰ ਸਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪੰਜਵੇਂ ਅਵਤਾਰ ਸੱਚੇ ਪਾਤਸ਼ਾਹ ਜੀ ਇਸ ਧਰਤੀ ਤੇ ਭਾਗ ਲਾਉਣ ਵਾਸਤੇ ਆਏ ਇਸ ਧਰਤੀ ਦੇ ਉਹ ਲੋਕ ਬੜੇ ਭਾਗਾਂ ਵਾਲੇ ਨੇ ਉਹ ਇਸ ਧਰਤੀ ਦਾ ਨਾਮ ਬ੍ਰਹਿਮੰਡ ਦੇ ਨਕਸ਼ੇ ਦੇ ਉੱਤੇ ਅੰਕਿਤ ਕੀਤਾ ਗਿਆ ਤੇ ਸੰਗਤ ਜੀ ਹਰ ਇੱਕ ਸਿੱਖ ਜਿਹੜਾ ਵੀ ਗੁਰੂ ਨਾਨਕ ਨਾਮ ਲੇਵਾ ਹੈ ਇਸ ਧਰਤੀ ਦੇ ਝੁਕਣ ਵਾਸਤੇ ਭੱਜਾ ਹੀ ਆਉਂਦਾ ਹੈ ਸੰਗਤ ਜੀ ਐਸੀ ਭਾਗਾਂ ਵਾਲੀ ਇਹ ਧਰਤੀ ਹੈ ਇਸ ਧਰਤੀ ਨੂੰ ਗੁਰੂ ਸਾਹਿਬ ਨੇ ਭਾਗ ਲਾਇਆ ਤੇ ਆਪਾਂ ਸੰਗਤ ਜੀ ਅੱਜ ਗੁਰੂ ਸਾਹਿਬ ਤੋਂ ਝੋਲੀਆਂ ਭਰਾਉਣ ਵਾਸਤੇ ਆਏ ਹਾਂ ਅੱਜ ਆਪਾਂ ਮੁਰਾਦਾ ਲੈਣ ਵਾਸਤੇ ਆਏ ਆਓ ਸਭ ਤੋਂ ਪਹਿਲਾਂ ਕਲਗੀਧਰ ਸਾਹਿਬਾਂ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਉਣੀ ਹੈ ਆਓ ਆਪਾਂ ਇੱਕ ਦੂਜੇ ਨੂੰ ਕਰੀਏ ਰੀਚਾਰਜ ਤੇ ਗੱਜਬ ਕੇ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਫਤਿਹ ਦੀ ਸਾਂਝ ਪਾਈ ਹੈ ਗੁਰੂ ਸਾਹਿਬ ਜੀ ਦੇ ਗੋਦ ਵਿੱਚ ਬੈਠ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਾਹਮਣੇ ਸਾਕਸ਼ਾਤ ਉਹ ਦਰਸ਼ਨ ਕਰਦੇ ਹੋਏ ਤੇ ਸੰਗਤ ਜੀ ਅੱਜ ਆਪਾਂ ਗੁਰੂ ਸਾਹਿਬ ਤੋਂ ਝੋਲੀਆਂ ਭਰਾਉਣ ਵਾਸਤੇ ਆਏ ਹਾਂ ਹਰ ਇੱਕ ਇਨਸਾਨ ਦੀ ਕੋਈ ਨਾ ਕੋਈ ਅਰਦਾਸ ਹੁੰਦੀ ਹੈ ਤੇ ਸੰਗਤ ਜੀ ਜਦੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਵੇ ਉਹ ਕਦੇ ਬਿਰਥੀ ਨਹੀਂ ਜਾਂਦੀ ਉਹ ਬਿਰਥੀ ਕਦੇ ਨਾ ਹੋ ਪਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ ਦੁਆ ਮਨਜੂਰ ਹੋਤੀ ਹੈ ਜਬ ਤਹਿ ਦਿਲ ਸੇ ਹੋਤੀ ਹੈ ਮਗਰ ਯਹੀ ਤੋ ਮੁਸ਼ਕਿਲ ਹੈ ਜੇ ਬੜੀ ਮੁਸ਼ਕਿਲ ਸੇ ਹੋਤੀ ਹੈ ਸੰਗਤ ਜੀ ਇਹ ਗੁਰੂ ਸਾਹਿਬ ਤਾਂ ਸਾਡੀਆਂ ਝੋਲੀਆਂ ਭਰਨ ਵਾਸਤੇ ਬੈਠੇ ਨੇ ਪਰ ਸਾਨੂੰ ਅਰਦਾਸ ਹੀ ਨਹੀਂ ਕਰਨੀ ਆਉਂਦੀ ਸੰਗਤ ਜੀ ਉਹ ਅਰਦਾਸ ਕੀਤੀ ਸੀ ਮੱਖਣ ਸ਼ਾਹ ਲਵਾਣੇ ਨੇ ਉਸੇ ਵੇਲੇ ਸੱਚੇ ਪਾਤਸ਼ਾਹ ਬੇੜਾ ਤਾਰਨ ਵਾਸਤੇ ਪਹੁੰਚ ਗਏ ਉਹ ਕਿਤੇ ਪ੍ਰਹਿਲਾਦ ਨੇ ਅਰਦਾਸ ਕੀਤੀ ਸੀ ਉਹ ਥੰਮ ਪਾੜ ਕੇ ਆ ਗਿਆ ਉਹ ਦ੍ਰੋਪਦਾ ਨੇ ਅਰਦਾਸ ਕੀਤੀ ਸੀ ਉਹਦੀ ਲਾਜ ਬਚਾਉਣ ਵਾਸਤੇ ਆ ਗਿਆ ਅਸੀਂ ਵੀ ਸੰਗਤ ਜੀ ਮੂੰਹ ਪਾੜ ਕੇ ਕਹਿ ਦਈਦਾ ਉਹ ਰੱਬ ਦੇ ਘਰ ਦੇ ਰਿਹਾ ਅੰਧੇਰ ਨੇ ਕਹਿ ਦਈਦਾ ਨਾ ਪਰ ਸੰਗਤ ਜੀ ਇਹ ਝੂਠ ਹੈ ਉਹ ਨਾ ਰੱਬ ਦੇ ਘਰ ਦੇਰ ਹੈ ਉਹ ਨਾ ਰੱਬ ਦੇ ਘਰ ਅੰਧੇਰ ਹੈ ਤੇ ਕਮੀ ਕਿੱਥੇ ਆ ਸਾਡੀ ਅਰਦਾਸ ਵਿੱਚ ਓਏ ਸਾਨੂੰ ਤਾਂ ਅਰਦਾਸ ਕਰਨੀ ਨਹੀਂ ਆਉਂਦੀ ਅਰਦਾਸ ਕਰਕੇ ਅਸੀਂ ਬਾਹਰ ਦੌੜ ਜਾਂਦੇ ਹਾਂ ਪੱਤਰੀਆਂ ਖਿਲਾਉਣ ਵਾਸਤੇ ਓਏ ਅਰਦਾਸ ਕਰਕੇ ਬਾਹਰ ਮੁੱਕਰ ਜਾਂਦੇ ਹਾਂ ਛੋਰੇ ਕਿਤੇ ਅਰਦਾਸ ਪੂਰੀ ਹੋਣੀ ਕਿ ਨਹੀਂ ਹੋਣੀ ਸੰਗਤ ਜੀ ਓਏ ਯਕੀਨ ਰੱਖ ਕੇ ਅੱਜ ਅਰਦਾਸ ਕਰਨੀ ਹੈ ਅੱਜ ਤੁਹਾਡੇ ਚਰਨਾਂ ਦੇ ਵਿੱਚ ਦਾਸਾਂ ਦੀ ਅਰਦਾਸ ਹੈ ਤੇ ਤੁਹਾਡੀ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਹੈ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਵੀ ਅਰਦਾਸ ਕੀਤੀ ਸੀ ਸਾਕਸ਼ਾਤ ਉਸੇ ਵੇਲੇ ਸੱਚੇ ਪਾਤਸ਼ਾਹ ਨੇ ਅਰਦਾਸ ਸੁਣੀ ਹੈ ਓਏ ਪਸ਼ੌਰ ਦੀ ਧਰਤੀ ਤੇ ਹਮਲਾ ਹੋ ਗਿਆ ਸੂਈਏ ਨੇ ਖਬਰ ਦੱਸੀ ਹੈ ਵੀ ਵਿੱਚ ਪਸ਼ੌਰ ਤੇ ਗਿਲਜਿਆ ਹੋਇਆ ਕਲਾ ਜਮਾਈ ਉਹਨੇ ਥਾਂ ਥਾਂ ਲਾਂਭੇ ਸ਼ਹਿਰ ਦੇ ਚੌਂਕੀ ਬਿਠਲਾਈ ਉਹਨੇ ਧਰਮੀ ਕੀਤੇ ਗਾਜਰਾ ਦਿਲ ਦਇਆ ਨਾ ਆਈ ਉਹਨੇ ਵੱਡੀ ਸ਼ਾਰਗ ਉਸ ਦੀ ਜਿਸ ਕੂਕ ਸੁਣਾਈ ਉੱਥੇ ਪੱਤਰ
ਉਹਦਾ ਵਾਜੇ ਛੱਡ ਕੇ ਭੈਣਾਂ ਨੂੰ ਭਾਈ ਉੱਥੇ ਸੰਭਲ ਸਕੀ ਮੂਲ ਨਾ ਕੋਈ ਪੁੱਤਰ ਮਾਈ ਓਏ ਪਿਸ਼ੌਰ ਦੀ ਖਬਰ ਸੁਣਦੇ ਸਾਰ ਮਹਾਰਾਜਾ ਰਣਜੀਤ ਸਿੰਘ ਓਏ ਲੈ ਕੇ ਆਪਣੀਆਂ ਫੌਜਾਂ ਅਟਕ ਦਰਿਆ ਦੇ ਕਿਨਾਰੇ ਤੇ ਪਹੁੰਚ ਜਾਂਦਾ ਹੈ ਤੇ ਦੁਸ਼ਮਣ ਨੂੰ ਪਤਾ ਲੱਗ ਜਾਂਦਾ ਹੈ ਕਿ ਖਾਲਸਾ ਫੌਜ ਆ ਗਈ ਹੈ ਪੁਲ ਤੋੜ ਦਿੱਤਾ ਜਾਂਦਾ ਹੈ ਹੁਣ ਪਾਰ ਕਿੱਦਾਂ ਜਾਣਾ ਹੈ ਓਏ ਬਾਦਸ਼ਾਹ ਪਾਰ ਨਹੀਂ ਜਾ ਸਕਦਾ ਪਰ ਗੁਰੂ ਦਾ ਸਿੱਖ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੇਗਾ ਓਏ ਚਾਹੇ ਪਹਾੜ ਹੋਵੇ ਓਏ ਚਾਹੇ ਮੈਦਾਨ ਹੋਵੇ ਓਏ ਚਾਹੇ ਦਰਿਆ ਹੋਵੇ ਓਏ ਉਹ ਵੀ ਸੀਸ ਝੁਕਾ ਕੇ ਪਰੇ ਹੋ ਜਾਂਦਾ ਏ ਤੇ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਅਟਕਾ ਓਏ ਮੈਂ ਪਾਰ ਜਾਣਾ ਏ ਮੈਨੂੰ ਰਾਸਤਾ ਦੇ ਦੇ ਉਹ ਕਹਿੰਦਾ ਤੈਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਪਾਣੀ ਕਿੱਥੋਂ ਆਇਆ ਉਹ ਕਹਿੰਦਾ ਮੈਂ ਜਾਣਦਾ ਤੇਰਾ ਪਾਣੀ ਕਿੱਥੋਂ ਆਇਆ ਓਏ ਤੇਰਾ ਪਾਣੀ ਮਾਨ ਸਰੋਵਰ ਝੀਲ ਤੋਂ ਆਇਆ ਉਹ ਕਹਿੰਦਾ ਮੇਰਾ ਪਾਣੀ ਮਾਨਸਰੀ ਸਰੋਵਰ ਝੀਲ ਤੋਂ ਇੱਦਾਂ ਨਹੀਂ ਆਇਆ ਉਹ ਕਹਿੰਦਾ ਕਿੱਦਾਂ ਆਇਆ ਓਏ ਮੇਰਾ ਪਾਣੀ ਮਾਨ ਸਰੋਵਰ ਝੀਲ ਤੋਂ ਓਏ ਰੜਦਾ ਖੜਦਾ ਗਿਰਦਾ ਉਛਲਦਾ ਕੁੱਦਦਾ ਕੁੜਕਦਾ ਕੁੜਕਦਾ ਤੁੜਕਦਾ ਕਟਕਦਾ ਖਟਕਦਾ ਪਟਕਦਾ ਮਟਕਦਾ ਛਲਕਦਾ ਝਲਕਦਾ ਝਲਕਦਾ ਡਿੱਗਦਾ ਪੈਂਦਾ ਨੱਠਦਾ ਭੱਜਦਾ ਦੌੜਦਾ ਗੜਗਿੱਲੀਆਂ ਮਾਰਦਾ ਓਏ ਪੱਥਰ ਚੀਰਦਾ ਟੋਏ ਟਿੱਬੇ ਢਾਲਦਾ ਪਹਾੜੀਆਂ ਨੂੰ ਟਕਰਾਉਂਦਾ ਓਏ ਛੂਕਦਾ ਕੂਕਦਾ ਕੂਕਦਾ ਨਾ ਝਿਜਕਿਆ ਨਾ ਚੱਕਿਆ ਨਾ ਅੱਟਿਆ ਨਾ ਹੱਟਿਆ ਨਾ ਠੱਟਿਆ ਓਏ ਚੱਲਦਾ ਪਹਿਲਦਾ ਬੋਰਾ ਵਾਂਗ ਪਹਿਲਾ ਪਾਉਂਦਾ ਆਪਣੀ ਮਸਤੀ ਵਿੱਚ ਖੁਮਾਰੀ ਵਿੱਚ ਗਰੂਰ ਵਿੱਚ ਸਰੂਰ ਵਿੱਚ ਓਏ ਕੁਦਰਤ ਦਾ ਨੂਰ ਜਹੂਰ ਭਰਪੂਰ ਤੱਕਦਾ ਓਏ ਕਰਦਾ ਰਸਤਿਆਂ ਨੂੰ ਸਰ ਓਏ ਮੈਦਾਨਾਂ 'ਚੋਂ ਵਹਿੰਦਾ ਅਟਕਦੀ ਧਰਤੀ ਨੂੰ ਚੀਰਦਾ ਚਲਾ ਜਾ ਰਿਹਾ ਹੈ ਓ ਸ਼ਾਹ ਤੂੰ ਇਸ ਪਾਣੀ ਨੂੰ ਪਾਰ ਕਰ ਸਕੇਗਾ ਮਹਾਰਾਜਾ ਰਣਜੀਤ ਸਿੰਘ ਨੇ ਮਾਰਿਆ ਸ਼ਬਦੀ ਤੇ ਹੱਥ ਓਏ ਕਹਿੰਦਾ ਅਟਕਾ ਤੈਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਪਾਣੀ ਕਿੱਥੋਂ ਆਇਆ ਓ ਕਹਿੰਦਾ ਤੇਰੇ 'ਚ ਕੋਈ ਪਾਣੀ ਹੈ ਕਹਿੰਦਾ ਲੈ ਹੋਰ ਮੈਂ ਸੁੱਕਾ ਸੁੱਕਾ ਹੀ ਭੱਜਾ ਫਿਰਦਾ ਕਹਿੰਦਾ ਕਿੱਥੋਂ ਆਇਆ ਓ ਕਹਿੰਦਾ ਮੇਰਾ ਪਾਣੀ ਆਇਆ ਸੀ ਹੇਮਕੁੰਟ ਦੀ ਪਹਾੜੀ 'ਚੋਂ ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿੰਘ ਸੋਭਤ ਹੈ ਤਹਾਂ ਹੇਮਕੁੰਟ ਦੀ ਪਹਾੜੀ ਤੋਂ ਪਾਣੀ ਚੱਲਿਆ ਓਏ ਸੁਮੇਰ ਦੀਆਂ ਚੋਟੀਆਂ ਕਸ਼ਮੀਰ ਦੀਆਂ ਝੀਲਾਂ ਓਏ ਸਿੰਗਲਾ ਦੀਪ ਦੇ ਟਾਪੂ ਅਰਬ ਬਗਦਾਦ ਮੱਕਾ ਮਦੀਨਾ ਓਏ ਕੋਸ਼ ਵਾਲਕ ਦੀ ਪਹਾੜੀ ਤੇ ਪਹੁੰਚ ਗਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਖੰਡੇ ਬਾਟਿਆਂ ਦੇ ਵਿੱਚੋਂ ਚੁਸ਼ਮੇ ਵੜ ਕੇ ਫੁੱਟ ਨਿਕਲਿਆ ਜਿਸ ਗੱਭਰੂ ਨੇ ਪੰਜ ਘੁੱਟ ਪੀ ਲੈ ਓਏ ਸਵਾ ਸਵਾ ਲੱਖ ਨਾਲ ਭਿੜ ਗਿਆ ਪਾਂਚੋ ਕੋ ਤਿਆਰ ਕਰ ਪਾਂਚੋ ਕੋ ਜ਼ੇਰ ਕੀਨਾ ਪਾਂਚੋ ਪੜੀ ਥੀ ਬਾਣੀ ਪਾਂਚੋ ਦੀਆ ਕਕਾਰਾ ਆਪੇ ਹਯਾਤ ਜਿਸਕਾ ਮੁਤਲਾਸ਼ੀ ਥਾ ਸਿਕੰਦਰ ਜੋ ਇਮਤਿਹਾ ਤੇ ਉਤਰਾ ਆਖਰ ਉਨਕੋ ਪਿਲਾਰਾ ਤਾਸੀਰ ਇਸ ਦਵਾ ਕੀ ਅਕਸੀਰ ਐਸੀ ਹੈ ਮੁਰਦੇ ਮੇ ਜਾਣੇ ਆਈ ਚਿੜੀਓ ਨੇ ਬਾਜ ਮਾਰਾ ਮਹਾਰਾਜਾ ਰਣਜੀਤ ਸਿੰਘ ਕਿਹਾ ਅਟਕਾ ਤੂੰ ਖਾਲਸੇ ਦਾ ਮੁਕਾਬਲਾ ਕਰਨਾ ਚਾਹੁੰਦਾ ਉਹਨਾਂ ਨੇ ਖੜੋ ਕੇ ਪੰਜਾਂ ਸਿੱਖਾਂ ਨੇ ਅਰਦਾਸਾਂ ਸੋਧਿਆ ਸੰਗਤ ਜੀ ਉਸ ਵੇਲੇ ਅਰਦਾਸ ਕੀਤੀ ਗਈ ਹੈ ਤੇ ਮਹਾਰਾਜਾ ਰਣਜੀਤ ਸਿੰਘ ਨੇ ਅਰਦਾਸ ਕਰਕੇ ਓਏ ਮਾਰ ਕੇ ਪਲਾਕੀ ਹੋ ਗਿਆ ਘੋੜੇ ਤੇ ਸਵਾਰ ਬਈ ਜਦੋਂ ਦੇਖਿਆ ਅਟਕ ਛੂਕਦਾ ਕੂਕਦਾ ਮਹਾਰਾਜਾ ਰਣਜੀਤ ਸਿੰਘ ਦੇ ਆਇਆ ਚਿਹਰੇ ਤੇ ਜਲਾਲ ਓਏ ਅੱਖਾਂ ਕੀਤੀਆਂ ਲਾਲ ਓਏ ਬੜੀ ਬੇਰਸਤੀ ਬਾੜੀ ਇੱਕ ਗੰਡ ਬਾਬਾ ਭਾਜਿਓ ਪਰੇ ਨਿਸ਼ਾਨੇ ਘਾਓ ਖੇ ਜਮਾਡੋ ਸੂਰਮਾ ਅਬ ਜੂਜਨ ਕੋ ਧਾਓ ਸੂਰਾ ਸੋ ਪਹਿਚਾਨੀ ਹੈ ਜੋ ਲੜਾ ਦੀਨ ਕੇ ਹੈ ਓਏ ਪੁਰਜਾ ਪੁਰਜਾ ਕਟਬੜਾ ਕਬੂਲਾ ਛਾਡੇ ਖੇਤ ਓਏ ਪੜ ਕੇ ਬੇਰਸਤੀ ਬਾੜੀ ਸੋਚ ਕੇ ਅਰਦਾਸਾ ਤਰ ਕੇ ਤਿਆਰ ਓਏ ਬਾਜਾ ਵਾਲੇ ਓਏ ਸਾਜਾ ਵਾਲੇ ਓਏ ਤਾਜਾ ਵਾਲੇ ਓਏ ਰਾਜਾ ਵਾਲੇ ਗੁਰੂ ਦੇ ਚਰਨ ਦਾ ਖਿੱਚਿਆ ਫਾਕਾ ਮਾਰੀ ਅੱਡੀ ਓ ਘੋੜਾ ਸ਼ੂਕ ਦਾ ਅਟਕ ਦਰਿਆ ਨੂੰ ਬੁਲਵਾ ਮਾਰ ਗਿਆ
ਕੀਤਾ ਸ਼ੇਰ ਮਹਾਰਾਜ ਨੇ ਹਜੇ ਪਾਸ਼ਾ ਦਾ ਨਾਮ ਧਿਆਇਆ ਅੜਕ ਗੋਟੇ ਗੋਟੇ ਹੋ ਗਿਆ ਗੋਟੇ ਗੋਟੇ ਹੋ ਗਿਆ ਜਦੋਂ ਘੋੜੇ ਨੇ ਸੀ ਚਰਨੇ ਛੁਆਇਆ ਉਹਦੇ ਮਗਰਾਂ ਸਿੰਗਾਰੇ ਕੋਲੇ ਠੇਤੇ ਉਹਦੇ ਮਗਰੇ ਸਿੰਗਾਰੇ ਕੋਲੇ ਅਰਦਾਸ ਅੱਜ ਆਪਾਂ ਅਰਦਾਸ ਇਹੀ ਕਰਕੇ ਜਾਈਏ ਸੱਚੇ ਪਾਤਸ਼ਾਹ ਜੀ ਦੇ ਚਰਣਾ ਚ ਕਿ ਸਾਹਿਬ ਜੀ ਸਾਨੂੰ ਅਰਦਾਸ ਕਰਨੀ ਆ ਜਾਵੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਫੁੱਲਾਂ ਚੁੱਕਾਂ ਦੀ ਖਿਮਾ ਸੱਚੇ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਤੇ ਰਹਿਮਤਾਂ ਭਰਿਆ ਮੀਂਹ ਬਰਸਾਵੇ ਮੇਰੇ ਢਾਡੀ ਸਾਥੀਆਂ ਦੇ ਜਥੇ ਵਿੱਚ ਭਾਈ ਮੁਖਤਿਆਰ ਸਿੰਘ ਔਜਲਾ ਜੀ ਭਾਈ ਚਮਕੌਰ ਸਿੰਘ ਜੀ ਚੱਕਲਾਂ ਤੇ ਸਰੰਗੀ ਮਾਸਟਰ ਭਾਈ ਹਰਦੀਪ ਸਿੰਘ ਜੀ ਬੈਂਸ ਦਾਸ ਅਮਰਦੀਪ ਸਿੰਘ ਸੇਵਕ ਪਿੰਡ ਸ਼ੰਕਰ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਤੋਂ ਤੁਹਾਡੇ ਚਰਨ ਜੋੜੇ ਝਾੜਨ ਵਾਸਤੇ ਹਾਜ਼ਰ ਹੋਇਆ ਸੀ ਸਮੁੱਚੀਆਂ ਸੰਗਤਾਂ ਤੇ ਸੱਚੇ ਪਾਤਸ਼ਾਹ ਜੀ ਮਿਹਰ ਭਰਿਆ ਹੱਥ ਰੱਖਣ ਨਾਮ ਦੀ ਦਾਤ ਗੁਰਸਿੱਖੀ ਜੀਵਨ ਦੀ ਦਾਤ ਬਖਸ਼ ਕੇ ਨਿਹਾਲ ਕਰਨ ਅੰਮ੍ਰਿਤ ਵੇਲੇ ਦਾ ਜਾਗਣਾ ਬਾਣੀ ਤੇ ਬਾਣੀ ਦਾ ਪ੍ਰੇਮ ਬਖਸ਼ਿਸ਼ ਕਰਨ
ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਸਾਰੀਆਂ ਸੰਗਤਾਂ ਦਾ ਧੰਨਵਾਦ। ਫਤਿਹ ਦੀ ਸਾਂਝ ਪਾਓ ਜੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਅਮਰਦੀਪ ਸਿੰਘ ਜੀ ਸੇਵਕ, ਉਹਨਾਂ ਨੂੰ ਹੁਣ ਬਾਬਾ ਅਵਤਾਰ ਸਿੰਘ ਜੀ ਸਨਮਾਨਿਤ ਕਰਨਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਕੋਲ ਛੋਟੇ ਬੱਚੇ ਪਹੁੰਚੇ ਆ ਜੋ ਇੱਕ ਸ਼ਬਦ ਦੀ ਹਾਜ਼ਰੀ ਲਵਾਉਣਗੇ। ਗੰਨਾ ਪਿੰਡ ਤੋਂ ਰਾਜਵਿੰਦਰ ਕੌਰ, ਖੁਸ਼ਦੀਪ ਕੌਰ, ਕੁਲਦੀਪ ਕੌਰ, ਲਵਲੀਨ ਕੌਰ, ਮਨਸਦੀਪ ਕੌਰ ਅਤੇ ਅਨੀਸ਼ਪ੍ਰੀਤ ਕੌਰ, ਜੋ ਬਹੁਤ ਹੀ ਸਤਿਕਾਰਯੋਗ ਸਰਦਾਰ ਜਰਨੈਲ ਸਿੰਘ ਜੀ ਮੋਤੀਪੁਰ ਖਾਲਸਾ, ਬੀਬੀ ਭਜਨ ਕੌਰ ਜੀ ਗੰਨਾ ਪਿੰਡ, ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਿਆ ਹੈ, ਉਹ ਆਪ ਜੀ ਨੂੰ ਇੱਕ ਸ਼ਬਦ ਦੀ ਹਾਜ਼ਰੀ ਲਵਾਉਣਗੇ। ਆਓ ਬੜੇ ਸਤਿਕਾਰ ਦੇ ਨਾਲ ਆਪਾਂ ਛੋਟੇ ਬੱਚਿਆਂ ਕੋਲੋਂ ਸਤਿਗੁਰੂ ਦੀ ਬਾਣੀ ਦਾ ਕੀਰਤਨ ਸਵਰਨ ਕਰੀਏ। ਉਸ ਤੋਂ ਉਪਰੰਤ ਜੋ ਸਾਡੇ ਕੋਲ ਬਹੁਤ ਸਤਿਕਾਰਯੋਗ ਗਿਆਨੀ ਚਾਨਣ ਸਿੰਘ ਜੀ ਸੂਰਵਿੰਡ ਵੀ ਏ, ਉਹਨਾਂ ਦਾ ਕਵੀਸ਼ਰੀ ਜੱਥਾ ਪੁੱਜਾ ਹੈ। ਗੁਰਮੁਖ ਸਿੰਘ ਜੀ MA, ਉਹਨਾਂ ਦਾ ਵੀ ਜੱਥਾ ਪੁੱਜਾ ਹੈ। ਇਹਨਾਂ ਤੋਂ ਬਾਅਦ ਉਹਨਾਂ ਨੇ ਹਾਜ਼ਰੀ ਭਰਨੀ ਹੈ। ਇਸੇ ਤਰ੍ਹਾਂ ਦੀਵਾਨ ਸੱਜਣੇ ਹਨ। ਆਓ ਬੜੇ ਸਤਿਕਾਰ ਦੇ ਨਾਲ ਆਪਾਂ ਛੋਟੇ ਬੱਚਿਆਂ ਦੇ ਕੋਲੋਂ ਸਤਿਗੁਰੂ ਦੀ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੈਠੀ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਟ ਕੋਟ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਆਪਣੇ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਕਰਨ ਦਾ ਸੁਭਾਗ ਬਖਸ਼ਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਮੌ ਸਾਹਿਬ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਬਹੁਤ ਵਡਮੁੱਲੀਆਂ ਘੜਿਆਂ 'ਚੋਂ ਕੀਰਤਨ ਕਰਨ ਦਾ ਸਮਾਂ ਬਖਸ਼ਿਆ। ਹੁਣ ਸਾਧ ਸੰਗਤ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਇਕਾਗਰਤਾ ਬਖਸ਼ਣੀ ਤਾਂ ਜੋ ਗੁਰਬਾਣੀ ਕੀਰਤਨ ਦਾ ਪੂਰਾ ਆਨੰਦ ਮਾਣ ਸਕੀਏ ਅਤੇ ਗੁਰਬਾਣੀ ਕੀਰਤਨ ਕੇਵਲ ਸਾਡਾ ਕੰਨ ਰਸ ਨਾ ਬਣ ਕੇ ਸਾਡੀ ਰੂਹ ਦੀ ਖੁਰਾਕ ਬਣ ਸਕੇ। ਜਿਹੜਾ ਸ਼ਬਦ ਅਸੀਂ ਅੱਜ ਤੁਹਾਡੇ ਸਾਹਮਣੇ ਬੋਲਣ ਜਾ ਰਹੇ ਹਾਂ ਉਸ ਵਿੱਚ ਫਰਮਾਇਆ ਗਿਆ ਹੈ ਕਿ ਪਰਮਾਤਮਾ ਦਾ ਨਾਮ ਸਦਾ ਥਿਰ ਰਹਿਣ ਵਾਲਾ ਹੈ, ਪ੍ਰਭੂ ਗੁਣਾਂ ਦਾ ਖਜ਼ਾਨਾ ਹੈ, ਧਰਤੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ਅਤੇ ਉਹਨਾਂ ਦੀ ਜਨਮ ਦੀ ਮੈਲ ਕੱਟਣ ਵਾਲਾ ਵੀ ਉਹ ਆਪ ਹੀ ਹੈ। ਆਓ ਹੁਣ ਇਸ ਸ਼ਬਦ ਨੂੰ ਆਪਾਂ ਕੀਰਤਨ ਰੂਪ ਵਿੱਚ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
राख लई।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਸੋ ਗੰਨਾ ਪਿੰਡ ਦੇ ਬੱਚੇ ਬੀਬੀ ਰਾਜਵਿੰਦਰ ਕੌਰ ਜੀ, ਹਰਪ੍ਰੀਤ ਕੌਰ, ਜਿਨ੍ਹਾਂ ਨੇ ਆਪ ਜੀ ਨੂੰ ਸਤਿਗੁਰੂ ਦੀ ਬਾਣੀ ਦੇ ਨਾਲ ਜੋੜਿਆ ਹੈ, ਬਹੁਤ ਵਧੀਆ ਉਪਰਾਲਾ ਹੈ, ਬਹੁਤ ਸਤਿਕਾਰਯੋਗ। ਜਰਨੈਲ ਸਿੰਘ ਜੀ ਸਰਪੰਚ ਮੋਤੀਪੁਰ ਖਾਲਸਾ, ਬੀਬੀ ਭਜਨ ਕੌਰ ਜੀ ਗੰਨਾ ਪਿੰਡ, ਜਿਨ੍ਹਾਂ ਨੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜ ਕੇ ਇਹ ਮਹਾਨ ਉਪਰਾਲਾ ਕੀਤਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਰਹਿਮਤਾਂ ਵਰਸਾਉਣ। ਹੁਣ ਮੈਂ ਬੇਨਤੀ ਕਰਾਂਗਾ, ਮੱਖਣ ਸਿੰਘ ਜੀ ਪਾਸਲਾ 10 ਮਿੰਟ ਦੀ ਹਾਜ਼ਰੀ ਲਵਾਉਣਗੇ, ਉਪਰੰਤ ਬਹੁਤ ਹੀ ਸਤਿਕਾਰਯੋਗ ਸਰਦਾਰ ਚਾਨਣ ਸਿੰਘ ਜੀ BA ਸੂਰਵਿੰਡ ਤੋਂ ਜੋ ਸਾਡੇ ਕੋਲ ਪਹੁੰਚੇ ਨੇ, ਉਹ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਆਓ ਬੜੇ ਅਦਬ ਸਤਿਕਾਰ ਦੇ ਨਾਲ ਆਪਾਂ ਹਾਜ਼ਰੀ ਭਰੀਏ। ਸੋ ਬੱਚਿਆਂ ਤੋਂ ਬਾਅਦ ਮੈਂ ਬੇਨਤੀ ਕਰਦਾ ਹਾਂ, ਮੱਖਣ ਸਿੰਘ ਜੀ ਪਾਸਲਾ 10 ਮਿੰਟ ਦੀ ਹਾਜ਼ਰੀ ਲਵਾਉਣਗੇ। ਆਓ ਉਪਰਾਤ ਆਪਾਂ ਬਹੁਤ ਅਦਬ ਸਤਿਕਾਰ ਦੇ ਨਾਲ ਸਤਿਗੁਰ ਦਾ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਾਧ ਸੰਗਤ ਦਾ ਦੁਆਰਾ ਫਿਰ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਕੀਰਤਨ ਵਿੱਚ ਇਕਾਗਰਤਾ ਬਣਾਈ ਰੱਖੀ। ਸੋ ਗੱਜ ਕੇ ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਭਜਨ ਕੌਰ ਜੀ ਅਸਨਵਾ ਰਹੇ ਨੇ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਜਹਾਨ ਵਿੱਚ ਹੋ ਬੰਦੇ
ਨੂੰ ਜਹਾਨ ਵਿੱਚ ਬੰਦਤ ਕਰਾਵੇ ਨਾ ਬੰਦੇ ਨੂੰ ਜਹਾਨ ਵਿੱਚ ਬੰਦਤ ਕਰਾਵੇ ਨਾ ਕਿਨਾਰੇ ਬਦਲ ਜਾਤੇ ਹੈ ਆਖ ਬੋਹੀ ਹੈ ਲੇਕਿਨ ਅੰਗਿਆਰੇ ਬਦਲ ਜਾਤੇ ਹੈ ਸਟੇਜ ਬੋਹੀ ਹੈ ਲੇਕਿਨ ਬੁਲਾਰੇ ਬਦਲ ਜਾਤੇ ਹੈ ਤੇਰੇ ਕਵਲ ਕਵਲ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੇਰੀ ਮਹਿਮਾ ਬਰ ਨਾ ਸਾਕੋ ਤੂੰ ਠਾਕਰ ਊਚ ਭਗਵਾਨਾ ਹਮ ਔਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੈ ਸਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਆਪਾਂ ਸੁਣੇ ਹੋ ਗੁਰ ਸੰਗਤ ਤਹਿ ਮਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ ਖਾਲਸਾ ਜੀਓ ਬੜੇ ਬੜੇ ਭੱਗ ਗਏ ਹੋ ਅੰਮ੍ਰਿਤ ਵਾਲ ਵੇਲੇ ਤੋਂ ਸਮਾਧੀਆਂ ਲਾ ਕੇ ਬੈਠੇ ਹੋ
ਇੱਕੋ ਵਾਰ ਕਹਿਣ ਤੇ ਸਾਰੀਆਂ ਸੰਗਤਾਂ ਫਤਿਹ ਫਤਿਹ ਵਿੱਚ ਦਿਓ, ਕੋਈ ਵੀ ਮੁੱਖ ਕੋਈ ਵੀ ਰਸਨਾ ਫਤਿਹ ਸਿਮਰ ਤੋਂ ਵਾਂਝਾ ਨਾ ਰਹੇ। ਕਹਿੰਦੇ ਨੇ ਬਈ ਜਿਹੜਾ ਬਲਾਵੇ ਢਿੱਲੀ ਫਤਿਹ ਉਹਨੂੰ ਹੋਵੇ ਨਾ ਕਦੇ ਪ੍ਰਵਾਨ ਫਤਿਹ, ਬਈ ਜਿਹਦੀ ਬੁੱਲਾਂ ਤੇ ਫਤਿਹ ਉਹਦੀ ਕੁੱਲਾਂ ਤੇ ਫਤਿਹ, ਬਈ ਜਿਹਦੀ ਰੱਗ ਵਿੱਚ ਫਤਿਹ ਉਹਦੀ ਜੱਗ ਤੇ ਵੀ ਫਤਿਹ, ਬਈ ਜਿਹਦੀ ਜੁਬਾਨ 'ਚ ਫਤਿਹ ਉਹਦਾ ਹਰ ਮੈਦਾਨ ਫਤਿਹ, ਬਈ ਜਿਹੜਾ ਬਲਾਵੇ ਗੱਜ ਕੇ ਫਤਿਹ ਉਹਨੂੰ ਇਹ ਪ੍ਰਵਾਨ ਭੱਜ ਕੇ ਫਤਿਹ। ਸਾਰੀਆਂ ਸੰਗਤਾਂ ਆ ਕੇ ਵਿੱਚ ਪਿਆਰ ਦੇ ਝੁਕਾ ਕੇ ਸੀਸ ਵਿੱਚ ਸਤਿਕਾਰ ਦੇ, ਅੱਖਾਂ ਕਰਕੇ ਬੰਦ ਹੌਸਲੇ ਕਰਕੇ ਬੁਲੰਦ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਉਹ ਬੜੇ ਬੜੇ ਭਾਗੇ ਉਹ ਕੇਵਲ ਤਾਂ ਕੇਵਲ ਇੱਕੋ ਕਵਿਤਾ ਕਹਿ ਰਿਹਾ ਖਿਮਾ ਦੇ ਜਾ ਚੁੱਕੋ ਧਿਆਨ ਦੇਣਾ, ਸਾਰੀਆਂ ਸੰਗਤਾਂ ਵਧਾਈ ਦੇ ਪਾਤਰ ਹੋ ਕਿਉਂਕਿ ਅੱਜ ਆਪਾਂ ਪੰਚਮ ਪਾਤਸ਼ਾਹ ਦੇ ਵਿਆਹ ਪੁਰਬ ਤੇ ਸੰਗਤਾਂ ਗੁਰੂ ਸਾਹਿਬਾਂ ਦਰਸ਼ਨ ਆਨੰਦ ਮਾਣ ਰਹੀਆਂ ਨੇ। ਅੱਜ ਉਹਨਾਂ ਦੇ ਲਖਤੇ ਜ਼ਿਕਰ ਛੇਵੇਂ ਪਾਤਸ਼ਾਹ ਗੋਬਿੰਦ ਪਾਤਸ਼ਾਹ ਮਹਾਰਾਜ ਗੁਰਗੱਦੀ ਸੁਭਾਏਵਾਨ ਹੋਏ ਨੇ, ਪੈਂਦੇ ਨੇ ਐਲਾਨ ਕਰਤਾ, ਕਹਿੰਦੇ ਐ ਗੁਰੂ ਕੀ ਸੰਗਤ ਗੁਰੂ ਕੇ ਪਹਿਲੇ ਸਿੱਖੋ, ਅੱਜ ਮੈਂ ਸੈਲੀ ਟੋਪੀ ਨਹੀਂ ਦਸਤਾਰ ਪਹਿਨਾਂਗਾ, ਅੱਜ ਇੱਕ ਨਹੀਂ ਦੋ ਤਲਵਾਰਾਂ ਪਹਿਨਾਂਗਾ, ਮੇਰੀ ਪਿਰੋ ਤਲਵਾਰਾਂ ਪਹਿਨਾਈਆਂ ਗਈਆਂ। ਅੱਜ ਭਗਤੇ ਸ਼ਕਤੇ ਨੂੰ ਇਕੱਠਾ ਕੀਤਾ ਗਿਆ, ਚਾਹੇ ਅੱਜ ਆਸਾ ਦੀ ਵਾਰ ਦਾ ਅੰਮ੍ਰਿਤ ਵੇਲੇ ਭੋਗ ਪੈਂਦਾ, ਉਪਰੰਤ ਚੰਗੀ ਕਰਤੱਬ ਹੁੰਦੇ ਜਿਹੜੇ ਸਿੰਘ ਅੱਖਾਂ ਬੰਨ ਬੰਨ ਕੇ ਵਾਹਿਗੁਰੂ ਵਾਹਿਗੁਰੂ ਜਾਪ ਕਰਦੇ ਸਨ, ਅੱਖਾਂ ਖੋਲ ਕੇ ਤੀਰ ਨਿਸ਼ਾਨੇ ਲਾਉਣੇ ਆ, ਢੰਗ ਦੱਸਿਆ ਗਿਆ ਭਾਈ ਮੇਰੇ ਗੁਰਦੇਵ ਨੇ ਬਹਿੰਦਿਆਂ ਨੇ ਸਿੱਖੀ ਦਾ ਸਾਰਾ ਢਾਉ ਢਾਂਚਾ ਹੇ ਐਂ ਬਦਲ ਦਿੱਤਾ ਬੈ। ਛੇਵੇਂ ਗੋਰਾਂ ਨੇ ਇੱਕ ਐਲਾਨ ਕਰਕੇ, 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 ਸਾਰਾ ਸਿੱਖੀ ਦਾ ਨਕਸ਼ਾ ਬਦਲਾ ਦਿੱਤਾ। ਸ਼ਸਤਰਧਾਰੀ ਸਿੱਖਾਂ ਦੇ ਜਥੇ ਸਾਜੇ, ਸ਼ਸਤਰਧਾਰੀ ਗੁਰਸਿੱਖਾਂ ਦੇ ਜਥੇ ਸਾਜੇ, ਜਥੇ ਸਾਜੇ ਹਰ ਜਥੇ ਸਾਜੇ, ਸ਼ਸਤਰਧਾਰੀ ਗੁਰਸਿੱਖਾਂ ਦੇ ਜਥੇ ਸਾਜੇ, ਸ਼ਸਤਰਧਾਰੀ ਗੁਰਸਿੱਖਾਂ ਦੇ ਜਥੇ ਸਾਜੇ, ਦੀ ਕਲਾ ਦਾ ਚੜ੍ਹਦੀ ਕਲਾ ਦਾ ਨਾਰਾ ਗੁਜਾ ਦਿੱਤਾ।
ਕਾਂ ਲਕਸ਼ਦੀਆਂ ਤੀਰ ਕਾ ਮਾਨ ਫੜਕੇ ਤੇ ਕਾਂ ਲਸ਼ਕੀਆਂ ਤੀਰ ਕਾ ਮਾਨ ਛੁਕੇ ਕਮਾਨ ਛੁਕੇ ਹਾਂ ਕਮਾਨ ਛੁਕੇ ਕਾਂ ਲਕਸ਼ਦੀਆਂ ਤੀਰ ਮਾਨ ਛੁਕੇ ਤੇ ਕਾਂ ਲਸ਼ਕੀਆਂ ਤੀਰ ਕਾ ਮਾਨ ਛੁਕੇ ਤੋ ਮਈ ਦਾ ਸ਼ਾਲ ਮਈ ਦਾ ਬਦਲਾ ਸਾ ਵਹਾ ਦਿੱਤਾ ਸ਼ਿਕਾਰ ਖੇਡੇ ਲਾਗੇ ਚੋਟ ਨਗਾਰੇ ਸ਼ਿਕਾਰ ਖੇਡੇ ਸ਼ਿਕਾਰ ਖੇਡੇ ਹਾਂ ਸ਼ਿਕਾਰ ਖੇਡੇ ਲਾਗੇ ਚੋਟ ਨਗਾਰੇ ਸ਼ਿਕਾਰ ਖੇਡੇ ਲਾਗੇ ਚੋਟ ਨਗਾਰੇ ਸ਼ਿਕਾਰ ਖੇਡੇ ਨਾ ਕੇਸਰੀ ਚੰਡਾ ਕੇਸਰੀ ਉੱਤ ਜਲਾ ਸੁਲਤਾਨ ਦੀਆਂ ਚੜਦਾ ਦਲਬਰਾ ਸੋਡੀ ਸੁਲਤਾਨ ਦੀਆਂ ਤਾਨ ਦੀਆਂ ਹੜਾ ਤਾਨ ਦੀਆਂ ਚੜਦਾ ਦਲਬਰਾ ਸੋਡੀ ਸੁਲਤਾਨ ਦੀਆਂ ਚੜਦਾ ਦਲਬਰਾ ਸੋਡੀ ਸੁਲਤਾਨ ਦੀਆਂ ਕਾਂਬਾ ਮੁਗਲ ਭਈ ਕਾਂਬਾ ਮੁਗਲ ਸਰਕਾਰ ਨੂੰ ਲਾ ਦਿੱਤਾ ਕਾਂਬਾ ਮੁਗਲ ਸਰਕਾਰ ਨੂੰ ਲਾ ਬਣੀਆਂ ਅੱਖੀਆਂ ਸਿੱਖ ਦੀਆਂ ਇਹ ਤਾਂ ਬਣੀਆਂ ਸ਼ਹੀਦੀ ਖੁਮਾਰੀਆਂ ਦੇ ਲਈ ਦੋਹਾਂ ਗੱਲਾਂ ਲਈ ਸਿੱਖ ਦਾ ਸਿਰ ਬਣਿਆ ਆਰੀਆਂ ਲਈ ਜਾਂ ਸਰਦਾਰੀਆਂ ਲਈ ਇਤਨੇ ਸਮੇਂ ਦੀ ਸਮਾਪਤੀ ਸੇਵਾ ਕਰੋ ਪ੍ਰਵਾਨ ਸਮੁੱਚੀਆਂ ਸੰਗਤ ਨੂੰ ਆਵਾਜ਼ ਸਾਡੇ ਸਤਿਕਾਰਯੋਗ ਗਿਆਨੀ ਬਲਿਹਾਰ ਸਿੰਘ ਜੈਕਲਪੁਰ ਤੋਂ ਮੇਰੇ ਬਹੁਤ ਹੀ ਅਜੀਜ਼ ਗਿਆਨੀ ਬਲਵਿੰਦਰ ਸਿੰਘ ਜੀ ਆਣਕੀ ਸਾਡੀ ਢਾਡੀ ਗੱਲ ਦੇ ਮਹਾਨ ਵਿਦਵਾਨ ਉਹਨਾਂ ਵੱਲੋਂ ਸਾਡੇ ਸਕੱਤਰ ਸਾਹਿਬਾਨ ਉਹਨਾਂ ਧੰਨਵਾਦ ਸਮੁੱਚੀਆਂ ਸੰਗਤ ਧੰਨਵਾਦ ਸਮੁੱਚੀ ਪ੍ਰਬੰਧਕ ਕਮੇਟੀਆਂ ਧੰਨਵਾਦ ਕੋਟਕਪੁਰਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਆਉਣ ਵਾਲੇ ਜਥੇ ਨੂੰ ਜੀਓ ਆਇਆ ਦਿਓ ਸੀ ਸਾਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗਿਆਨੀ ਮੱਕੜ ਸਿੰਘ ਜੀ ਪਾਸਲਾ ਉਹਨਾਂ ਦੇ ਢਾਡੀ ਜਥੇ ਦਾ ਸੋ ਬਹੁਤ ਸਤਿਕਾਰਯੋਗ ਇੱਥੋਂ ਦੇ ਹੱਡ ਗ੍ਰੰਥੀ ਬਾਬਾ ਅਵਤਾਰ ਸਿੰਘ ਜੀ ਜਿਨ੍ਹਾਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਹੈ ਸੋ ਉਹ ਵੀ ਇਸ ਜਗ੍ਹਾ 'ਤੇ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਆ ਆਪ ਸੰਗਤਾਂ ਦਾ ਪ੍ਰੇਮ ਹੈ ਇਸ ਗੁਰਦੁਆਰਾ ਸਾਹਿਬ ਕੇ ਹੈੱਡ ਗ੍ਰੰਥੀ ਦੀ ਸੇਵਾ ਨਿਭਾ ਰਹੇ ਆ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਮੈਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਹੁਣ ਬੇਨਤੀ ਕਰਾਂਗਾ ਭਾਈ ਚਾਨਣ ਸਿੰਘ ਜੀ ਬੀ ਏ ਸੂਰਵੈਡ ਜੋ ਕਵਿਸ਼ਰੀ ਜਥਾ ਸਾਡੇ ਕੋਲ ਪੁੱਜਾ ਹੈ ਬੜੀ ਰਹਿਮਤ ਹੈ ਗੁਰੂ ਦੀ ਆਓ ਬੜੇ ਅਦਬ ਸਤਿਕਾਰ ਦੇ ਨਾਲ ਆਪਾਂ ਇਹਨਾਂ ਕੋਲੋਂ ਸਤਿਗੁਰੂ ਜੀ ਦਾ ਇਤਿਹਾਸ ਸਰਵਣ ਕਰਨਾ ਹੈ ਉਪਰੰਤ ਗਿਆਨੀ ਗੁਰਮੁਖ ਸਿੰਘ ਜੀ ਐੱਮ ਏ ਉਹ ਵੀ ਸਾਡੇ ਕੋਲ ਪਹੁੰਚ ਚੁੱਕੇ ਹਨ ਇਹਨਾਂ ਤੋਂ ਬਾਅਦ ਉਹ ਆਪ ਸੰਗਤਾਂ ਦੇ ਦਰਸ਼ਨ ਕਰਨਗੇ ਆਓ ਬੜੇ ਅਦਬ ਸਤਿਕਾਰ ਦੇ ਨਾਲ ਆਪਾਂ ਸਤਿਗੁਰੂ ਜੀ ਦਾ ਇਤਿਹਾਸ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਜੀ
ਵਾਹਿਗੁਰੂ ਵਾਹਿਗੁਰੂ ਜੀ। ਸੁਣਿਆ ਉਹਨਾਂ ਦਾ ਹੋਵੇ ਇੱਕ ਬਾਲੀ ਉਚਾਇਆ, ਜਿਹੜੇ ਤੇਰੀ ਹਜ਼ੂਰੀ ਵਿੱਚ ਝੁਕਦੇ ਨੇ, ਜੀਵਨ ਲਹਿਰ ਫਿਰ ਉਹਨਾਂ ਚੋਂ ਹੋਏ ਪੈਦਾ, ਸਮੇਂ ਜ਼ਿੰਦਗੀ ਦੇ ਜਿਹੜੇ ਰੁਕਦੇ ਨੇ, ਉਹ ਮੁੜ ਕੇ ਉਸ ਨੂੰ ਆਸਾਂ ਦਾ ਬੂਰ ਲੱਗਿਆ, ਬੂਟੇ ਜ਼ਿੰਦਗੀ ਦੇ ਜਿਹੜੇ ਸੁੱਕਦੇ ਨੇ, ਸ਼ਰਧਾ ਨਾਲ ਜੋ ਤੇਰੇ ਦਰਬਾਰ ਆਵੇ ਉਹਦੇ ਪੈਂਡੇ ਚੁਰਾਸੀ ਦੇ ਮੁੱਕਦੇ ਨੇ, ਉਹਦੇ ਗੇੜਾ ਚੁਰਾਸੀ ਦੇ ਮੁੱਕਦੇ ਨੇ। ਵਾਹਿਗੁਰੂ ਜੀ। ਜਿੰਨਾ ਜਿੰਨਾ ਗੁਰਬਾਣੀ ਦੀ ਓਟ ਤੱਕਿਓ, ਤੇ ਬੇੜੇ ਉਹਨਾਂ ਦੇ ਭਵਜ਼ਲੋਂ ਪਾਰ ਹੋ ਗਏ, ਕਾਮ ਤੇ ਕ੍ਰੋਧ ਵਿੱਚ ਸੜੇ ਹੋਏ ਜੋ ਹਿਰਦੇ ਉਹਨਾਂ ਦੇ ਠੰਡੇ ਠਾਰ ਹੋ ਗਏ, ਔਰ ਉਸ ਤੇ ਪਾਇਆ ਸੀ ਕੌਡੇ ਜਹੇ, ਰਾਕਸ਼ਾਂ ਨੂੰ ਤੇ ਸੱਜਣ ਠੱਗ ਵਰਗੇ ਸੇਵਾ ਦਾਰ ਹੋ ਗਏ। ਪੜਿਆ ਸੁਣਿਆ ਹੈ ਜਿੰਨਾ ਮਨ ਚੇਤ ਲਾ ਕੇ, ਤੇ ਰੋਸ਼ਨ ਵਿੱਚ ਓ ਸਾਰੇ ਸੰਸਾਰ ਹੋ ਗਏ, ਤੇ ਰੋਸ਼ਨ ਵਿੱਚ ਓ ਸਾਰੇ ਸੰਸਾਰ ਹੋ ਗਏ। ਵਾਲੀਏ ਕੁਲ ਆਲਮ ਸਾਹਿਬ ਦੋ ਆਲਮ ਚਵਰ ਛਤਰ ਤਖਤ ਦੇ ਮਾਲਕ, ਗੱਦੀ ਤੇ ਸੁਭਾਏਮਾਨ ਕਲਯੁਗ ਦੇ ਉਧਾਰ ਕਰਤਾ ਸਮੁੱਚੀ ਆਕਾਇਆ ਨਾਥ ਦੇ ਸਾਹਮਣੇ ਰਹਿਬ,
ਰਾਜ ਆਨ ਰਾਜ ਪਾਨ ਆਨ ਪਾਨ ਦੇਵਾਨ ਦੇਵ ਉਪਮਾ ਮਹਾਨ ਧੰਨ ਸਤਿਗੁਰੂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ ਲੰਬੇ ਅਰਸੇ ਤੋਂ ਸੱਜ ਬੈਠੇ ਸਤਸੰਗੀ ਜਨੋ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਆਪਣੇ ਮੁਬਾਰਕ ਤਰਨ ਇਸ ਧਰਤੀ ਉੱਪਰ ਪਾਏ ਔਰ ਧਰਤੀ ਨੂੰ ਪਾਗ ਲੱਗੇ। ਸਾਹਿਬ ਦੀ ਗੁਰਬਾਣੀ ਦਾ ਫਰਮਾਨ ਹੈ, ਜਿੱਥੇ ਜਾਏ ਵਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਰਾਮ ਰਾਜ ਇਸ ਥਾਨ ਨੂੰ ਸੁਹਾਵਾ ਕਰ ਦਿੱਤਾ ਔਰ ਇਹਨਾਂ ਲੋਕਾਂ ਦੀ ਅੰਦਰ ਦੀ ਬਿਰਤੀ ਨੂੰ ਉਖੇੜ ਕੇ ਗੁਰੂ ਦੇ ਵੱਲ ਨੂੰ ਉਹਨਾਂ ਦਾ ਝੁਕਾਓ ਕਰਨ ਵਾਲੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਰਸੀਏ ਜਿਨ੍ਹਾਂ ਦੇ ਵਿਆਹ ਪੁਰਬ ਨੂੰ ਸਮਰਪਿਤ ਇਲਾਕਾ ਨਿਵਾਸੀ ਨਗਰ ਨਿਵਾਸੀ ਸਹਿਯੋਗ ਦੇ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾਨ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ ਔਰ ਇੱਥੋਂ ਦਾ ਸਮੁੱਚਾ ਸਟਾਫ, ਸਾਡੇ ਅਤਿ ਸਤਿਕਾਰਯੋਗ ਮਨੈਂਦਰ ਸਾਹਿਬਾਨ ਸਰਦਾਰ ਸੁਖਦੇਵ ਸਿੰਘ ਜੀ ਕੋਟਾਂ ਔਰ ਉਹਨਾਂ ਦੀ ਸਮੁੱਚੀ ਟੀਮ, ਸਮੁੱਚੀ ਜਥੇਬੰਦੀ, ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਸਬਰਾ, ਉਹ ਇੱਥੇ ਆਪ ਸਾਰੀਆਂ ਸੰਗਤਾਂ ਦੇ ਨਾਲ ਤੇ ਹੋ ਮੁਹੱਬਤ ਦਾ ਕਰਕੇ ਗੁਰੂ ਸਾਹਿਬਾਂ ਦੀ ਵਜ਼ੀਰੀ ਕਰ ਰਹੇ ਨੇ, ਉਹਨਾਂ ਦਾ ਸਾਥ ਹੈ। ਸਟੇਜ ਦੇ ਸੰਚਾਲਕ ਸਕੱਤਰ ਸਾਹਿਬਾਨ ਵੀਰ ਪਰਮਜੀਤ ਸਿੰਘ ਜੀ ਜੋ ਆਪ ਆਲਾ ਕਥਾਵਾਚਕ ਨੇ, ਤੁਹਾਡੇ ਇਲਾਕੇ ਦੀ ਸ਼ਾਨ ਹੈ ਔਰ ਮਾਝੇ ਦੀਆਂ ਸਟੇਜਾਂ ਦੇ ਉੱਪਰ ਵੀ ਵੱਡੀਆਂ ਵੱਡੀਆਂ ਮੱਲਾਂ ਇਹਨਾਂ ਮਾਰੀਆਂ, ਉਹਨਾਂ ਦਾ ਧੰਨਵਾਦ। ਹੋਰ ਵੀ ਜਿੰਨੇ ਪ੍ਰਬੰਧਕ ਜਾਣੇ ਸਮੁੱਚੀ ਮੈਨੇਜਮੈਂਟ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਪ ਸਾਰੀਆਂ ਹੀ ਸੰਗਤਾਂ ਨੂੰ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਵਿਆਹ ਪੁਰਬ ਦੀ ਲੱਖ ਲੱਖ ਵਧਾਈ ਹੋਵੋ ਜੀ। ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੱਲਾ। ਸਤਿਗੁਰੂ ਕਿਰਪਾ ਰੱਖੇ ਆਪ ਜੀਆਂ ਦੇ ਨਾਲ ਸਮੇਂ ਦੇ ਅੰਦਰ ਰਹਿ ਕੇ ਗੁਰ ਇਤਿਹਾਸ ਦੀ ਸਾਨ ਪਾਵਾਂ। ਵਿਆਹ ਪੁਰਬ ਆਪ ਜੀ ਪਰਸੋਂ ਵਾਲੇ ਰੋਜ਼ ਤੋਂ ਉਹ ਸਾਰੇ ਦਾ ਸਾਰਾ ਜੀਵਨ ਬਿਰਤਾਂਤ ਆਪ ਜੀ ਸਰਵਣ ਕਰ ਰਹੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਦੋਂ ਵਿਆਹ ਕੇ ਉੱਥੋਂ ਚਲੇ ਗਏ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ, ਬੇਸ਼ੱਕ ਸਾਡਾ ਮਨ ਦਾ ਕੀੜਾ ਇਹ ਬਣਿਆ ਸੀ ਕਿ ਇੱਥੋਂ ਅੱਗੇ ਤੁਰਿਆ ਜਾਵੇ ਕਿ ਅੱਗੇ ਗਾਂਹ ਕੀ ਹੋਇਆ, ਪਰ ਸੰਗਤਾਂ ਦੀ ਫਰਮਾਇਸ਼ ਹੈ ਕਿ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੋ ਲਾਇਕ ਸਪੁੱਤਰ ਨੇ, ਉਹਨਾਂ ਦਾ ਸਨੇਹ, ਉਹਨਾਂ ਦਾ ਪਿਆਰ, ਉਹਨਾਂ ਦੀ ਮੁਹੱਬਤ ਦੀ ਗੱਲ ਕੀਤੀ ਜਾਵੇ। ਆਪ ਜੀਆਂ ਦੇ ਨਾਲ ਦੋ ਤੋਂ ਤਿੰਨ ਕਵਿਤਾ ਕਹਿ ਕੇ ਖਿਮਾ ਦੇ ਜਾਤ ਹੋ ਜਾਣੇ। ਆਪ ਜੀਆਂ ਨੇ ਪਿਆਰ ਬਖਸ਼ਣਾ ਤਵਜੋਂ ਬਖਸ਼ਣੀ ਰਹੋ ਵਿਚਾਰ। ਮੁੱਖ ਦੀ ਗੱਲ ਜਦੋਂ ਇੱਥੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗਏ, ਕਰਮੋਂ ਨੇ ਤਾਨੇ ਤੇ ਮਿਹਣੇ ਮਾਰੇ, ਕਰਮੋਂ ਦੇ ਤਾਨੇ ਤੇ ਮਿਹਣੇ ਸੁਣ ਕੇ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀਆਂ ਨੂੰ ਕਹਿਣ ਲੱਗੇ, ਗੁਰਦੇਵ ਸਵਾਮੀ ਆਪ ਲੱਖਾਂ ਦੀਆਂ ਧੋੜੀਆਂ ਭਰਦੇ ਹੋ, ਕਿਰਪਾ ਕਰੋ। ਕਰਮੋਂ ਕਹਿੰਦੀ ਹੈ ਮੈਂ ਇਸ ਜੱਗ ਤੋਂ ਔਂਤਰੀ ਜਾਣਾ, ਦਇਆ ਕਰੋ, ਪੁੱਤਰਾਂ ਦੇ ਨਾਲ ਇਸ ਜੱਗ ਦੇ ਵਿੱਚ ਸਾਂਝ ਨਹੀਂ ਬਣਦੀ। ਗੁਰਦੇਵ ਕਹਿੰਦੇ ਪੁੱਤੀ ਗੰਢ ਪਵੇ ਸੰਸਾਰ ਨਹੀਂ ਬਣਦੀ, ਆਪ ਦੀ ਰਹਿਮਤ ਕਰੋ, ਕਿਰਪਾ ਕਰੋ, ਮੇਰੀ ਝੋਲੀ ਵਿੱਚ ਖੈਰ ਪਾ ਦਿਓ, ਦਾਤ ਪਾ ਦਿਓ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸਮੇਂ ਦੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਬੀੜ ਸਾਹਿਬ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਮੌਜੂਦ ਨੇ, ਤੁਸੀਂ ਉਹਨਾਂ ਕੋਲ ਜਾਓ। ਇਤਿਹਾਸ ਕਈਆਂ ਥਾਵਾਂ ਤੇ ਭੁਲੇਖਾ ਖਾਂਦਾ ਹੈ, ਕਈਆਂ ਥਾਵਾਂ ਤੇ ਵਿਦਵਾਨ ਵੀਰਾਂ ਨੇ ਆਪਣੀ ਸੋਚ ਦੇ ਮੁਤਲਕ ਉਹਨੂੰ ਢਾਲ ਦਿੱਤਾ ਹੈ, ਪਰ ਸਾਹਿਬ ਦੀ ਗੁਰਬਾਣੀ ਦਾ ਫਰਮਾਨ ਹੈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਵਾਹੇ। ਅੱਜ ਵੀ ਬੀੜ ਬਾਬਾ ਬੁੱਢਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜੋ ਸ਼ਰਧਾ ਦੇ ਨਾਲ ਮਿੱਸੇ ਪ੍ਰਸ਼ਾਦੇ
ਗੰਢੇ ਲੈ ਕੇ ਦਾਂਦਾ ਹੈ, ਪੁੱਤਰ ਦੀ ਅਰਦਾਸ ਕਰਾਉਂਦਾ ਹੈ। ਗੁਰਦੇਵ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਉਹਨਾਂ ਦੀਆਂ ਝੋਲੀਆਂ, ਉਹਨਾਂ ਦੀਆਂ ਝੋਲੀਆਂ ਦੇ ਵਿੱਚ ਪੁੱਤਰਾਂ ਦੀਆਂ ਦਾਤਾਂ ਪਾਉਂਦੇ ਨੇ, ਜੋ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਜਾਂ ਰਹੋ ਵਿਚਾਰ ਮੁੱਕਦੀ ਗੱਲ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਹੁਕਮ ਦੇ ਨਾਲ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਪੁਰਬ ਹੋ ਗਿਆ। ਪਹਿਲੀ ਪਾਤਸ਼ਾਹੀ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੀ ਸਾਂਝ ਬਣੀ ਔਰ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਇੰਨੀ ਮੁਹੱਬਤ ਬਣ ਗਈ ਕਿ ਦੂਸਰੀ ਪਾਤਸ਼ਾਹੀ ਤੋਂ ਲੈ ਕੇ ਛੇਵੀਂ ਪਾਤਸ਼ਾਹੀ ਤੱਕ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹੱਥਾਂ ਨਾਲ ਗੁਰਤਾ ਗੱਦੀ ਦਾ ਤਿਲਕ ਦਿੱਤਾ। ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ, ਉੱਥੋਂ ਦਾ ਜੋ ਅੰਮ੍ਰਿਤ ਕੁੰਡ ਹੈ, ਅੰਮ੍ਰਿਤ ਸਰੋਵਰ ਹੈ, ਗੋਇੰਦਵਾਲ ਸਾਹਿਬ ਦੀ ਬੌਲੀ, ਸ੍ਰੀ ਤਰਨ ਤਾਰਨ ਸਾਹਿਬ ਜੀ ਦਾ ਸਰੋਵਰ, ਉਹਨਾਂ ਦੇ ਟੱਪ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹੱਥਾਂ ਨਾਲ ਔਰ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਮੇਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਘਰ ਕਮਲਾਂ ਦੇ ਨਾਲ ਭੇਟ ਕੀਤੀਆਂ। ਆਖਿਰਕਾਰ ਬਾਬਾ ਬੁੱਢਾ ਸਾਹਿਬ ਜੀ ਬਜ਼ੁਰਗ ਹੋ ਗਏ, ਬੀੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਪਰ ਇਹਨਾਂ ਲੰਬਾ ਅਰਸਾ ਸੇਵਾ ਕੀਤੀ। ਇਤਿਹਾਸ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਪਿਛਲੀ ਉਮਰ ਦੇ ਅੰਦਰ ਸਰੀਰ ਬਹੁਤ ਭਾਰਾ ਹੋ ਚੁੱਕਾ ਸੀ ਔਰ ਸਤਿਕਾਰ ਦੇ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਾਂ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਦਰਸ਼ਨ ਦਿਦਾਰਿਆਂ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਨੇ ਆਉਣਾ ਹੁੰਦਾ ਸੀ, ਸਤਿਕਾਰ ਵਜੋਂ ਪਾਲਕੀ ਭੇਜਦੇ ਸਨ। ਇਸ ਤੋਂ ਅੱਗੇ ਦਾ ਦੀਵਨ ਵਰਤਾਂਤ ਭਾਵ ਕਿ ਗੁਰੂ ਤੇ ਸਿੱਖ ਦਾ ਪਿਆਰ ਕੀ ਹੈ, ਕਿੰਨਾ ਸਨੇਹ ਹੈ, ਕਿੰਨੀ ਮੁਹੱਬਤ ਹੈ, ਕਿੰਨਾ ਨਿਹੋ ਹੈ, ਉਹ ਆਪਦੀਆਂ ਦੇ ਨਾਲ ਸਮਾਂ ਕਰਨਾ ਹੈ। ਆਓ ਪਾਓ ਗਲ ਵਿੱਚ ਪੱਲਾ ਲਓ, ਤਰਲਾ ਕੁਝ ਕਹਿਣ ਦੀ ਆਗਿਆ ਮੰਗੋ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਦੀਵਾਨ ਹਾਲ ਭਰਿਆ ਹੋਇਆ, ਸਤਿਕਾਰਯੋਗ ਮਾਤਾਵਾਂ ਭੈਣਾਂ ਬੈਠੀਆਂ ਹੋ, ਵੀਰ ਬਜ਼ੁਰਗ ਬੈਠੇ ਹੋ, ਇਹ ਹਾਲ ਗੂੰਜਣਾ ਚਾਹੀਦਾ ਹੈ, ਪਤਾ ਲੱਗੇ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਸੰਗਤਾਂ ਵਿਆਹ ਪੁਰਬ ਮਨਾ ਰਹੀਆਂ ਨੇ। ਕਰੋ ਕਿਰਪਾ, ਕੋਈ ਰਸਨਾ ਬਾਂਧੀ ਨਾ ਰਹੇ, ਬਣਾਓ ਨਾਤਾ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋ ਵਾਰ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ, ਯਾਦ ਰੱਖੋ ਜਦੋਂ ਵਾਹਿਗੁਰੂ ਦਾ ਸਿਮਰਨ ਹੁੰਦਾ ਤੇ ਭਾਈ ਗੁਰਦਾਸ ਜੀ ਕਹਿੰਦੇ ਜਿੱਥੇ ਵਾਹਿਗੁਰੂ ਹਿਰਦੇ ਦੇ ਅੰਦਰ ਵੱਸਦਾ ਹੈ ਉੱਥੋਂ ਹੋਮੇ ਦਾ ਨਾਸ ਹੁੰਦਾ ਹੈ, ਜਿੱਥੋਂ ਹੋਮੇ ਦਾ ਨਾਸ ਹੁੰਦਾ ਹੈ। ਸਾਹਿਬ ਕਹਿੰਦੇ ਨਵ ਨਿਧੀਆਂ ਠਾਰੈ ਸਿੱਧੀ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੇ ਸਦਾ ਵਸਾ, ਜਿਹਦੇ ਹਿਰਦੇ ਦੇ ਅੰਦਰ ਵੱਸ ਜਾਂਦਾ। ਇੱਧਰ ਬਾਬਾ ਬੁੱਢਾ ਸਾਹਿਬ ਜੀ ਦੇ ਹਿਰਦੇ ਅੰਦਰ ਵਸੇ, ਮੈਂ ਗੱਲ ਇੱਥੋਂ ਸ਼ੁਰੂ ਕਰਨ ਲੱਗਿਆ। ਆਪ ਸੰਗਤਾਂ ਦੀ ਸਿਫਾਰਿਸ਼ ਦੇ ਉੱਪਰ, ਮਹਾਂਪੁਰਖਾਂ ਦੀ ਸਿਫਾਰਿਸ਼ ਦੇ ਉੱਪਰ ਆਪਦੀਆਂ ਦੇ ਨਾਲ ਉਹਨਾਂ ਦਾ ਜੀਵਨ ਬਰਤਾਂਤ ਸਮਾਂ ਕਰਨ ਲੱਗਿਆ ਹਾਂ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਦਿਲੋਂ ਸੁਨੇਹ ਹੈ। ਇੱਧਰ ਮੇਰੀ ਪੀਰੀ ਦਾ ਮਾਲਕ ਸੱਚਾ ਪਾਤਸ਼ਾਹ ਮਹਿਤਾ ਸਾਹਿਬ ਦੇ ਨਜ਼ਦੀਕ ਸ੍ਰੀ ਹਰਗੋਬਿੰਦਪੁਰ ਨਗਰ ਮੌਜੂਦ ਹੈ, ਉਹਦਾ ਨੀਂਹ ਪੱਥਰ ਰੱਖਣਾ ਹੈ ਬਾਬਾ ਬੁੱਢਾ ਸਾਹਿਬ ਜੀ ਵਾਸਤੇ। ਮੇਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਪਾਲਕੀ ਸਾਹਿਬ ਭੇਜੀ ਹੈ, ਇੱਕ ਪਾਲਕੀ ਸਾਹਿਬ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਭੇਜੀ ਹੈ, ਜਿਹੜੀ ਭਾਈ ਗੁਰਦਾਸ ਜੀਆਂ ਵਾਸਤੇ ਭੇਜੀ ਹੈ। ਇੱਧਰ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਵਾਸਤੇ ਪਾਲਕੀ ਸਾਹਿਬ, ਉੱਧਰ ਭਾਈ ਗੁਰਦਾਸ ਜੀ ਉਹਨਾਂ ਵਾਸਤੇ ਪਾਲਕੀ ਸਾਹਿਬ। ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਪੂਰਨ ਬ੍ਰਹਮ ਗਿਆਨੀ ਔਰ ਭਾਈ ਗੁਰਦਾਸ ਜੀ, ਤੇ ਜੇ ਕਿਸੇ ਨੂੰ ਸੋਧਾ ਲਾਉਣਾ ਹੁੰਦਾ ਹੈ ਉਹਨੂੰ ਸੋਧਾ ਲਾਉਣ ਵਾਸਤੇ ਬਾਬਾ ਬਿਧੀ ਚੰਦ ਸਾਹਿਬ ਜੀ, ਤਿੰਨੇ ਹਾਦੂਰੀ ਜਥਾ ਹਾਦੂਰੀ ਸੇਵਕ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ 24 ਘੰਟੇ ਨਾਲ ਲਿਆ ਕਰਦੇ ਸਨ। ਰਹੋ ਵਿਚਾਰ, ਇਹਨਾਂ ਬੁਲਾਇਆ, ਪਾਲਕੀਆਂ ਭੇਜੀਆਂ ਗਈਆਂ, ਆ ਗਏ ਨੇ ਸ੍ਰੀ ਹਰਗੋਬਿੰਦਪੁਰ। ਇੱਥੇ ਆ ਕੇ ਇਤਿਹਾਸ ਦਰਸਾਉਂਦਾ ਹੈ ਕਿ ਅਰਦਾਸ ਜਿਹੜੀ ਹੈ ਭਾਈ ਗੁਰਦਾਸ ਜੀਆਂ ਨੇ ਸੋਧੀ ਹੈ ਔਰ ਇਸ ਨਗਰ ਦਾ ਟੱਪ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਘਰ ਕਮਲਾਂ ਦੇ ਨਾਲ ਲਾਇਆ ਹੈ ਔਰ ਵਰ ਦਿੱਤਾ, ਜਦ ਤੱਕ ਇਹ ਦੁਨੀਆਂ ਰਹੇਗੀ ਉਹ ਤੱਕ ਇਹ ਸ੍ਰੀ ਹਰਗੋਬਿੰਦਪੁਰ ਨਗਰ ਰਹੇਗਾ, ਇਹ ਵਰ ਦਿੱਤਾ ਹੈ। ਗੁਰਦੇਵ ਪਾਤਸ਼ਾਹ
ਮੇਰੀ ਪੀਰੀ ਦਾ ਮਾਲਕ ਸੱਚਾ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸਪੁੱਤਰ ਇਹਨਾਂ ਨੇ ਬਖਸ਼ਿਸ਼ਾਂ ਕੀਤੀਆਂ, ਰਹਿਮਤਾਂ ਕੀਤੀਆਂ, ਬਾਬਾ ਬੁੱਢਾ ਸਾਹਿਬ ਦੀ ਬਰ ਦੇ ਕੇ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗੇ, ਪਾਤਸ਼ਾਹ ਹੁਣ ਜਿੱਤ ਚਾਹੁੰਦਾ ਹੈ ਇਹ ਆਖਰੀ ਜ਼ਿੰਦਗੀ ਰਮਦਾਸ ਦੀ ਧਰਤੀ ਤੇ ਗੁਜ਼ਾਰਾਂ, ਤੇ ਆਪ ਜੀ ਦਾ ਹੁਕਮ ਹੋਵੇ ਤੇ ਤਲਾ ਦਾਵਾਂ। ਬਾਬਾ ਜੀ ਮੇਰੀ ਪੀਰੀ ਦੇ ਮਾਲਕ ਕੋਲੋਂ ਆਗਿਆ ਲੈ ਕੇ ਰਮਦਾਸ ਦੀ ਧਰਤ ਨੂੰ ਆ ਗਏ ਨੇ। ਜਦ ਇੱਥੇ ਪੁੱਜੇ ਹੈ ਇਤਿਹਾਸ ਦਰਸਾਉਂਦਾ ਹੈ ਕੁਝ ਸਮਾਂ ਬੀਤਿਆ, ਕੁਝ ਸਮਾਂ ਬੀਤਣ ਦੇ ਬਾਵਜੂਦ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਆਖਰੀ ਸਵਾਸਾਂ ਤੇ ਆਪਣੀ ਜ਼ਿੰਦਗੀ ਨੂੰ ਜਾਣਾ ਵੇਖਣਾ ਚਾਹੁੰਦੇ ਸਨ ਕਿ ਆਖਰੀ ਸਵਾਸਾਂ ਤੇ ਜ਼ਿੰਦਗੀ ਜਾ ਚੁੱਕੀ ਹੈ। ਦੋ ਸੱਚੇ ਪਾਤਸ਼ਾਹ ਦੇ ਨਾਲ ਵਾਅਦਾ ਕੀਤਾ ਸੀ, ਕਹਿਣ ਲੱਗੇ ਹਾਜ਼ੂਰ ਦਾਤਾਰ ਪਾਤਸ਼ਾਹ ਮਹਾਰਾਜ ਆਪ ਦੀਆਂ ਦੇ ਨਾਲ ਦਿਲਾਂ ਦੀ ਸਾਂਝ ਹੈ, ਦਿਲੋਂ ਮੁਹੱਬਤ ਹੈ, ਦਿਲੋਂ ਨੇਹੋਂ ਹੈ, ਇਹ ਜਿੰਦ ਇਹ ਜ਼ਿੰਦਗੀ ਦੇ ਅੰਦਰ ਜੀਵਨ ਕਾਲ ਦੇ ਅੰਦਰ ਦਾਤਾਰ ਪਾਤਸ਼ਾਹ ਮਹਾਰਾਜ ਜਿਹੜੀਆਂ ਚਰਖੇ ਦੇ ਨਾਲ ਉਹ ਜ਼ਿੰਦਗੀ ਦੀਆਂ ਪੂਣੀਆਂ ਕੱਤੀਆਂ ਸੀ, ਉਹ ਅੱਟੀਆਂ ਕੱਤੀਆਂ ਸਨ, ਉਹ ਉੱਗੜਦੀਆਂ ਨਜ਼ਰ ਆ ਰਹੀਆਂ ਹੈ, ਉੱਧੜਦੀਆਂ ਨਜ਼ਰ ਆ ਰਹੀਆਂ ਹੈ। ਦਾਤਾਰ ਪਾਤਸ਼ਾਹ ਕਿਰਪਾ ਕਰ, ਰਹਿਮਤ ਕਰ, ਆ ਕੇ ਆਖਰੀ ਦਾਰ ਦੇ ਆਓ। ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਤੇ ਪਾਤਸ਼ਾਹ ਮਹਾਰਾਜ ਦੇ ਤਰਨਾਂ ਦਾ ਧਿਆਨ ਧਰ ਕੇ ਕਹਿੰਦੇ, ਦਾਤਾਰ ਪਾਤਸ਼ਾਹ ਇਹ ਜਿੰਦ ਉਸ ਚਰਨਾਂ 'ਚ ਬਰਾਦਨਾ ਚਾਹੁੰਦੀ ਹੈ। ਸਾਹਿਬ ਦੀ ਗੁਰਬਾਣੀ ਦਾ ਫਰਮਾਨ ਹੈ, ਜਿੰਦ ਵਹੁਟੀ ਮਰਨ ਵਾਰ ਲੈ ਦਾਸੀ ਪ੍ਰਣਾਏ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਦ ਬਾਬਾ ਬੁੱਢਾ ਸਾਹਿਬ ਜੀ ਨੇ ਮੇਰੀ ਪੀਰੀ ਦੇ ਮਾਲਕ ਨੂੰ ਯਾਦ ਕਰਕੇ ਆਖਿਆ, ਦਾਤਾਰ ਇਹ ਜਿੰਦ ਚੱਲੀਏ, ਆ ਕੇ ਜਲਦੀ ਦੇ ਨਾਲ ਦੀਦਾਰ ਦੇ, ਕੀ ਕਹਿ ਰਹੇ ਨੇ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਔਰ ਮੇਰੀ ਪੀਰੀ ਦਾ ਮਾਲਕ ਸੱਚਾ ਪਾਤਸ਼ਾਹ। ਕਿਵੇਂ ਪਿਆਰ ਹੈ ਗੁਰੂ ਦਾ ਔਰ ਸਿੱਖ ਦਾ, ਪੂਲੇ ਸਿੱਖ ਗੁਰੂ ਸਮਝਾਏ, ਕਿਵੇਂ ਮੁਹੱਬਤ ਹੈ, ਕਿਵੇਂ ਖਿੱਤੇ ਚਲੇ ਆਉਂਦੇ ਨੇ। ਉਸ ਵੇਲੇ ਦੇ ਸਾਰੇ ਸਿੰਘ ਦਾ ਨਕਸ਼ਾ ਕਵੀ ਦੀ ਕਲਮ ਨੇ ਇਹਨਾਂ ਸਤਰਾਂ ਦੇ ਰਾਹੀਂ ਇਉਂ ਕਲਮਬੰਦ ਕੀਤਾ ਹੈ ਜੀ। ਪਿਆਰ ਨਾਲ ਵਾਹਿਗੁਰੂ। ਚਰਖੇ ਕੱਤੀਆਂ ਪੂਣੀਆਂ, ਮੇਲਾ ਪਤੋੜੇ ਜੋਟੀਆਂ, ਅਟੇਰਨੇ ਨਾ ਅੱਟੀਆਂ, ਨਾ ਹੋ ਦਰਈ ਗਾਲੋਟੀਆਂ, ਹਿੱਲੀਆਂ ਚਰਮਖਾ ਸੇ ਤੱਕੜਾ ਵਾਲੀ ਖਾਰੀਆ, ਜਿੰਦ ਚੱਲੀ ਮੈਂ ਚੱਲੀ ਪਰਦੇਸਿਆ, ਮਿਲ ਪਿਆਰੀਆ ਆ ਮਿਲ ਪਿਆਰੀਆ। ਉਹ ਚਰਖੇ ਕੱਤੀਆਂ ਪੂਣੀਆਂ, ਮੇਲਾ ਪਤੋੜੇ ਜੋਟੀਆਂ, ਅਟੇਰਨੇ ਨਾ ਅੱਟੀਆਂ, ਨਾ ਹੋਦ ਰਹੀ ਗਾਲੋਟੀਆਂ, ਹਿੱਲੀਆਂ ਚਰਮਖਾ ਸੇ ਤੱਕੜਾ ਵਾਲੀ ਖਾਰੀਆ, ਜਿੰਦ ਚੱਲੀ ਮੈਂ ਚੱਲੀ ਪਰਦੇਸਿਆ, ਮਿਲ ਪਿਆਰੀਆ ਆ ਮਿਲ ਪਿਆਰੀਆ। ਖਿੱਚਾਂ ਨੇ ਦੋਨੋਂ ਪਾਸਿਓ ਪਾਸਿਓ ਪਾਸਿਓ, ਹਾ ਖਿੱਚਾਂ ਨੇ ਦੋਨੋਂ ਪਾਸਿਓ, ਇੱਕ ਸਮੇਂ ਦੀ ਇੱਕ ਪਿਆਰ ਦੀ, ਲਹਿਰਾਂ ਚੱਲਣ ਦੋ ਪਾਸਿਓ, ਇੱਕ ਜਿੱਤ ਦੀ ਇੱਕ ਹਾਰ ਦੀ, ਨੂਰੀ ਦਰਸ਼ ਪ੍ਰੀਤਮਾ ਜੀਵਨ ਤੇ ਮਰਨ ਸਵਾਰੀਆ, ਜਿੰਦ ਚੱਲੀ ਮੈਂ ਚੱਲੀ ਪਰਦੇਸਿਆ, ਮਿਲ ਪਿਆਰੀਆ ਆ ਮਿਲ ਪਿਆਰੀਆ। ਪ੍ਰੀਤਮ ਕੀ ਖੇਲ ਬੁਝਾਰਤਾ, ਜੀਵਨ ਮਰਨ ਦੀ ਕਾਰ ਤੋਂ, ਦਿਲ
ਛਲਕਦਾ ਸਾ ਡਲਕਦਾ ਜਿਉਂ ਕੂੰਜ ਵਿਛੜੀ ਡਾਰ ਤੋਂ ਲੱਖ ਰਵੀ ਸੱਸਾ ਤੋਂ ਸੋਹਣੀਆਂ ਕਰ ਜਾਨਣ ਚੁੱਕਿਆਂ ਦਿਆਰੀਆ ਲੱਖ ਰਵੀ ਸੱਸਾਂ ਤੋਂ ਸੋਹਣਿਆ ਕਰ ਚਾਨਣ ਚੁੱਕਿਆਂ ਦਿਆਰਿਆ ਜਿੰਦ ਚੱਲੀ ਮੈਂ ਚੱਲੀ ਪਰਦੇਸੀਆ ਮਿਲ ਪਿਆਰਿਆ ਆ ਮਿਲ ਪਿਆਰਿਆ ਨਾਨਕ ਦੇ ਅੰਗੋ ਉਪਜ ਕੇ ਉਪਜ ਕੇ ਉਪਜ ਕੇ ਹਾਂ ਨਾਨਕ ਦੇ ਅੰਗੋ ਉਪਜ ਕੇ ਅੰਗਦ ਤੋਂ ਅਮਰ ਹੋ ਗਿਆ ਰਾਮਦਾਸ ਸੋਢੀ ਗੁਰੂ ਅਰਜਨ ਤਾਰੀ ਤਾਰਨ ਜੋਗਿਆ ਹਰ ਜੀਓ ਗੋਬਿੰਦ ਜੀਓ ਪਰੀਤਾ ਦੇਵਨ ਜਾਰੀਆ ਜਿੰਦ ਚੱਲੀ ਮੈਂ ਚੱਲੀ ਪਰਦੇਸਿਆ ਮਿਲ ਪਿਆਰਿਆ ਆ ਮਿਲ ਪਿਆਰਿਆ ਉਹ ਕਦੇ ਟੈ ਕਦੀ ਕਦੇ ਮੈਂ ਕਦੀ ਜਿੰਦ ਆ ਰੁਕੇ ਰਗ ਸਾਤੇ ਤੇਰੇ ਨੀਲੇ ਜਿੱਥੋਂ ਲੰਘਣਾ ਦੇਵਾਂ ਬਹੁ ਕਰਾਂ ਉਸ ਰਾਤੇ ਮੁਹੱਬਤ ਦੇਵਨ ਜਾਰੀਆ ਲਾ ਲੈ ਤਾਰਨ ਹਾਰਿਆ ਸਹਿਬਾ ਮੁਹੱਬਤ ਦੇਵਨ ਜਾਰੀਆ ਗਲ ਲਾ ਲੈ ਤਾਰਨ ਹਾਰਿਆ ਜਿੰਦ ਚੱਲੀ ਮੈਂ ਚੱਲੀ ਪਰਦੇਸਿਆ ਮਿਲ ਪਿਆਰਿਆ ਆ ਮਿਲ ਪਿਆਰਿਆ ਅਸਾਂ ਚਰਨ ਤੇਰੇ ਧੋਣ ਲਈ ਨੈਣਾ ਚ ਰੱਖਿਆ ਨੀਰ ਹੈ ਸਾਨੂੰ ਬਖਸ਼ ਬਖਸ਼ਣ ਹਾਰਿਆ ਜੇ ਹੋਈ ਕੋਈ ਤਕਸੀਰ ਹੈ ਆਪ ਹੈ ਜਾਂ ਬਿਰਹੜਾ ਹੈ ਕੁਝ ਤਾਂ ਗੁਣ ਗੁਣਾਰਿਆ ਜਿੰਦ ਚੱਲੀ ਮੈਂ ਚੱਲੀ ਪਰਦੇ ਸਿਆ ਮਿਲ ਪਿਆਰਿਆ ਆ ਮਿਲ ਪਿਆਰਿਆ ਛੱਡ ਤੇਰਾ ਦੇਸ਼ ਪਰੀਤਮਾ 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 ਹਾਂ ਛੱਡ ਤੇਰਾ ਦੇਸ਼ ਪਰੀਤਮਾ ਤੁਰ ਚੱਲੀ ਅਗੇਰੀ ਵਾਟ ਨੂੰ ਮੈਂ ਨੱਪਾ ਕਿਵੇਂ ਤਰਾਟ ਨੂੰ ਨਾੜੀ ਫਿਰੀ ਚਰਨਾਟ ਨੂੰ ਫਿਰੀ ਆ ਜਾ ਆਇਆ ਜਾ ਛੇਤੀ ਸੋਹਣਿਆ ਇਹ ਸਮਾਂ ਕਿਸਕ ਦਾ ਜਾ ਰਿਹਾ ਸਹਿਬਾ ਤੂੰ ਆ ਜਾ ਛੇਤੀ ਸੋਹਣਿਆ ਹੈ ਸਮਾਂ ਕਿਸਕ ਦਾ ਜਾ ਰਿਹਾ
ਜਿੰਦ ਚੱਲੀ ਮੈਂ ਚੱਲੀ ਪਰਦੇਸਿਆ ਮਿਲ ਪਿਆਰਿਆ ਆ ਮਿਲ ਪਿਆਰਿਆ ਉਹ ਰੱਖ ਵਾਲੇ ਨੂੰ ਲੱਜ ਵਾਲੇ ਨੂੰ ਦਰਖਾਸ਼ਤ ਹੈ ਗੁਰਦੇਵ ਨੂੰ ਇਹ ਪ੍ਰੀਤ ਕਹਾਣੀ ਲਿਖਣ ਲਈ ਬਲ ਬੁੱਧ ਦਿਓ ਬਲ ਦੇਵ ਨੂੰ ਆ ਗਏ ਗਾਲੀ ਲਾ ਗਏ ਆ ਗਏ ਗਾਲੀ ਲਾ ਗਏ ਅਸੀਂ ਉਤਰੇ ਸਨ ਪਰਿਵਾਰਿਆ ਜਿੰਦ ਚੱਲੀ ਮੈਂ ਚੱਲੀ ਪਰਦੇਸਿਆ ਮਿਲ ਪਿਆਰਿਆ ਆ ਮਿਲ ਪਿਆਰਿਆ ਆ ਮਿਲ ਪਿਆਰਿਆ ਆ ਮਿਲ ਪਿਆਰਿਆ ਸਾਡੇ ਅਤਿ ਸਤਿਕਾਰਯੋਗ ਕੌਮ ਦਾ ਮਾਣ ਫਕਰੇ ਕੌਮ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਮੁੱਚਾ ਜਥਾ ਇੱਥੇ ਪਹੁੰਚਾ ਹੈ ਪਹੁੰਚਣ 'ਤੇ ਦੀਵ ਆਇਆ ਸਾਡੇ ਅਤਿ ਸਤਿਕਾਰਯੋਗ ਮਨੈਂਦਰ ਸਾਹਿਬਾਨ ਸਰਦਾਰ ਸੁਖਦੇਵ ਸਿੰਘ ਜੀ ਕੋਟਾ ਔਰ ਸਟੇਜ ਦੇ ਸੰਚਾਲਕ ਵੀਰ ਪਰਮਜੀਤ ਸਿੰਘ ਜੀ ਹੈੱਡ ਗ੍ਰੰਥੀ ਸਾਹਿਬਾਨ ਵੀਰ ਅਵਤਾਰ ਸਿੰਘ ਜੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਔਰ ਉਹਨਾਂ ਵੱਲੋਂ ਸਿੰਘ ਸਾਹਿਬ ਜੀ ਨੂੰ ਦੀਵ ਆਇਆ ਦਾਸ ਦੇ ਜੱਥੇ ਵੱਲੋਂ ਦੀਵ ਆਇਆ ਸਤਿਗੁਰੂ ਕਿਰਪਾ ਕਰੇ ਹਾਜ਼ਰੀਆਂ ਉਸ ਦਰਗਾਹ ਦੇ ਅੰਦਰ ਪ੍ਰਵਾਨ ਕਰੇ ਸਾਡੇ ਅਤਿ ਸਤਿਕਾਰਯੋਗ ਮਹਾਂਪੁਰਖ ਜਿਨ੍ਹਾਂ ਦੇ ਨਾਲ ਸਾਡਾ ਦਿੱਲੀ ਸੁਨੇਹ ਹੋਇਆ ਦਿੱਲੀ ਮੁਹੱਬਤ ਹੈ ਦਿੱਲੀ ਪਿਆਰ ਹੈ ਜਥੇਦਾਰ ਬਾਬਾ ਨਿਰਮਲ ਸਿੰਘ ਸਾਹਿਬ ਜੀ ਜੋ ਕਿ ਬਾਬਾ ਹਰਬੰਸ ਸਿੰਘ ਜੀ ਸੇਵਾ ਦੇ ਪੁੰਜ ਸੇਵਾ ਦੇ ਬਾਨੀ ਫਕਰੇ ਕੌਮ ਉਹਨਾਂ ਦੀ ਜਥੇਬੰਦੀ ਦੇ ਅੰਦਰ ਜਥੇਦਾਰੀ ਦੇ ਵਜੋਂ ਔਰ ਗੁਰਦੁਆਰਾ ਮਾਓ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੀ ਇਹ ਸਾਰੀਆਂ ਸੇਵਾਵਾਂ ਕਰਵਾ ਰਹੇ ਨੇ ਉਹਨਾਂ ਵੱਲੋਂ ਬੱਚਿਆਂ ਨੂੰ ਆਸ਼ੀਰਵਾਦ ਆਇਆ ਪਹੁੰਚੇ ਨੇ ਦੇ ਆਇਆ ਸਾਡੇ ਵੱਡੇ ਭਾਈ ਸਾਹਿਬ ਦੀ ਗਿਆਨੀ ਹਰਜੀਤ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ ਹਰ ਸਟੇਜ ਦੇ ਉੱਪਰ ਬਣਦਾ ਮਾਣ ਸਨਮਾਨ ਸਾਨੂੰ ਦਿੰਦੇ ਨੇ ਸਾਡੇ ਭਾਬੀ ਜੀ ਨਾਲ ਆਏ ਨੇ ਮੇਰਾ ਛੋਟਾ ਭਤੀਜ਼ ਵੀਰ ਕਰਨ ਵੀਰ ਅਨਮੋਲ ਸਾਰੇ ਪਹੁੰਚੇ ਨੇ ਜੀਵ ਆਇਆ ਸਾਰਿਆਂ ਵੱਲੋਂ ਮਾਣ ਆਇਆ ਸਾਡੇ ਸਤਿਕਾਰਯੋਗ ਮਾਮਾ ਜੀ ਮਾਮਾ ਦਰਸ਼ਨ ਸਿੰਘ ਜੀ ਮਾਣੋਤਾਲ ਉਹਨਾਂ ਵੱਲੋਂ ਵੀ ਮਾਣ ਆਇਆ ਹੋਰ ਪਤਵੰਤਿਆਂ ਵੱਲੋਂ ਮਾਣ ਆਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਦੇ ਨਾਂ ਮੇਰੇ ਸਤਿਗੁਰੂ ਆਪ ਜਾਣਦੇ ਨੇ ਮੇਰੇ ਵੀਰ ਰਾਣਾ ਦੀ ਪੁਆਂਧੜਾ ਤੋਂ ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਆਇਆ ਰੁੜਕਾ ਕਲਾਂ ਤੋਂ ਮੇਰੇ ਵੀਰ ਦੀ ਆਏ ਨਾਮ ਨਹੀਂ ਦੱਸ ਕੇ ਗਏ ਢਾਡੀ ਸਿੰਘ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ ਸਾਡੇ ਤੋਂ ਬਾਅਦ ਆਉਣ ਵਾਲਾ ਆਲਾ ਜਥਾ ਕਹਿਤੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਗਿਆਨੀ ਗੁਰਮੁਖ ਸਿੰਘ ਜੀ ਐਮਏ ਉਹਨਾਂ ਦੇ ਸਾਰੇ ਹੀ ਜਥੇ ਵੱਲੋਂ ਵੀਰ ਮਨਜੀਤ ਸਿੰਘ ਜੀ ਵੀਰ ਦਲਜੀਤ ਸਿੰਘ ਸ਼ੇਖਵਾਂ ਵੀਰ ਨਰਿੰਦਰਜੀਤ ਸਾਰਿਆਂ ਵੱਲੋਂ ਬਹੁਤ ਸਾਰਾ ਮਾਣ ਪਹੁੰਚੇ ਨੇ ਜੀਵ ਆਇਆ ਔਰ ਸਾਡੇ ਸਤਿਕਾਰਯੋਗ ਵੀਰ ਜੀ ਵੱਡੇ ਭਾਅ ਜੀ ਵੀਰ ਬੂਟਾ ਸਿੰਘ ਜੀ ਸੁਨੜ ਕਲਾਂ ਉਹ ਗਿਆਨੀ ਫੌਜਾ ਸਿੰਘ ਜੀ ਸਾਗਰ ਉਹਨਾਂ ਦੇ ਜਥੇ ਨਾਲ ਹਾਜ਼ਰੀ ਭਰਦੇ ਨੇ ਸੌ ਦਮੜਾ ਦੇ ਕੇ ਗਏ ਨੇ ਉਹ ਕਹਿੰਦੇ ਕਿ ਮੇਰਾ ਵੀਰ ਗੁਰਮੀਤ ਸਿੰਘ ਕਨੇਡਾ ਅਤੇ ਰਣਜੀਤ ਸਿੰਘ ਜੀ ਸਪੇਨ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਕੋਈ ਉੱਧਰ ਬਿਹਾਰ ਹੈ ਕੋਈ ਗੁਰੂ ਸਾਹਿਬ ਨੇ ਉੱਧਰ ਕੰਮ ਪਾ ਦਿੱਤਾ ਸਤਿਗੁਰੂ ਰਹਿਮਤ ਕਰੇ ਉਹ ਫਤਿਹ ਹੋ ਜਾਵੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬਲ ਸਤਿਗੁਰੂ ਕਿਰਪਾ ਕਰੇ ਰਹੋ ਵਿਚਾਰ ਮੁੱਕਦੀ ਗੱਲ ਇੱਧਰ ਬਾਬਾ ਬੁੱਢਾ ਸਾਹਿਬ ਜੀ ਦਿਲੋਂ ਮੁਹੱਬਤ ਦੇ ਨਾਲ ਦਿਲੋਂ ਪਿਆਰ ਦੇ ਨਾਲ ਯਾਦ ਕਰ ਰਹੇ ਨੇ ਕਿ ਸਾਈਆਂ ਇੱਥੇ ਪਹੁੰਚ ਇੱਥੇ ਬੋੜ ਇਹ ਜੋ ਦੁਨੀਆਂ ਦੇ ਵਿੱਚ ਵਿਚਰਦਿਆਂ ਹੋਏ ਹਨ ਚਰਖੇ ਦੇ ਨਾਲ ਜ਼ਿੰਦਗੀ ਦੀ ਚਰਖੇ ਦੇ ਨਾਲ ਇਹ ਜ਼ਿੰਦਗੀ ਦੀਆਂ ਪੂਣੀਆਂ ਕੱਤੀਆਂ ਨੇ ਉਹ ਉਧੜਦੀਆਂ ਨਜ਼ਰ ਆ ਰਹੀਆਂ ਉਹ ਜਾਂਦੀਆਂ ਨਜ਼ਰ ਆ ਰਹੀਆਂ ਈਸਾਈਆਂ ਤੇਰੇ ਤਰਨਾ ਵਿੱਚ ਜਿੰਦ ਇਹ ਪਹੁਰਾ ਉੱਡ ਕੇ ਜਾ ਰਿਹਾ ਹੈ ਦਾਤਾਰ ਪਾਤਸ਼ਾਹ ਮੇਰੇ ਅੰਦਰ ਦੀ ਚਾਹਨਾ ਹੈ
ਮੇਰੇ ਅੰਦਰ ਦੀ ਇਹ ਅੰਦਰ ਦੀ ਮੇਰੀ ਅਰਦਾਸ ਹੈ ਕਿ ਸਤਿਗੁਰੂ ਯਾਦੇ ਪੌਰ ਉੱਡੇ ਤੇ ਸਤਿਗੁਰੂ ਮੇਰਾ ਸਰੀਰ ਆਪ ਜੀ ਦੀਆਂ ਬਾਹਾਂ ਵਿੱਚ ਹੋਵੇ। ਅਰਦਾਸ ਕੀਤੀ ਹੋਵੇ ਦਿਲੋਂ, ਪ੍ਰਵਾਨ ਕਿਉਂ ਨਾ ਹੋਵੇ। ਸਿੱਖ ਦੀ ਅਰਦਾਸ ਗੁਰੂ ਦੇ ਚਰਨਾਂ ਵਿੱਚ ਪਹੁੰਚੀ ਹੈ। ਦੀਵਾਨ ਦੀ ਸਮਾਪਤੀ ਹੋਈ ਹੈ। ਸਮਾਪਤੀ ਕਰਨ ਉਪਰੰਤ ਬਾਬਾ ਬਿਧੀ ਚੰਦ ਸਾਹਿਬ ਨੂੰ ਮੀਰੀ ਪੀਰੀ ਦਾ ਮਾਲਕ ਸੱਚਾ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਯਾਦ ਕਰਦੇ। ਕਹਿਣ ਲੱਗੇ ਬਿਧੀ ਚੰਦ ਸਾਹਿਬ ਜੀ, ਛੇਤੀ ਕਰੋ, ਇਰਾਕ ਨੂੰ ਤਿਆਰ ਕੀਤਾ ਜਾਵੇ, ਜਲਦੀ ਤੋਂ ਜਲਦੀ ਆਪਾਂ ਰਮਦਾਸ ਦੀ ਧਰਤ ਨੂੰ ਪਹੁੰਚਣਾ ਹੈ। ਯਾਦ ਉਹਨਾਂ ਨੂੰ ਹੁਕਮ ਦਿੱਤਾ ਗਿਆ ਹੈ, ਲੈ ਕੇ ਹੁਕਮ ਬਾਬਾ ਬਿਧੀ ਚੰਦ ਸਾਹਿਬ ਨੇ ਜਲਦੀ ਦੇ ਨਾਲ ਇਰਾਕ ਨੂੰ ਤਿਆਰ ਕੀਤਾ ਹੈ। ਤਿਆਰ ਬਾਰ ਤਿਆਰ ਹੋਏ ਨੇ ਬਾਬਾ ਜੇਠਾ ਜੀ, ਜਿੰਨੇ ਵੀ ਜਲਦੀ ਨਾਲ ਸਿੰਘ ਤਿਆਰ ਹੋ ਸਕੇ। ਮੁੱਖ ਦੀ ਗੱਲ, ਉਹ ਆਣ ਪਹੁੰਚੇ ਨੇ ਰਮਦਾਸ ਦੀ ਧਰਤੀ। ਜਦ ਇੱਥੇ ਪਹੁੰਚੇ, ਪਹੁੰਚਦਿਆਂ ਸਾਰ ਮੀਰੀ ਪੀਰੀ ਦਾ ਮਾਲਕ ਸੱਚਾ ਪਾਤਸ਼ਾਹ ਆਪਣੇ ਇਰਾਕ ਤੋਂ ਥੱਲੇ ਉਤਰੇ। ਉਤਰਦਿਆਂ ਸਾਰ ਜਿਸ ਆਸਣ ਦੇ ਅੰਦਰ ਗੁਰਦੇਵ ਪਾਤਸ਼ਾਹ ਮਹਾਰਾਜ ਉੱਥੋਂ ਚੱਲ ਕੇ ਆਏ, ਜਿੱਥੇ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੀ ਆਖਰੀ ਸਵਾਸਾਂ ਤੇ ਸਨ। ਇਹ ਜ਼ਿੰਦਦਾਰ ਹੀ ਹੈ, ਸਵਾਸ ਨਿਕਲ ਰਹੇ ਨੇ। ਬਾਬਾ ਬੁੱਢਾ ਸਾਹਿਬ ਜੀ ਅਰਕਾਂ ਦਾ ਟਾਸਣਾ ਲਾ ਕੇ, ਸਰਾਣੇ ਦਾ ਟਾਸਣਾ ਲਾ ਕੇ ਉਡੀਕ ਕਰ ਰਹੇ ਨੇ। ਗੁਰਦੇਵ ਪਾਤਸ਼ਾਹ ਆਏ, ਜਦ ਮੁਬਾਰਕ ਕਰਨ ਦਹਲੀਜ਼ ਦੇ ਅੰਦਰ ਰੱਖਿਆ, ਇਤਿਹਾਸ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਯਕਦਮ ਇਉਂ ਇੰਨੀ ਫੁਰਤੀ ਦੇ ਨਾਲ ਉੱਠੇ ਜਿਉਂ ਇੱਕ 18 ਸਾਲ ਦਾ ਗੱਭਰੂ ਉੱਠਦਾ। ਇੱਕ ਪਾਸੇ ਆਖਰੀ ਸਵਾਸਾਂ ਤੇ ਨੇ, ਇਹ ਗੁਰੂ ਦੇ ਨਾਲ ਪਿਆਰ, ਗੁਰੂ ਦੇ ਨਾਲ ਮੁਹੱਬਤ। ਔਰ ਆਉਂਦਿਆਂ ਸਾਰ ਗੱਦ ਕੇ ਹੱਥ ਜੋੜ ਦਿੱਤੇ ਨੇ, ਨਿਮਰਤਾ ਦੇ ਨਾਲ ਗੁਰਦੇਵ ਦਾ ਜਿਉ ਆਇਓ ਆਦਰ ਸਤਿਕਾਰ ਕੀਤਾ ਹੈ। ਕਹਿਣ ਲੱਗਾ, ਦਾਤਾ ਜਿੰਦ ਨਾਲ ਇਹ ਜਿਹੜੀ ਪ੍ਰਦੇਸ਼ ਨੂੰ ਸੁਧਾਰ ਰਹੀ ਹੈ, ਸਤਿਗੁਰੂ ਕਿਰਪਾ ਕਰ, ਰਹਿਮਤ ਕਰ, ਜਲਦੀ ਦੇ ਨਾਲ ਹੁਣ ਆਗਿਆ ਦੇਵੋ। ਮੀਰੀ ਪੀਰੀ ਦੇ ਮਾਲਕ ਸੱਤੇ ਪਾਤਸ਼ਾਹ ਮਹਾਰਾਜ ਨੇ ਦੋਵਾਂ ਹੱਥਾਂ ਦੇ ਵਿੱਚ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਸੀਸ ਪਕੜ ਲਿਆ ਹੈ, ਲਾਰ ਗੋਡੇ ਦਾ ਸਰਾਣਾ ਲਾ ਕੇ ਨਾਲ ਸੀਸ ਹੱਥ ਵਿੱਚ ਫੜਿਆ ਤੇ ਕਹਿਣ ਲੱਗੇ ਹਾਜ਼ੂਰ। ਬਾਬਾ ਬੁੱਢਾ ਸਾਹਿਬ ਨੂੰ ਕਹਿਣ ਲੱਗੇ, ਇੰਨੀ ਜਲਦੀ ਨਹੀਂ, ਇੰਨੀ ਜਲਦੀ ਨਹੀਂ, ਪਹਿਲੀ ਪਾਤਸ਼ਾਹੀ ਤੋਂ ਲੈ ਕੇ ਹੁਣ ਤੱਕ ਸੇਵਾ ਨਿਭਾਈ ਹੈ, ਬਹੁਤ ਵੱਡੀ ਸੇਵਾ ਹੈ। ਕਹਿਣ ਲੱਗੇ ਹਾਜ਼ੂਰ, ਮੇਰੀ ਪੀਰੀ ਦਾ ਮਾਲਕ ਸੱਚਾ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਜੀ, ਆਪ ਦੀ ਕਿਰਪਾ ਕਰੋ, ਪਹਿਲੀ ਪਾਤਸ਼ਾਹੀ ਤੋਂ ਲੈ ਕੇ ਹੁਣ ਤੱਕ ਜੋ ਅੱਖੀਂ ਡਿੱਠਾ ਹਾਲ ਤੁਸੀਂ ਵੇਖਿਆ ਹੈ ਉਹ ਸਾਨੂੰ ਸੁਣਾਉਣਾ ਕਰੋ। ਜਦ ਸੁਣਾਉਣਾ ਸ਼ੁਰੂ ਕਰ ਦਿੱਤਾ ਹੈ, ਕਹਿਣ ਲੱਗੇ ਉੱਧਰ ਇਤਿਹਾਸ ਦੀ ਸਮਾਪਤੀ ਹੋਈ ਹੈ, ਇੱਧਰ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਮੁਬਾਰਕ ਕਰ ਕਮਲਾਂ ਦੇ ਵਿੱਚ, ਬਾਹਾਂ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਸਰੀਰ ਤਿਆਗ ਦਿੱਤਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆਰਾ, ਇਹ ਜੋਤ ਇਹ ਅਗੰਮੀ ਜੋਤ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਜਾ ਬਰਾਦੀ ਹੈ। ਸਾਰੇ ਟੰਡੋਰਾ ਪਟਵਾ ਦਿੱਤਾ ਹੈ, ਟੋਲਚਿਆਂ ਨੂੰ ਸੁਨੇਹਾ ਭੇਜਿਆ ਗਿਆ, ਸਾਰੀਆਂ ਸੰਗਤਾਂ ਨੂੰ ਆਖੋ ਇਕੱਠਿਆਂ ਹੋ ਕੇ ਆਉਣ। ਆਏ ਨੇ ਬਾਬਾ ਜੇਠਾ ਦੀ, ਬਾਬਾ ਸ਼੍ਰੀ ਚੰਦ ਦੀ, ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਲਾਇਕ ਸਪੁੱਤਰੋ ਵੀ ਨਾਲ ਆਏ ਨੇ, ਬਾਬਾ ਬਿਧੀ ਚੰਦ ਸਾਹਿਬ ਜੀ ਦੀ, ਔਰ ਸ਼ਮਸ਼ਾਨ ਭੂਮੀ ਨੂੰ ਲੈ ਕੇ ਗਏ। ਬਾਬਾ ਜੀ ਦਾ ਚੰਡਾ ਚਣਿਆ ਗਿਆ, ਚੰਦਨ ਦੀਆਂ ਲੱਕੜਾਂ ਬਾਬਾ ਬਿਧੀ ਚੰਦ ਸਾਹਿਬ ਜੀ ਆ ਫੜਾ ਰਹੇ ਨੇ। ਮੇਰੇ ਕੋਲ ਸਮਾਂ ਨਹੀਂ ਇਹਦਾ ਖੁੱਲ੍ਹ ਕੇ ਖੁਲਾਸਾ ਕਰਾਂ, ਆ ਫੜਾ ਰਹੇ ਨੇ, ਔਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਤੇ ਪਾਤਸ਼ਾਹ ਮਹਾਰਾਜ ਨੇ ਆਪ ਆਪਣੀ ਮੁਬਾਰਕ ਰਸਨਾ ਦੇ ਨਾਲ ਕੀਰਤਨ ਸੋਲੇ ਦਾ ਜਾਪ ਕੀਤਾ ਹੈ, ਬਾਬਾ ਜੇਠਾ ਜੀ ਨੇ ਲਾਣੀਆਂ ਦਾ ਜਾਪ ਕੀਤਾ ਹੈ, ਬਾਬਾ ਬਿਧੀ ਚੰਦ ਸਾਹਿਬ, ਬਾਬਾ ਸ਼੍ਰੀ ਚੰਦ ਸਾਹਿਬ ਦੀ ਹੱਥੀਂ ਲੱਕੜਾਂ ਫੜਾ ਰਹੇ ਨੇ, ਕੜਾ ਪ੍ਰਸ਼ਾਦ ਦੇ ਵਰਤਾਈ ਗਈ, ਅੰਤਮ ਚਿਖਾ ਚਿਣ ਕੇ ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਜੀ ਦੇ ਸਰੀਰ ਨੂੰ ਅਗਨ ਪੇਟ ਅਗਨ ਚੰਡਾ ਆਇਓ। ਵਾਹਿਗੁਰੂ। ਬਾਬਾ ਬੁੱਢਾ ਸਾਹਿਬ ਜੀ ਚਲੇ ਗਏ ਸੱਚਖੰਡ ਨੂੰ, ਬਾਬਾ ਬੁੱਢਾ ਸਾਹਿਬ ਜੀ ਚਲੇ ਗਏ ਸੱਚਖੰਡ ਨੂੰ, ਸੰਗਤਾਂ ਦੂਰ ਦੂਰ ਤੋਂ ਦਰਸ਼ਨ ਕਰਨੇ ਆਈਆਂ,
ਸੰਗਤਾਂ ਦੂਰ ਦੂਰ ਤੋਂ ਦਰਸ਼ਨ ਕਰਨੇ ਆਈਆਂ। ਓ ਪੱਲਾ ਘੋੜ ਸਵਾਰਾ ਫੇਰ ਦਿੱਤਾ ਵਿੱਚ ਪਿੰਡਾਂ ਦੇ, ਪੱਲਾ ਘੋੜ ਸਵਾਰਾ ਫੇਰ ਦਿੱਤਾ ਵਿੱਚ ਪਿੰਡਾਂ ਦੇ, ਘੋੜ ਸਵਾਰਾ ਫੇਰ ਦਿੱਤਾ ਵਿੱਚ ਪਿੰਡਾਂ ਦੇ, ਖਬਰਾਂ ਦੂਰ ਦੂਰ ਤੱਕ ਮਿੰਟਾਂ ਵਿੱਚ ਪਹੁੰਚਾਈਆਂ, ਖਬਰਾਂ ਦੂਰ ਦੂਰ ਤੱਕ ਮਿੰਟਾਂ ਵਿੱਚ ਪਹੁੰਚਾਈਆਂ। ਉਹ ਲੋਕੀ ਦਰਸ਼ਨ ਕਰਨੇ ਕਰਨੇ ਆਉਂਦੇ ਕੱਦ ਵਹੀਰਾਂ ਨੂੰ, ਲੋਕੀ ਦਰਸ਼ਨ ਕਰਨੇ ਆਉਂਦੇ ਕੱਦ ਵਹੀਰਾਂ ਨੂੰ, ਆਈਆਂ ਇਕੱਠੀਆਂ ਹੋ ਕੇ ਭੈਣਾਂ ਅਤੇ ਮਾਈਆਂ, ਆਈਆਂ ਇਕੱਠੀਆਂ ਹੋ ਕੇ ਭੈਣਾਂ ਅਤੇ ਮਾਈਆਂ, ਆਈਆਂ ਇਕੱਠੀਆਂ ਹੋ ਕੇ ਭੈਣਾਂ ਅਤੇ ਮਾਈਆਂ। ਉਹ ਬਾਬਕ ਸ਼ਬਦ ਪੜੇ ਸੀ ਬਹੁਤੇ ਵਿੱਚ ਵਰਾਗ ਦੇ, ਬਹੁਤੇ ਵਿੱਚ ਵਰਾਗ ਦੇ, ਬਾਬਕ ਸ਼ਬਦ ਪੜੇ ਸੀ ਬਹੁਤੇ ਵਿੱਚ ਵਰਾਗ ਦੇ, ਵਹਿਗੀਆਂ ਨਦੀਆਂ ਵਾਂਗੂ ਅੱਖੀਆਂ ਦਰਸ਼ ਦਿਹਾਈਆਂ, ਵਹਿਗੀਆਂ ਨਦੀਆਂ ਵਾਂਗੂ ਅੱਖੀਆਂ ਦਰਸ਼ ਦਿਹਾਈਆਂ। ਉਹ ਕਰਾ ਇਸ਼ਨਾਨ ਦੇਈ ਰੱਖ ਲਈ ਵਿੱਚ ਵਬਾੜ ਦੇ, ਕਰਾ ਇਸ਼ਨਾਨ ਦੇਈ ਰੱਖ ਲਈ ਵਿੱਚ ਵਬਾੜ ਦੇ, ਸ਼ਮਸ਼ਾਨ ਘਾਟ ਦੇ ਤੁਰਪੇ ਕਰਕੇ ਤਾਈਆਂ, ਵੱਲ ਸ਼ਮਸ਼ਾਨ ਘਾਟ ਦੇ ਤੁਰਪੇ ਕਰਕੇ ਤਾਈਆਂ। ਉਹ ਕਰਨੀ ਆਪ ਗੁਰੂ ਜੀ ਲੱਗੇ ਅਗਲੀ ਬਾਈ ਦੇ, ਕੰਨ ਆਪ ਗੁਰੂ ਜੀ ਲੱਗੇ ਅਗਲੀ ਬਾਈ ਦੇ, ਬਾਕੀ ਸੇਵਾਦਾਰਾਂ ਚੁੱਕੀਆਂ ਤਿੰਨੇ ਬਾਈਆਂ, ਬਾਕੀ ਸੇਵਾਦਾਰਾਂ ਚੁੱਕੀਆਂ ਤਿੰਨੇ ਬਾਈਆਂ, ਹੱਥੀਂ ਚਿਖਾ ਬਣਾਈ ਮਾਲਕ ਮੀਰੀ ਪੀਰੀ ਦੇ, ਹੱਥੀ ਚਿਖਾ ਬਣਾਈ ਮਾਲਕ ਮੀਰੀ ਪੀਰੀ ਦੇ, ਲੱਕੜਾਂ ਬਿਧੀ ਚੰਦ ਨੇ ਚੰਦਨ ਦੀਆਂ ਫੜਾਈਆਂ, ਲੱਕੜਾਂ ਬਿਧੀ ਚੰਦ ਨੇ ਚੰਦਨ ਦੀਆਂ ਫੜਾਈਆਂ, ਲੱਕੜਾਂ ਬਿਧੀ ਚੰਦ ਨੇ ਚੰਦਨ ਦੀਆਂ ਫੜਾਈਆਂ। ਉਹ ਕਰ ਅਰਦਾਸ ਪਿੱਛੋਂ ਅੱਗ ਲਗਾਈ ਚਿਖਾ ਨੂੰ, ਕਰ ਅਰਦਾਸ ਪਿੱਛੋਂ ਅੱਗ ਲਗਾਈ ਚਿਖਾ ਨੂੰ, ਲਾਟਾਂ ਉੱਚੀਆਂ ਹੋ
ਮੱਝੀਆਂ ਦੂਣ ਸਵਾਈਆਂ ਲਾਟਾਂ ਉੱਚੀਆਂ ਹੋ ਮੱਝੀਆਂ ਦੂਣ ਸਵਾਈਆਂ ਪਾਠ ਆਪ ਸਤਿਗੁਰਾਂ ਕੀਤਾ ਕੀਰਤਨ ਸੁਣ ਲੈ ਕੀਤਾ ਕੀਰਤਨ ਸੋਲੇ ਦਾ ਪਾਠ ਆਪ ਸਤਿਗੁਰਾਂ ਕੀਤਾ ਕੀਰਤਨ ਸੋਲੇ ਦਾ ਦੇਖਾਂ ਕੜਾ ਪ੍ਰਸ਼ਾਦ ਗਈਆਂ ਫੇਰ ਵਰਤਾਈਆਂ ਦੇਖਾਂ ਕੜਾ ਪ੍ਰਸ਼ਾਦ ਗਈਆਂ ਫੇਰ ਵਰਤਾਈਆਂ ਜੇਠਾ ਜੀ ਨੇ ਕੀਤਾ ਪਾਠ ਅਲਾਣੀਆਂ ਦਾ ਬਾਬਾ ਜੇਠਾ ਜੀ ਨੇ ਕੀਤਾ ਪਾਠ ਅਲਾਣੀਆਂ ਦਾ ਮੇਰੀ ਰਾਗ ਵਾਢੀ ਹੰਸ ਵਿੱਚ ਵੱਡ ਹੰਸ ਵਿੱਚ ਗੁਰੂ ਨਾਨਕ ਫਰਮਾਇਆ ਹੋ ਰਾਗ ਵੱਡ ਹੰਸ ਵਿੱਚ ਗੁਰੂ ਨਾਨਕ ਫਰਮਾਇਆ ਰਾਗ ਵੱਡ ਹੰਸ ਵਿੱਚ ਗੁਰੂ ਨਾਨਕ ਫਰਮਾਇਆ ਓਏ ਉੱਪਰੋਂ ਦੇਵਤਿਆਂ ਨੇ ਉੱਪਰੋਂ ਦੇਵਤਿਆਂ ਨੇ ਵਰਖਾ ਕੀਤੀ ਫੁੱਲਾਂ ਦੀ ਉੱਪਰੋਂ ਦੇਵਤਿਆਂ ਨੇ ਵਰਖਾ ਕੀਤੀ ਫੁੱਲਾਂ ਦੀ ਕਣੀਆਂ ਅੰਬਰਾਂ ਵਿੱਚੋਂ ਬੱਦਲਾਂ ਨੇ ਬਰਸਾਈਆਂ ਕਣੀਆਂ ਅੰਬਰਾਂ ਵਿੱਚੋਂ ਬੱਦਲਾਂ ਨੇ ਬਰਸਾਈਆਂ ਜਗ ਤੇ ਜਿਉਂਦੇ ਰਹਿੰਦੇ ਉਹ ਸਦਾ ਦਰਨੈਲ ਸਿਆ ਸਦਾ ਜਰਨੈਲ ਸਿਆ ਜਗ ਤੇ ਜਿਉਂਦੇ ਰਹਿੰਦੇ ਉਹ ਸਦਾ ਜਰਨੈਲ ਸਿਆ ਫਿਰ ਜਿੰਨਾ ਦੁਨੀਆ ਦੇ ਵਿੱਚ ਕੀਤੀਆਂ ਨੇਕ ਕਮਾਈਆਂ ਜਿੰਨਾ ਦੁਨੀਆਂ ਦੇ ਵਿੱਚ ਕੀਤੀਆਂ ਨੇਕ ਕਮਾਈਆਂ ਜਿੰਨਾ ਦੁਨੀਆਂ ਦੇ ਵਿੱਚ ਕੀਤੀਆਂ ਨੇਕ ਕਮਾਈਆਂ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਦਲੇ ਕੇਤੀ ਛੁੱਟੀ ਨਾਲ ਸੂਰਜ ਕਿਰਨ ਮਿਲੇ ਦਲਕਾ ਦਲ ਹੋਆ ਰਾਮ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਤੇ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਲੈ ਕੇ ਤਲੇ ਗਏ ਸਾਡੇ ਅਤੀ ਸਤਿਕਾਰਯੋਗ
ਢਾਡੀ ਵੀਰ ਅਵਤਾਰ ਸਿੰਘ ਜੀ ਬਾਸੀ ਉਹਨਾਂ ਦੇ ਨਾਲ ਢਾਡੀ ਕਲਾਂ ਵਿੱਚ ਆਪਣਾ ਨਾਮ ਰੱਖਦੇ ਨੇ ਵੀਰ ਗੁਰਵਿੰਦਰ ਸਿੰਘ ਜੀ ਰੁੜਕਾ ਕਲਾਂ ਉਹਨਾਂ ਵੱਲੋਂ ਬਹੁਤ ਸਾਰਾ 3-4 ਵਾਰ ਮਾਣ ਭੇਜਿਆ ਗਿਆ ਹੈ। ਸਾਡੇ ਵੀਰ ਜੀ ਬੂਟਾ ਸਿੰਘ ਜੀ ਆਏ ਨੇ ਉਹਨਾਂ ਦੇ ਨਾਲ ਸਮੁੱਚਾ ਜੱਥਾ ਆਇਆ ਮੇਰੇ ਵੀਰ ਜੀ ਆਏ ਮੈਂ ਨਾਂ ਨਹੀਂ ਜਾਣਦਾ ਸਾਰਿਆਂ ਵੱਲੋਂ ਮਾਣ ਵੱਡੇ ਭਾਅ ਜੀ ਉਹਨਾਂ ਵੱਲੋਂ ਨਾਮ ਸਿੰਘ ਸਾਹਿਬ ਪਹੁੰਚੇ ਨੇ ਜੀਓ ਆਇਆ ਮਨਿੰਦਰ ਸਾਹਿਬ ਦਾ ਧੰਨਵਾਦ ਆਪ ਰੱਬ ਵਰਗੀ ਸੰਗਤ ਦਾ ਕੋਟਾਨਕੋਟ ਧੰਨਵਾਦ ਕੋਟਾਨਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦਾ ਸਾਊਂਡ ਵਾਲੇ ਵੀਰ ਦਾ ਧੰਨਵਾਦ ਹੈ ਆਹ ਮੇਰੇ ਵੀਰ ਵੀਡੀਓ ਕਰ ਰਹੇ ਨੇ ਪਤਾ ਨਹੀਂ ਲਾਈਵ ਹੋ ਰਿਹਾ ਜਾਂ ਰਿਕਾਰਡਿੰਗ ਕਰ ਰਹੇ ਨੇ ਲਾਈਵ ਚੱਲ ਰਿਹਾ ਹੈ ਇਹ ਬਹੁਤ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਨੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਵਿਸ਼ੇਸ਼ ਧੰਨਵਾਦ ਕਰਦਾ ਹਾਂ ਗੁਰਦੁਆਰਾ ਸਾਹਿਬ ਦੇ ਮਨੈਂਜਰ ਸਾਹਿਬਾਨ ਸਰਦਾਰ ਸੁਖਦੇਵ ਸਿੰਘ ਜੀ ਕੋਟਾ ਔਰ ਸਾਡੇ ਅਤੀ ਸਤਿਕਾਰਯੋਗ ਸਕੱਤਰ ਸਾਹਿਬਾਨ ਸਰਦਾਰ ਮਹਿੰਦਰ ਸਿੰਘ ਜੀ ਆਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਲੈਂਗ ਸਕੱਤਰ ਸਾਹਿਬਾਨ ਜਿਹਨਾਂ ਹੁਕਮ ਲਾ ਕੇ ਆਪ ਰੱਬ ਵਰਗੀ ਸੰਗਤ ਦੇ ਦੀਦਾਰ ਕਰਵਾਏ ਨੇ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਪਹਿਲੇ ਜੱਥਿਆਂ ਦਾ ਧੰਨਵਾਦ ਆਉਣ ਵਾਲੇ ਜੱਥੇ ਨੂੰ ਜੀਵ ਆਇਆ ਸਾਡੇ ਅਤੀ ਸਤਿਕਾਰਯੋਗ ਵੀਰ ਪਰਮਜੀਤ ਸਿੰਘ ਜੀ ਕਹਿਤੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਸਟੇਜ ਦੇ ਸੰਚਾਲਕ ਸਾਹਿਬਾਨ ਉਹਨਾਂ ਸਮਾਂ ਦੇ ਕੇ ਨਿਵਾਜੇ ਧੰਨਵਾਦ ਸਾਡੇ ਤੋਂ ਬਾਅਦ ਆਉਣ ਵਾਲਾ ਜੱਥਾ ਆਲਾ ਜੱਥਾ ਹੈ ਪਹਿਲਾਂ ਸ਼ਾਇਦ ਸਿੰਘ ਸਾਹਿਬ ਦੀ ਆਪਦੀਆਂ ਦੇ ਨਾਲ ਸਾਵੇਂ ਹੋਣਗੇ ਉਹਨਾਂ ਤੋਂ ਬਾਅਦ ਗਿਆਨੀ ਗੁਰਮੁਖ ਸਿੰਘ ਦੀ ਐਵੇਂ ਆਲਾ ਜੱਥਾ ਹੈ ਬੜਾ ਸਵਾਦਲਾ ਪ੍ਰੋਗਰਾਮ ਹੈ ਸਾਰਿਆਂ ਨੇ ਸੁਣ ਕੇ ਜਾਣ ਦੀ ਕਿਰਪਾਲਤਾ ਕਰਨੀ ਛਪਿਆ ਹੋਇਆ ਐਡਰੈਸ ਪਤਾ ਸਾਡੇ ਕੋਲ ਨੰਬਰ ਕਾਰਡ ਮੌਜੂਦ ਹੈ ਪ੍ਰੋਗਰਾਮ ਵਾਸਤੇ ਆਪ ਵੀ ਲੈ ਸਕਦੇ ਹੋ ਜੀ ਪੰਜਾਬ ਦੀ ਕੋਇਲ ਭਾਈ ਹੀਰਾ ਸਿੰਘ ਪੰਨੂ ਮੁਗਲ ਚੱਕ ਬੁਲੰਦ ਆਵਾਜ਼ ਦਾ ਮਾਲਕ ਸੁਰਾਂ ਦਾ ਮਾਲਕ ਭਾਈ ਜਤਿੰਦਰਜੀਤ ਸਿੰਘ ਜੀ ਪੰਛੀ ਪਿੰਡ ਢੱਡੇ ਆਸੀਸ ਬਖਸ਼ੋ ਦਾਸ ਚਾਨਣ ਸਿੰਘ ਬੀਏ ਪਿੰਡ ਸੂਰਵਿੰਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸੋ ਬਹੁਤ ਬਹੁਤ ਧੰਨਵਾਦ ਗਿਆਨੀ ਚੰਦ ਸਿੰਘ ਜੀ ਬੀਏ ਸੂਰਵਿੰਡ ਜੋ ਆਪ ਜੀ ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਉਹਨਾਂ ਦੇ ਜੀਵਨ ਦੇ ਵਿਚਾਰ ਆਪ ਨਾਲ ਸਾਂਝੀ ਕਰ ਰਹੇ ਸੀ ਸੋ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਜਥੇਦਾਰ ਸ੍ਰੀ ਅਨੰਦਪੁਰ ਸਾਹਿਬ ਵਿਸ਼ੇਸ਼ ਤੌਰ 'ਤੇ ਪਹੁੰਚੇ ਹਨ ਇੱਥੋਂ ਦੀ ਪ੍ਰਬੰਧਕ ਕਮੇਟੀ ਮੈਨੇਜਰ ਸਾਹਿਬ ਸਰਦਾਰ ਸੁਖਦੇਵ ਸਿੰਘ ਜੀ ਕੋਟਾ ਔਰ ਇਸ ਜਗ੍ਹਾ 'ਤੇ ਸੇਵਾ ਨਿਭਾ ਰਹੇ ਬਾਬਾ ਨਿਰਮਲ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ ਔਰ ਬਹੁਤ ਹੀ ਸਤਿਕਾਰਯੋਗ ਅਮਰੀਕ ਸਿੰਘ ਜੀ ਫਲੌਰ ਸਮੁੱਚੇ ਇੱਥੋਂ ਦੀ ਕਮੇਟੀ ਵੱਲੋਂ ਸਿੰਘ ਸਾਹਿਬ ਜੀ ਨੂੰ ਅਸੀਂ ਜੀਆਂ ਆਖਦੇ ਹਾਂ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਇਸ ਪਾਵਨ ਪਵਿੱਤਰ ਅਸਥਾਨਾਂ 'ਤੇ ਆਪ ਸੰਗਤਾਂ ਦੇ ਰੂਬਰੂ ਹੋਣ ਵਾਸਤੇ ਆਏ ਹਨ ਸੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਜਿਨ੍ਹਾਂ ਨੇ ਇਹ ਵਿਸ਼ੇਸ਼ ਉਪਰਾਲੇ ਕਰਕੇ ਪ੍ਰਚਾਰ ਵਹੀਰਾਂ ਦੇ ਵਿੱਚ ਵੰਡ ਕੇ ਜਥਿਆਂ ਨੂੰ ਨਗਰਾਂ ਨਗਰਾਂ ਵਿੱਚ ਪ੍ਰਚਾਰ ਕਰਵਾ ਰਹੇ ਹੈ ਉੱਥੇ ਅਨੰਦਪੁਰ ਸਾਹਿਬ ਦੀ ਧਰਤੀ ਦਮਦਮਾ ਸਾਹਿਬ ਦੀ ਧਰਤੀ 'ਤੇ ਵੀ ਹਫ਼ਤੇਵਾਰੀ ਸਮਾਗਮ ਚੱਲ ਰਹੇ ਹੈ ਔਰ ਫਰੀ ਮੈਡੀਕਲ ਕੈਂਪ ਵੀ ਸ਼੍ਰੋਮਣੀ ਕਮੇਟੀ ਵੱਲੋਂ ਉਪਰਾਲੇ ਕੀਤੇ ਜਾ ਰਹੇ ਆ ਸਿੰਘ ਸਾਹਿਬ ਜੀ ਜਿਨ੍ਹਾਂ ਉੱਤੇ ਗੁਰੂ ਨੇ ਕਿਰਪਾ ਕੀਤੀ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਉਹ ਪਾਵਨ ਪਵਿੱਤਰ ਸਥਾਨ ਜਿੱਥੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਸੇਵਾ ਨਿਭਾਈ ਹੈ ਉਸ ਜਗ੍ਹਾ 'ਤੇ ਸੇਵਾ ਕਰਨ ਦਾ ਮਾਣ ਸਿੰਘ ਸਾਹਿਬ ਜੀ ਨੂੰ ਬਖਸ਼ਿਆ ਹੈ ਸੋ ਹੁਣ ਸਤਿਗੁਰੂ ਜੀ ਕਿਰਪਾ ਕਰਕੇ ਅਨੰਦਪੁਰ ਸਾਹਿਬ ਦੀ ਧਰਤੀ ਦਸ਼ਮੇਸ਼ ਪਿਤਾ ਮਹਾਰਾਜ ਉਹਨਾਂ ਦੇ ਅਸਥਾਨਾਂ 'ਤੇ ਸੇਵਾ ਨਿਭਾ ਰਹੇ ਆ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਉਹ ਆਪ ਜੀ ਨੂੰ ਵਿਸ਼ੇਸ਼ ਤੌਰ 'ਤੇ
ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀ ਵਧਾਈ ਦੇਣ ਵਾਸਤੇ ਪਹੁੰਚਿਆ। ਮੈਂ ਸਿੰਘ ਸਾਹਿਬ ਜੀ ਦੇ ਆਉਣ ਵਿੱਚ ਪਹਿਲਾਂ ਇੱਕ ਜੈਕਾਰਾ ਲਾਵਾਂਗਾ, ਉਪਰੰਤ ਸਿੰਘ ਸਾਹਿਬ ਜੀ ਆਪ ਜੀ ਦੇ ਨਾਲ ਆਪਣੇ ਕੀਮਤੀ ਵਿਚਾਰ ਦੀ ਸਾਂਝ ਪਾਉਣਗੇ। ਆਓ ਉਹਨਾਂ ਦੇ ਸਤਿਕਾਰ ਵਿੱਚ ਆਪਾਂ ਇੱਕ ਜੈਕਾਰਾ ਲਾਉਣਾ ਹੈ। ਬੋਲੇ ਸੋ ਨਿਹਾਲ ਸਾਹਿਬ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਬੇਨਤੀ ਕਰਾਂਗਾ, ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਜਥੇਦਾਰ ਸ੍ਰੀ ਅਨੰਦਪੁਰ ਸਾਹਿਬ, ਆਪ ਸੰਗਤਾਂ ਦੀ ਵਧਾਈ ਦੇਣ ਵਾਸਤੇ ਪਹੁੰਚੇ ਹਨ, ਕੀਮਤੀ ਵਿਚਾਰ ਆਪ ਸੰਗਤਾਂ ਨਾਲ ਸਾਂਝ ਪਾਉਣਗੇ। ਆਓ ਬੜੇ ਅਦਬ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਬਰ ਛਤਰ ਤਖਤ ਸਿੰਘਾਸਨ ਦੇ ਮਾਲਕ, ਗਰੀਬ ਨਿਵਾਜ ਪੋਥੀ ਪਰਮੇਸ਼ੁਰ ਕਾ ਥਾਨ, ਹਲਤ ਪਲਤ ਦੇ ਰੱਖਿਅਕ ਸ਼ਬਦ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਮੂਹ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੀ ਸੰਗਤ ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਡਭਾਗੇ ਹਾਂ ਕਿ ਅੱਜ ਉਸ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮਾਓ ਸਾਹਿਬ ਜੀ ਵਿਖੇ, ਜਿੱਥੇ ਸ਼ਹੀਦਾਂ ਦੇ ਸਰਤਾਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਚਣਹਾਰੇ ਗੁਰਬਾਣੀ ਦੇ ਰਚੇਚਤਾ, ਗੁਰਬਾਣੀ ਨੂੰ ਸੰਕਲਿਤ ਕਰਨ ਵਾਲੇ ਨਿਮਰਤਾ ਦੀ ਮੂਰਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਮੁਬਾਰਕ ਆਨੰਦ ਕਾਰਜ ਹੋਇਆ, ਉਸ ਪਾਵਨ ਧਰਤੀ 'ਤੇ ਆਪਾਂ ਜੁੜ ਬੈਠੇ ਹਾਂ। ਇਹ ਬਹੁਤ ਹੀ ਪਾਵਨ ਪਵਿੱਤਰ ਧਰਤੀ ਹੈ ਜਿੱਥੇ ਸਤਿਗੁਰਾਂ ਨੇ ਅਤੇ ਆਪਣੇ ਮੁਬਾਰਕ ਚਰਨ ਪਾਏ ਨੇ, ਔਰ ਸਤਿਗੁਰਾਂ ਦੇ ਨਾਲ ਉਸ ਵਕਤ ਦੇ ਮਹਾਨ ਬ੍ਰਹਮ ਗਿਆਨੀ, ਮਹਾਨ ਗੁਰਸਿੱਖਾਂ, ਮਹਾਨ ਸ਼ਹੀਦਾਂ ਨੇ ਵੀ ਆਪਣੇ ਚਰਨ ਪਾਏ ਨੇ। ਇਹ ਧਰਤੀ ਉਹਨਾਂ ਨੇ ਆਪਣੇ ਮੁਬਾਰਕ ਚਰਨ ਪਾ ਕੇ ਪਵਿੱਤਰ ਕੀਤੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਲੋਕਾਈ ਦੇ ਉੱਤੇ ਇੱਕ ਬਹੁਤ ਹੀ ਪਰ ਉਪਕਾਰ ਕੀਤਾ ਹੈ ਕਿ ਸਤਿਗੁਰਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਲਿਖਵਾਉਣਾ ਕੀਤੀ ਹੈ, ਔਰ ਸੰਗਤ ਵਾਸਤੇ ਸਤਿਗੁਰਾਂ ਨੇ ਹੁਕਮ ਕੀਤਾ ਹੈ, ਜੋ ਇਤਿਹਾਸ ਦੇ ਬੋਲ ਨੇ ਕਿ ਸਤਿਗੁਰ ਕੇਰ ਸਰੀਰ ਜਾਓ ਸਭ ਥਾਨ ਸਮੈਂ ਸਭ ਨਹਿ ਦਰਸੈ ਹੈ, ਗ੍ਰੰਥ ਰਿਦਾ ਗੁਰ ਕਾ ਇਹ ਜਾਨੋ ਉੱਤਮ ਹੈ ਸਭ ਕਾਲ ਰਹੇ ਹੈ,
ਮੇਰੇ ਸਰੂਪ ਤੇ ਜਾਤੇ ਹੈ ਦੀਰਗ ਸਾਹਿਬ ਜਾਨ ਅਦਾਇਬ ਦੈ ਹੈ। ਸਤਿਗੁਰਾਂ ਨੇ ਸਾਡੇ 'ਤੇ ਕਿਰਪਾ ਕੀਤੀ ਔਰ ਆਪਣੇ ਮਨ ਵਿੱਚ ਇਹ ਫੁਰਨਾ ਕੀਤਾ ਕਿ ਇੱਕ ਵੇਲੇ ਸਰੀਰ ਕਰਕੇ ਅਸੀਂ ਹਰ ਥਾਂ 'ਤੇ ਨਹੀਂ ਪਹੁੰਚ ਸਕਦੇ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਨਿਰਮਲ ਪੰਥ ਚਲਾਇਆ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਦਾ ਪੰਥ ਸਾਰੇ ਸੰਸਾਰ ਦੇ ਵਿੱਚ ਫੈਲ ਚੁੱਕਾ ਹੈ, ਇਸ ਕਰਕੇ ਹੁਣ ਗੁਰਬਾਣੀ ਦੀ ਜੋ ਇੱਕ ਥਾਂ 'ਤੇ ਗੁਰਬਾਣੀ ਇਕੱਤਰ ਕਰਨੀ ਚਾਹੀਦੀ ਹੈ। ਸਿੱਖਾਂ ਨੇ ਵੀ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਕਹਿ ਗਏ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨਕਾ ਉਹ ਨਦਰ ਕਰਮ ਹੋਵੇ ਹਿਰਦੈ ਤਿਨਾ ਸੁਮਾਣੀ, ਪੀਵੋ ਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ। ਸਿੱਖਾਂ ਦੀ ਬੇਨਤੀ ਨੂੰ ਸਤਿਗੁਰਾਂ ਨੇ ਸੁਣਿਆ ਹੈ, ਮਨ ਵਿੱਚ ਇਹ ਵੀ ਵਿਚਾਰ ਕੀਤਾ ਹੈ ਕਿ ਹੁਣ ਸੱਚੀ ਬਾਣੀ ਨੂੰ ਇੱਕ ਥਾਂ 'ਤੇ ਇਕੱਤਰ ਕਰਨਾ ਚਾਹੀਦਾ ਹੈ, ਕਿਉਂਕਿ ਉਸ ਵੇਲੇ ਪਿਰਥੀ ਚੰਦ ਦਾ ਪੁੱਤਰ ਮਿਹਰਬਾਨ ਉਹ ਵੀ ਕਵਿਤਾ ਉਚਾਰਦਾ ਹੈ ਗੁਰਬਾਣੀ ਦੇ ਸ਼ਬਦਾਂ ਦੇ ਵਾਂਗ, ਪਿਛਲੇ ਪਾਸੇ ਜਾ ਕੇ ਸਮਾਪਤੀ ਵੇਲੇ ਗੁਰੂ ਨਾਨਕ ਦੇ ਨਾਮ ਦੀ ਮੋਹਰ ਲਾਉਂਦਾ ਹੈ। ਇਤਿਹਾਸ ਦੇ ਬੋਲ ਨੇ, ਮਿਹਰਬਾਨ ਪੁੱਤਰ ਪਿਰਥੀਏ ਦਾ ਕਵੀਸ਼ਰੀ ਕਰੇ, ਹਿੰਦਵੀ ਪਾਰਸੀ ਸੰਸਕ੍ਰਿਤ ਨਾਲੇ ਗੁਰਮੁਖੀ ਪੜ੍ਹੇ, ਤਿੰਨ ਭੀ ਬਾਣੀ ਬਹੁਤ ਬਣਾਈ, ਭੋਗ ਸ਼੍ਰੀ ਗੁਰੂ ਨਾਨਕ ਜੀ ਕਾ ਪਾਈ। ਔਰ ਇੱਕ ਦਿਨ ਇੱਕ ਕੀਰਤਨੀਏ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਇਹ ਸ਼ਬਦ ਉਸ ਵੇਲੇ ਪੜ੍ਹ ਵੀ ਦਿੱਤਾ ਸੀ। ਸਤਿਗੁਰਾਂ ਨੇ ਭਾਈ ਗੁਰਦਾਸ ਜੀ ਨੂੰ ਹੁਕਮ ਕੀਤਾ ਕਿ ਭਾਈ ਗੁਰਦਾਸ, ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਉਂਦੇ ਨੇ ਰਲੇਵਾਂ ਨਾ ਰਲਾ ਧਰੀਏ, ਕਿ ਭਾਈ ਗੁਰਦਾਸ ਜੀ ਹੁਣ ਸਮਾਂ ਆ ਚੁੱਕਾ ਹੈ ਕਿ ਗੁਰੂ ਕੀ ਬਾਣੀ ਨੂੰ, ਸੱਚੀ ਬਾਣੀ ਨੂੰ ਕੱਚੀ ਬਾਣੀ ਤੋਂ ਅਲੱਗ ਕਰਨਾ ਚਾਹੀਦਾ, ਵੱਖਰੀ ਕਰਨਾ ਚਾਹੀਦਾ। ਵਿਚਾਰ ਕਰਕੇ ਸਤਿਗੁਰਾਂ ਨੇ ਸ਼੍ਰੀ ਰਾਮਸਰ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਸੋਂ ਸਾਰੀ ਦੀ ਸਾਰੀ ਗੁਰਬਾਣੀ ਆਪ ਆਪਣੀ ਹਾਜ਼ਰੀ ਦੇ ਵਿੱਚ ਲਿਖਵਾਉਣਾ ਕੀਤੀ। ਬੀੜ ਲਿਖੀ ਜਾ ਚੁੱਕੀ ਹੈ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ ਕਰਨਾ ਹੈ। ਹੁਣੇ ਆਪ ਜੀ ਨੇ ਭਾਈ ਚਾਨਣ ਸਿੰਘ ਜੀ ਹੋਰਾਂ ਦੇ ਪਾਸੋਂ ਬਾਬਾ ਬੁੱਢਾ ਸਾਹਿਬ ਜੀ ਦਾ ਪ੍ਰਸੰਗ ਸਰਵਣ ਕੀਤਾ ਹੈ ਕਿ ਗੁਰਸਿੱਖੀ ਦੇ ਵਿੱਚ ਮਹਾਂਪੁਰਖਾਂ ਨੂੰ, ਸਾਧੂਆਂ ਸੰਤਾਂ ਨੂੰ ਕਿੰਨਾ ਸਨਮਾਨ ਦਿੱਤਾ ਜਾਂਦਾ ਹੈ। ਸੰਗਤਾਂ ਦੂਰ ਦੁਰਾਡੇ ਤੋਂ ਚੱਲ ਕੇ ਆਈਆਂ ਨੇ, ਬੇਦੀ ਵੀ ਆਏ, ਤ੍ਰੇਹਣ ਵੀ ਆਏ, ਭੱਲੇ ਵੀ ਆਏ, ਸੋਢੀ ਵੀ ਆਏ। ਸਤਿਗੁਰਾਂ ਨੇ ਸਾਰੀ ਰਾਤ ਵਿਚਾਰ ਕਰਦਿਆਂ ਲੰਘਾ ਦਿੱਤੀ ਹੈ ਕਿ ਹੁਣ ਸਵੇਰੇ ਪ੍ਰਕਾਸ਼ ਕਰਨਾ ਹੈ ਅਤੇ ਗੁਰੂ ਸਾਹਿਬ ਦੀ ਤਾਬਿਆ ਵਿੱਚ, ਪੋਥੀ ਸਾਹਿਬ ਦੀ ਤਾਬਿਆ ਵਿੱਚ ਬਿਠਾਉਣਾ ਕਿਹੜੇ ਗੁਰਸਿੱਖ ਨੂੰ ਹੈ। ਵਿਚਾਰ ਕਰਦੇ ਨੇ ਕਿ ਬੇਦੀਆਂ ਦੇ ਵਿੱਚੋਂ ਕਿਸੇ ਨੂੰ ਬਿਠਾ ਦਿੱਤਾ ਜਾਏ, ਤ੍ਰੇਹਣਾਂ ਦੇ ਵਿੱਚੋਂ ਕਿਸੇ ਨੂੰ ਬਿਠਾ ਦਿੱਤਾ ਜਾਏ, ਭੱਲਿਆਂ ਦੇ ਵਿੱਚੋਂ ਬਿਠਾ ਦਿੱਤਾ ਜਾਏ, ਸੋਢੀਆਂ 'ਚੋਂ ਬਿਠਾ ਦਿੱਤਾ ਜਾਏ, ਗ੍ਰੰਥੀ ਥਾਪ ਦਿੱਤਾ ਜਾਏ।
ਪਰ ਅਖੀਰ ਇਹ ਫੈਸਲਾ ਕੀਤਾ ਕਿ ਨਹੀਂ, ਜੇਕਰ ਇਹਨਾਂ ਦੇ ਵਿੱਚੋਂ ਕਿਸੇ ਨੂੰ ਗ੍ਰੰਥੀ ਬਿਠਾ ਦਿੱਤਾ ਤੇ ਇਹ ਕਿਤੇ ਦਾਅਵਾ ਨਾ ਕਰ ਦੇਣ ਕਿ ਇਹ ਸਾਡੇ ਵੱਡਿਆਂ ਦੀ ਬਾਣੀ ਹੈ ਤੇ ਇਹ ਗੁਰੂ ਹੁਣ ਸਾਡਾ ਹੈ। ਸਤਿਗੁਰਾਂ ਨੇ ਵਿਚਾਰ ਕੀਤੀ ਹੈ, ਨਜ਼ਰ ਘੁਮਾਈ ਹੈ ਤੇ ਨਿਗਾਹ ਪਈ ਹੈ ਬ੍ਰਹਮ ਗਿਆਨੀ ਆਦਿ ਸਿੱਖ ਮਹਾਂਪੁਰਖ ਬਾਬਾ ਬੁੱਢਾ ਸਾਹਿਬ ਜੀ ਤੇ, ਔਰ ਬਾਬਾ ਬੁੱਢਾ ਸਾਹਿਬ ਜੀ ਲੇਟੇ ਹੋਏ ਸਨ। ਇਤਿਹਾਸ ਕਹਿੰਦਾ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਵਾਲੇ ਪਾਸੇ ਜਾ ਕੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੋਨੋਂ ਹੱਥ ਜੋੜ ਕੇ ਸੀਸ ਝੁਕਾਇਆ ਔਰ ਇਹ ਸ਼ਬਦ ਕਹੇ ਸਨ ਕਿ ਇਹ ਸੇਵਕ ਕੀ ਵਸਤ ਸਦੀਵਾ ਨਿਰਹੰਕਾਰ ਜਿਨਹੋ ਮਨ ਨੀਵਾ, ਕਿ ਜੇਕਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਪੋਥੀ ਸਾਹਿਬ ਦੀ ਤਾਬਿਆ ਵਿੱਚ ਬੈਠਣ ਦੇ ਯੋਗ ਹੈ ਤੇ ਉਹ ਕੇਵਲ ਮਹਾਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ। ਬਾਬਾ ਬੁੱਢਾ ਸਾਹਿਬ ਦਾ ਪ੍ਰਸੰਗ ਆਪ ਜੀ ਨੇ ਸੁਣਿਆ ਗੁਰਮੁਖਾਂ ਦੇ ਪਾਸੋਂ। ਉਸ ਵਕਤ ਇੱਕ ਦੋ ਗੱਲਾਂ ਹੋਰ ਵੀ ਹੋਈਆਂ ਜਿਹੜੀਆਂ ਬਹੁਤ ਵਿਚਾਰਨਯੋਗ ਨੇ। ਭਾਈ ਗੁਰਮੁਖ ਸਿੰਘ ਜੀ ਐੱਮ ਏ ਪੰਥ ਦੇ ਸਿਰਮੌਰ ਕਵੀਸ਼ਰ, ਜਿਨ੍ਹਾਂ ਦਾ ਜੀਵਨ ਦਾ ਬਹੁਤਾ ਅਰਸਾ ਕਵੀਸ਼ਰੀ ਕਰਦਿਆਂ ਸੰਗਤ ਦੇ ਵਿੱਚ ਸੰਗਤ ਦੇ ਦਰਸ਼ਨ ਕਰਦਿਆਂ ਗੁਜ਼ਰਿਆ, ਉਹ ਬੈਠੇ ਨੇ। ਮਹਾਂਪੁਰਖ ਬਾਬਾ ਨਿਰਮਲ ਸਿੰਘ ਬੈਠੇ ਨੇ, ਮੈਨੇਜਰ ਸਾਹਿਬ ਬੈਠੇ ਨੇ, ਭਾਈ ਅਮਰੀਕ ਸਿੰਘ ਜੀ, ਮਾਤਾ ਗੰਗਾ ਜੀ ਸੁਸਾਇਟੀ ਵਾਲੇ ਬੈਠੇ ਨੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਰਮਦਾਸ ਦੀ ਧਰਤੀ 'ਤੇ ਗਏ ਨੇ, ਬਾਬਾ ਬੁੱਢਾ ਸਾਹਿਬ ਜੀ ਦੀ ਅਰਥੀ ਨੂੰ ਮੋਢਾ ਦੇਣ ਦਾ ਪ੍ਰਸੰਗ ਆਪ ਜੀ ਨੇ ਸੁਣਿਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਅਰਥੀ ਨੂੰ ਮੋਢਾ ਕਿਉਂ ਦਿੱਤਾ? ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਸ਼ਬਦ ਕਹੇ ਸਨ ਕਿ ਬਾਬਾ ਜੀ, ਤੁਹਾਡੀ ਉਮਰ ਸਰੀਰ ਕਰਕੇ ਵਡੇਰੀ ਹੋ ਚੁੱਕੀ ਹੈ, ਬੀੜ ਸਾਹਿਬ ਤੋਂ ਪੈਦਲ ਚੱਲ ਕੇ ਅੰਮ੍ਰਿਤਸਰ ਨਾ ਆਇਆ ਕਰੋ, ਅਸੀਂ ਤੁਹਾਡੇ ਵਾਸਤੇ ਪਾਲਕੀ ਭੇਜਿਆ ਕਰਾਂਗੇ, ਪਾਲਕੀ ਵਿੱਚ ਸਵਾਰ ਹੋ ਕੇ ਆਇਆ ਕਰੋ। ਬਾਬਾ ਬੁੱਢਾ ਸਾਹਿਬ ਜੀ ਨੇ ਪਾਲਕੀ ਵਿੱਚ ਸਵਾਰ ਹੋ ਕੇ ਹਰਿਮੰਦਰ ਸਾਹਿਬ ਆਇਆ ਕਰਨਾ ਤੇ ਇੱਕ ਦਿਨ ਮੀਰੀ ਪੀਰ ਦੇ ਮਾਲਕ ਦੇ ਮਨ ਵਿੱਚ ਆਈ ਕਿ ਇਸ ਮਹਾਨ ਬ੍ਰਹਮ ਗਿਆਨੀ ਆਦਿ ਸਿੱਖ ਦੀ ਪਾਲਕੀ ਨੂੰ ਮੋਢਾ ਦੇ ਕੇ ਸੇਵਾ ਕਰਨੀ ਚਾਹੀਦੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅੱਗਲ ਵਾਂਢੀ ਪਾਲਕੀ ਨੂੰ ਮੋਢਾ ਦੇਣ ਵਾਸਤੇ ਚਲੇ ਗਏ, ਇੱਕ ਸਿੱਖ ਨੂੰ ਪਰੇ ਕਰਕੇ ਆਪਣਾ ਮੋਢਾ ਪਾਲਕੀ ਦੇ ਹੇਠਾਂ ਕਰ ਦਿੱਤਾ ਹੈ। ਪਾਲਕੀ ਦੇ ਅੰਦਰੋਂ ਆਵਾਜ਼ ਆਈ ਕਿ ਸਤਿਗੁਰੂ ਜੀ ਪਾਲਕੀ ਰੱਖ ਦਿਓ, ਨਹੀਂ ਤੇ ਪਾਲਕੀ ਵਿੱਚੋਂ ਮੈਂ ਛਾਲ ਮਾਰ ਦਿਆਂਗਾ। ਸਤਿਗੁਰੂ ਕਹਿਣ ਲੱਗੇ, ਬਾਬਾ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਪਾਲਕੀ ਅਸਾਂ ਚੁੱਕੀ ਹੈ? ਤੇ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਸ਼ਬਦ ਕਹੇ ਸਨ ਕਿ ਸਤਿਗੁਰੂ, ਜਦੋਂ ਮੈਂ ਛੋਟਾ ਜਿਹਾ ਹੁੰਦਾ 12 ਸਾਲ ਦੀ ਉਮਰ ਵਿੱਚ ਤੈਨੂੰ ਪਹਿਲੇ ਜਾਮੇ ਵਿੱਚ ਮਿਲਿਆ ਸਨ, ਉਦੋਂ ਤੋਂ ਮੈਨੂੰ ਇਹ ਸ਼ਬਦ ਕਹੇ ਸਨ ਕਿ ਬੁੱਢਿਆ ਤੈਥੋਂ ਓਹਲੇ ਕਦੇ ਨਾ ਹੋ ਸਾਂ, ਮੈਂ ਤੇਰੇ ਤੋਂ ਓਹਲੇ ਨਹੀਂ। ਜੇ ਸਤਿਗੁਰੂ ਤੂੰ ਮੇਰੇ ਤੋਂ ਓਹਲੇ ਨਹੀਂ ਤੇ ਮੈਨੂੰ ਕਿਉਂ ਪੁੱਛਦਾ ਹੈ ਕਿ ਪਤਾ ਕਿਵੇਂ ਲੱਗਾ ਪਾਲਕੀ ਅਸਾਂ ਚੁੱਕੀ ਹੈ? ਮੇਰੀ ਪੀਰੀ ਦੇ ਮਾਲਕ ਕਹਿਣ ਲੱਗੇ, ਬਾਬਾ ਜੀ ਸਾਨੂੰ ਸੇਵਾ ਕਰ ਲੈਣ ਦਿਓ, ਪਾਲਕੀ ਨੂੰ ਮੋਢਾ ਲਾ ਲੈਣ ਦਿਓ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸਤਿਗੁਰੂ ਮੋਢਾ ਲਾਉਣ ਦਾ ਸਮਾਂ ਜ਼ਰੂਰ ਦਿਆਂਗਾ, ਪਰ ਪਾਲਕੀ ਨੂੰ ਨਹੀਂ, ਮੇਰੀ ਅਰਥੀ ਨੂੰ ਮੋਢਾ ਲਾਇਓ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਕੀਤੇ ਹੋਏ ਇਕਰਾਰ ਦੇ ਮੁਤਾਬਕ ਰਮਦਾਸ ਦੀ ਧਰਤੀ 'ਤੇ ਪਹੁੰਚੇ ਨੇ, ਔਰ ਜਿਸ ਸ਼ਾਮ ਨੂੰ ਸਤਿਗੁਰੂ ਉਸ ਧਰਤੀ 'ਤੇ ਪਹੁੰਚੇ ਨੇ, ਬਾਬਾ ਬੁੱਢਾ ਸਾਹਿਬ ਜੀ ਨੂੰ ਮੀਰੀ ਪੀਰੀ ਦੇ ਮਾਲਕ ਨੇ ਇੱਕ ਹੋਰ ਗੱਲ ਬੜੀ ਭਾਵਪੂਰਤ ਕਹੀ ਸੀ।
ਸਤਿਗੁਰੂ ਕਹਿਣ ਲੱਗੇ, ਬਾਬਾ ਜੀ ਤੁਸੀਂ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਹੁਣ ਤੱਕ ਗੁਰੂ ਘਰ ਦੀ ਸੇਵਾ ਕੀਤੀ ਹੈ, ਤੁਸੀਂ ਗੁਰੂ ਨਾਨਕ ਦੀ ਛਾਤੀ ਦਾ ਨਿੱਘ ਮਾਣਿਆ ਹੈ, ਕਿਰਪਾ ਕਰਕੇ ਸਾਨੂੰ ਇਹ ਦੱਸੋ ਕਿ ਸਿੱਖੀ ਕਿਵੇਂ ਕਮਾਈ ਦੀ ਹੈ, ਅਸੀਂ ਸਿੱਖੀ ਕਿਵੇਂ ਕਮਾਈਏ। ਮਾਫ਼ ਕਰਨਾ, ਅੱਜ ਤੇ ਆਪਾਂ ਸਾਰੇ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਹਾਂ ਕਿ ਸਾਡੇ ਤੋਂ ਵੱਡਾ ਮਹਾਨ ਸਿੱਖ ਕੋਈ ਨਹੀਂ, ਅੰਮ੍ਰਿਤ ਵੇਲੇ ਉੱਠ ਕੇ ਮੈਂ ਗੁਰਦੁਆਰੇ ਜਾਂਦਾ, ਇਸ਼ਨਾਨ ਕਰਵਾਉਣਾ, ਗੁਰੂ ਸਾਹਿਬ ਦਾ ਪ੍ਰਕਾਸ਼ ਕਰਵਾਉਣਾ, ਜਾਂ ਹੋਰ ਕਈ ਪ੍ਰਕਾਰ ਦੇ ਦਾਅਵੇ ਕਰਦੇ ਹਾਂ ਕਿ ਮੇਰੇ ਤੋਂ ਵੱਡਾ ਹੋਰ ਸਿੱਖ ਹੀ ਕੋਈ ਨਹੀਂ। ਲੇਕਿਨ ਉਸ ਮਹਾਨ ਗੁਰਸਿੱਖ ਨੂੰ ਮੀਰੀ ਪੀਰੀ ਦਾ ਮਾਲਕ ਪੁੱਛਦਾ ਹੈ ਕਿ ਬਾਬਾ ਜੀ ਕਿਰਪਾ ਕਰਕੇ ਸਾਨੂੰ ਇਹ ਦੱਸੋ ਕਿ ਸਿੱਖੀ ਕਿਵੇਂ ਕਮਾਈ ਦੀ ਹੈ। ਅਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸਤਿਗੁਰੂ ਤੁਸੀਂ ਤੇ ਸੂਰਜ ਹੋ, ਮੈਂ ਤੁਹਾਡੇ ਵਿੱਚੋਂ ਨਿਕਲੀ ਇੱਕ ਛੋਟੀ ਜਿਹੀ ਕਿਰਨ ਹਾਂ, ਮਹਾਰਾਜ ਤੁਸੀਂ ਸਾਗਰ ਹੋ, ਮੈਂ ਤੇ ਤੁਹਾਡੇ ਵਿੱਚੋਂ ਨਿਕਲੀ ਇੱਕ ਛੋਟੀ ਜਿਹੀ ਬੂੰਦ ਹਾਂ, ਮੈਂ ਕਿਵੇਂ ਜਾਣਾ ਸਿੱਖੀ ਕਿਵੇਂ ਕਮਾਈ ਦੀ ਹੈ। ਕੋਲ ਬੈਠੇ ਸਨ ਬਾਬਾ ਬਿਧੀ ਚੰਦ, ਉਹ ਕਹਿਣ ਲੱਗੇ ਬਾਬਾ ਜੀ ਕਿਰਪਾ ਕਰਕੇ ਸਾਨੂੰ ਦੱਸੋ ਅਸੀਂ ਸਿੱਖੀ ਕਿਵੇਂ ਕਮਾਈਏ। ਅਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਜਿੰਨੇ ਮਰਜ਼ੀ ਯਤਨ ਕਰ ਲਓ, ਜੋ ਮਰਜ਼ੀ ਕਰ ਲਓ, ਸਿੱਖੀ ਇਹਦੀ ਮਿਹਰ ਤੋਂ ਬਿਨਾਂ ਨਹੀਂ ਜੇ ਮਿਲਦੀ, ਸਿੱਖੀ ਮਿਲਦੀ ਹੈ ਅਤੇ ਗੁਰੂ ਦੀ ਮਿਹਰ ਨਾਲ ਮਿਲਦੀ ਹੈ। ਅੰਮ੍ਰਿਤ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਇਸ਼ਨਾਨ ਕਰਕੇ ਸਤਿਗੁਰਾਂ ਦੇ ਸਨਮੁੱਖ ਬਹਿ ਕੇ ਅਤੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਜਪਜੀ ਸਾਹਿਬ ਦਾ ਪਾਠ ਸੁਣਿਆ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵੇਖੇ, ਜਿਸ ਦਿਨ ਪਹਿਲਾ ਪ੍ਰਕਾਸ਼ ਹੋਇਆ, ਉਸ ਦਿਨ ਹੁਕਮਨਾਮਾ ਲੈਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੇ ਕਹਿਣ 'ਤੇ ਉੱਥੇ ਵੀ ਜਪਜੀ ਸਾਹਿਬ ਦਾ ਪਾਠ ਸੁਣਾਇਆ। ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਤਾਬਿਆ ਬੈਠ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਉੱਥੇ ਵੀ ਸੁਣਾਇਆ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਹੈ। ਪੌੜੀਆਂ ਚੜ੍ਹਦੇ ਚੜ੍ਹਦੇ ਬਾਬਾ ਬੁੱਢਾ ਸਾਹਿਬ ਜੀ ਸੱਚਖੰਡ ਦੀ ਪੌੜੀ 'ਤੇ ਜਾ ਪਹੁੰਚੇ ਨੇ। ਜਪਜੀ ਸਾਹਿਬ ਪੜ੍ਹ ਕੇ ਸਲੋਕ ਪੜ੍ਹਿਆ, ਜਿਨ੍ਹੇ ਨਾਮ ਧਿਆਇਆ ਗਏ ਮੁਸਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ ਕਹਿ ਕੇ ਅਤੇ ਗੁਰੂ ਕੇ ਚਰਨਾਂ 'ਤੇ ਆਪਣਾ ਸੀਸ ਰੱਖ ਕੇ ਅਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਅਭੇਦ ਹੋ ਗਏ। ਉੱਥੇ ਫਿਰ ਮੀਰੀ ਪੀਰੀ ਦੇ ਮਾਲਕ ਨੇ ਸਿੱਖਾਂ ਨੂੰ ਇੱਕ ਸ਼ਬਦ ਕਿਹਾ, ਕਹਿਣ ਲੱਗੇ ਸਿੱਖੋ ਵਧਾਈ ਹੋਵੇ, ਸਿੱਖੋ ਵਧਾਈ ਹੋਵੇ। ਬਾਬਾ ਜੀ ਕਹਿਣ ਲੱਗੇ, ਬਾਬਾ ਬਿਧੀ ਚੰਦ ਕਹਿਣ ਲੱਗੇ, ਮਹਾਰਾਜ ਘਰ ਵਿੱਚ ਵਿਆਹ ਹੋਵੇ, ਘਰ ਵਿੱਚ ਬਾਲਕ ਜਨਮ ਲਵੇ, ਘਰ ਵਿੱਚ ਕੋਈ ਖੁਸ਼ੀ ਦਾ ਕਾਰਜ ਹੋਵੇ ਤੇ ਵਧਾਈਆਂ ਦੇਈਦੀਆਂ ਨੇ। ਬਾਬਾ ਬੁੱਢਾ ਸਾਹਿਬ ਜੀ ਸੰਸਾਰ ਛੱਡ ਕੇ ਚਲੇ ਗਏ, ਤੁਸੀਂ ਕਹਿੰਦੇ ਹੋ ਵਧਾਈ ਹੋਵੇ। ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਬਾਰੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਬਹਾਦਰ ਬਾਬਾ ਬਿਧੀ ਚੰਦ ਜੀ, ਜਿਹੜਾ ਸੰਸਾਰ ਦੀ ਜੰਗ ਨੂੰ ਜਿੱਤ ਕੇ ਜਾਂਦਾ, ਜੇਤੂਆਂ ਨੂੰ ਵਧਾਈਆਂ ਦੇਈਦੀਆਂ ਨੇ, ਹਾਰ ਗਿਆ ਨੂੰ ਕੋਈ ਵਧਾਈ ਨਹੀਂ ਦਿੰਦਾ। ਬਾਬਾ ਬੁੱਢਾ ਸਾਹਿਬ ਜੀ ਸੰਸਾਰ ਦੀ ਜੰਗ ਨੂੰ ਜਿੱਤ ਕੇ ਗਏ ਨੇ, ਇਸ ਕਰਕੇ ਅਸੀਂ ਕਹਿੰਦੇ ਹਾਂ ਵਧਾਈ ਹੋਵੇ। ਆਪ ਇਸ਼ਨਾਨ ਕਰਵਾਇਆ ਬਾਬਾ ਬੁੱਢਾ ਸਾਹਿਬ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ, ਉਹਨਾਂ ਦੀ ਅਰਥੀ ਨੂੰ ਮੋਢਾ ਦਿੱਤਾ, ਚਿਖਾ ਆਪ ਚਿਣੀ, ਔਰ ਬਾਬਾ ਬੁੱਢਾ ਸਾਹਿਬ ਜੀ ਨੂੰ ਅਗਨ ਭੇਟ ਕਰਨ ਵੇਲੇ ਮੀਰੀ ਪੀਰੀ ਦੇ ਮਾਲਕ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਵੀ ਆਏ ਨੇ, ਹੰਝੂ ਵੀ ਆਏ ਨੇ ਪਿਆਰ ਦੇ। ਇਤਿਹਾਸ ਦੇ ਇਹ ਬੋਲ ਨੇ ਕਿ ਚਿਖਾ ਉੱਪਰ ਜਬ ਧਰੀ ਸਾਹਿਬ ਬੁੱਢੇ ਦੇ, ਹਰਗੋਬਿੰਦ ਕੇ ਨੈਣ ਤੇ ਵਗੈ ਨੀਰ ਅਸਨੇ। ਪਿਆਰ ਦਾ ਨੀਰ,
ਵੈਰਾਗ ਦਾ ਨੇਰ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨੈਣਾਂ ਦੇ ਵਿੱਚੋਂ ਉਸ ਵੇਲੇ ਵਗਿਆ ਜਦੋਂ ਮਹਾਨ ਬ੍ਰਹਮ ਗਿਆਨੀ ਆਦਿ ਗੁਰਸਿੱਖ ਸਿੱਖੀ ਦੇ ਕੁਤਬੀ ਸਤਾਰੇ ਬਾਬਾ ਬੁੱਢਾ ਸਾਹਿਬ ਜੀ ਸੰਸਾਰ ਨੂੰ ਛੱਡ ਕੇ ਗਏ ਨੇ। ਗੁਰਮੁਖੋ, ਆਪਾਂ ਅੱਜ ਸਤਿਗੁਰਾਂ ਦੀ ਹਜ਼ੂਰੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਵਿਆਹ ਪੁਰਬ ਦੇ ਸੰਬੰਧ ਵਿੱਚ ਇਕੱਤਰ ਹੋਏ ਹਾਂ। ਇੱਕ ਬੇਨਤੀ ਮੈਂ ਆਪ ਜੀ ਨੂੰ ਕਰਦਿਆਂ, ਪਿੱਪਲੀ ਸਾਹਿਬ ਜੀ ਦੇ ਅਸਥਾਨ 'ਤੇ ਸੰਗਤ ਆਈ ਹੈ ਅੰਮ੍ਰਿਤਸਰ ਦੀ ਧਰਤੀ 'ਤੇ, ਸਤਿਗੁਰਾਂ ਨੂੰ ਸੁਨੇਹਾ ਮਿਲਿਆ ਹੈ ਕਿ ਸਤਿਗੁਰੂ ਸੰਗਤ ਬਹੁਤ ਵੱਡੀ ਗਿਣਤੀ ਵਿੱਚ ਆਈ ਹੈ ਅਤੇ ਸਤਿਗੁਰਾਂ ਨੇ ਮਾਤਾ ਗੰਗਾ ਜੀ ਨੂੰ ਇੱਕ ਸੁਨੇਹਾ ਭੇਜਿਆ ਕਿ ਕੜਾਹ ਪ੍ਰਸ਼ਾਦ ਤਿਆਰ ਕਰੋ। ਮਾਤਾ ਗੰਗਾ ਜੀ ਨੇ ਹੁਕਮ ਮੰਨ ਕੇ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ ਹੈ। ਚਾਰ ਪਰਾਤਾਂ, ਇਤਿਹਾਸ ਕਹਿੰਦਾ ਹੈ ਕਿ ਚਾਰ ਪਰਾਤਾਂ ਪ੍ਰਸ਼ਾਦ ਦੀਆਂ ਭਰੀਆਂ ਗਈਆਂ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਕੋਲ ਇੱਕ ਭੂਰਾ ਰੱਖਿਆ ਕਰਦੇ ਸਨ, ਬੁੱਕਲ ਮਾਰਨ ਵਾਸਤੇ ਭੂਰਾ। ਆਪਣੇ ਉਸ ਭੂਰੇ ਦੇ ਨਾਲ ਆਪਣਾ ਚਿਹਰਾ ਉਹਨਾਂ ਨੇ ਲਪੇਟਿਆ। ਤਿੰਨ ਪ੍ਰਾਤਾਂ ਗੁਰਸਿੱਖਾਂ ਨੂੰ ਚੁਕਾਈਆਂ ਨੇ, ਚੌਥੀ ਪ੍ਰਾਤ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਆਪਣੇ ਸੀਸ 'ਤੇ ਰੱਖੀ ਹੈ। ਪਿੱਪਲੀ ਸਾਹਿਬ ਦੇ ਅਸਥਾਨ 'ਤੇ ਪਹੁੰਚੇ ਨੇ, ਸੇਵਾਦਾਰਾਂ ਨੇ ਪਛਾਣਿਆ ਨਹੀਂ ਕਿ ਸਤਿਗੁਰੂ ਜੀ ਆਪ ਸੇਵਾ ਲੈ ਕੇ ਆਏ ਨੇ, ਪ੍ਰਸ਼ਾਦ ਲੈ ਕੇ ਆਏ ਨੇ। ਇੱਕ ਸੇਵਾਦਾਰ ਕਹਿਣ ਲੱਗਾ ਕਿ ਤੁਸੀਂ ਪ੍ਰਸ਼ਾਦ ਲੈ ਕੇ ਆਏ ਹੋ, ਦੱਸੋ ਅਰਦਾਸ ਕੀ ਕਰਾਉਣੀ ਹੈ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਇਸ ਗਰੀਬ ਦੀ ਅਰਦਾਸ ਕਰ ਦਿਓ ਕਿ ਮੇਰੀ ਸਿੱਖੀ ਕੇਸਾਂ ਸੁਆਸਾਂ ਨਾਲ ਨਿਭ ਜਾਏ। ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਸਿੱਖਾਂ ਦੇ ਕੋਲੋਂ ਅਰਦਾਸ ਕਰਵਾਉਂਦੇ ਨੇ ਕਿ ਮੇਰੀ ਸਿੱਖੀ ਕੇਸਾਂ ਅਤੇ ਸੁਆਸਾਂ ਨਾਲ ਨਿਭ ਜਾਏ। ਅੱਜ ਆਪਾਂ ਉਹਨਾਂ ਸਤਿਗੁਰਾਂ ਦੇ ਪਾਵਨ ਅਸਥਾਨ 'ਤੇ ਆਏ ਹਾਂ, ਅੱਜ ਇੱਥੇ ਪ੍ਰਣ ਕਰਕੇ ਜਾਈਏ ਜਿਹੜੇ ਸਾਡੇ ਵੀਰ ਆਪਣੇ ਰੋਮਾਂ ਦੀ ਬੇਅਦਬੀ ਕਰਦੇ ਨੇ, ਉਹ ਰੋਮਾਂ ਦੀ ਬੇਅਦਬੀ ਨਾ ਕਰਨ। ਜਿਹੜੇ ਨਸ਼ਿਆਂ ਦੇ ਵਹਿਣ ਵਿੱਚ ਵਹਿ ਚੁੱਕੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਨਸ਼ਿਆਂ ਦਾ ਤਿਆਗ ਕਰ ਦਿਓ। ਨਸ਼ੇ ਇਸ ਵੇਲੇ ਇੰਨੇ ਕੁ ਜ਼ਿਆਦਾ ਸਾਡੇ ਨੌਜਵਾਨ ਵੀਰਾਂ ਦੇ ਵਿੱਚ, ਨੌਜਵਾਨ ਬੱਚਿਆਂ ਦੇ ਵਿੱਚ ਭਾਰੂ ਹੋ ਚੁੱਕੇ ਨੇ ਕਿ ਬਹੁਤ ਜ਼ਿਆਦਾ ਗਿਰੇ ਹੋਏ ਨਸ਼ੇ, ਜਿਨ੍ਹਾਂ ਦਾ ਸੰਗਤ ਦੇ ਵਿੱਚ ਨਾਮ ਲੈਣਾ ਵੀ ਪਾਪ ਹੈ, ਗਲਤ ਹੈ, ਉਹੋ ਜਿਹੇ ਨਸ਼ੇ ਸਾਡੇ ਅੱਜ ਨੌਜਵਾਨ ਵੀਰ, ਸਾਡੇ ਨੌਜਵਾਨ ਪੰਜਾਬ ਦੇ ਬੱਚੇ ਕਰਨ ਲੱਗ ਪਏ ਨੇ। ਪਿੰਡਾਂ ਦੇ ਵਿੱਚ ਸੰਗਤਾਂ, ਪਿੰਡਾਂ ਦੇ ਲੋਕ ਗਲੀਆਂ ਵਿੱਚ ਨਿਕਲ ਆਏ ਨੇ, ਨਸ਼ੇ ਵੇਚਣ ਵਾਲਿਆਂ ਨੂੰ ਫੜ ਫੜ ਕੇ ਕੁਟਾਪਾ ਚਾੜ ਚਾੜ ਕੇ ਪੁਲਿਸ ਨੂੰ ਦੇ ਰਹੇ ਨੇ। ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਨੇ, ਸਮਾਜ ਸੇਵੀ ਜਥੇਬੰਦੀਆਂ ਨੇ, ਉਹਨਾਂ ਸਾਰਿਆਂ ਨੂੰ ਅੱਗੇ ਆ ਕੇ ਆਪਣੇ ਇਹਨਾਂ ਬੱਚਿਆਂ ਨੂੰ ਬਚਾਉਣ ਵਾਸਤੇ, ਨੌਜਵਾਨਾਂ ਨੂੰ ਬਚਾਉਣ ਵਾਸਤੇ, ਪੰਜਾਬ ਦੇ ਭਵਿੱਖ ਨੂੰ, ਪੰਥ ਦੇ ਭਵਿੱਖ ਨੂੰ ਬਚਾਉਣ ਵਾਸਤੇ ਸਾਨੂੰ ਅੱਗੇ ਆਉਣਾ ਚਾਹੀਦਾ। ਨਸ਼ਿਆਂ ਦਾ ਤਿਆਗ ਕਰੋ, ਰੋਮਾਂ ਦੀ ਬੇਅਦਬੀ ਨਾ ਕਰੋ। ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਉਹ ਵਡਭਾਗੇ ਨੇ, ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ ਉਹ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਾ ਕਰੋ। ਸਤਿਗੁਰਾਂ ਦੇ ਪਾਵਨ ਮੁਬਾਰਕ ਵਿਆਹ ਪੁਰਬ ਦੀਆਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵੱਲੋਂ ਸਮੁੱਚੇ ਖਾਲਸਾ ਪੰਥ ਨੂੰ, ਸਮੁੱਚੇ ਸਿੱਖ ਪੰਥ ਨੂੰ ਬਹੁਤ ਬਹੁਤ ਮੁਬਾਰਕਾਂ। ਸ਼ੁਕਰਾਨਾ ਹੈ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਔਰ ਧੰਨਵਾਦ ਕੀਤਾ ਜਾਂਦਾ ਹੈ ਮਹਾਂਪੁਰਖ ਬਾਬਾ ਨਿਰਮਲ ਸਿੰਘ ਜੀ ਸੰਪਰਦਾਏ ਕਾਰ ਸੇਵਾ, ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ, ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ, ਉਹਨਾਂ ਦੇ ਵੱਲੋਂ ਇੱਥੇ ਕਾਰ ਸੇਵਾ ਕਰਵਾਈ ਜਾ ਰਹੀ ਹੈ। ਔਰ ਧੰਨਵਾਦ ਕੀਤਾ ਜਾਂਦਾ ਭਾਈ ਅਮਰੀਕ ਸਿੰਘ ਜੀ, ਜਿਨ੍ਹਾਂ ਨੇ ਮਾਤਾ ਗੰਗਾ ਜੀ ਦੇ ਨਾਮ 'ਤੇ ਸੇਵਾ ਸੁਸਾਇਟੀ ਬਣਾਈ ਹੈ, ਉਹਨਾਂ ਦਾ ਔਰ ਉਹਨਾਂ ਦੇ ਸੰਗੀ ਸਾਥੀਆਂ ਦਾ।
ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਦਾ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਦੇ ਹੁਕਮ ਸਦਕਾ ਆਪ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਭੁੱਲਾਂ ਚੁੱਕਾਂ ਦੀ ਖਿਮਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ, ਗਿਆਨੀ ਰਘਵੀਰ ਸਿੰਘ ਜੀ, ਜਥੇਦਾਰ ਸ੍ਰੀ ਅਨੰਦਪੁਰ ਸਾਹਿਬ ਜੀ ਦਾ। ਹੁਣ ਇੱਥੋਂ ਦੇ ਬਹੁਤ ਸਤਿਕਾਰਯੋਗ ਮੈਨੇਜਰ ਸਾਹਿਬ ਸਰਦਾਰ ਸੁਖਦੇਵ ਸਿੰਘ ਜੀ ਕੋਟਾ ਸਿੰਘ ਸਾਹਿਬ ਜੀ ਦਾ ਸਨਮਾਨ ਕਰਨਗੇ। ਬਾਬਾ ਨਿਰਮਲ ਸਿੰਘ ਜੀ ਕਾਰ ਸਿਵਲ ਮਹਾਂਪੁਰਸ਼, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਹੁਣ ਮੈਂ ਬੇਨਤੀ ਕਰਾਂਗਾ ਮੈਨੇਜਰ ਸਾਹਿਬ ਜੀ ਬਾਬਾ ਨਿਰਮਲ ਸਿੰਘ ਜੀ ਦਾ ਵੀ ਸਤਿਕਾਰ ਕਰਨਗੇ, ਔਰ ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਜੀ। ਸਿੰਘ ਸਾਹਿਬ ਜੀ ਇੱਥੋਂ ਦੇ ਮਹਾਂਪੁਰਸ਼ ਬਾਬਾ ਨਿਰਮਲ ਸਿੰਘ ਜੀ ਜੋ ਇਸ ਜਗ੍ਹਾ ਦੀ ਸੇਵਾ ਕਰ ਰਹੇ ਆ, ਸਿੰਘ ਸਾਹਿਬ ਜੀ ਉਹਨਾਂ ਦਾ ਸਨਮਾਨ ਕਰਨਗੇ ਜਿਹੜਾ ਲੰਮੇ ਸਮੇਂ ਤੋਂ ਇਹ ਗੁਰੂ ਘਰ ਦੀ ਸੇਵਾ ਨਿਭਾ ਰਹੇ ਆ। ਉਹਨਾਂ ਦਾ ਸਨਮਾਨ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਕਰਨਗੇ। ਆਓ ਆਪਾਂ ਸਾਰੇ ਜਾਣੇ ਸ਼ਾਮਿਲ ਹੋਣਾ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਮੂਹ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਲੰਮੇ ਸਮੇਂ ਤੋਂ ਬੈਠ ਕੇ ਸਤਿਗੁਰੂ ਜੀ ਦੇ ਇਸ ਇਤਿਹਾਸ ਨੂੰ ਸਰਵਣ ਕੀਤਾ ਹੈ। ਸਿੰਘ ਸਾਹਿਬ ਜੀ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਬਹੁਤ ਕੀਮਤੀ ਵਿਚਾਰ ਦੇ ਸਾਂਝ ਆਪ